ਸੋ ਆਓ ਆਪਾਂ ਦੇਖਦੇ ਆ ਅੱਜ ਪਵਿੱਤਰ ਬਾਈਬਲ ਦੇ ਵਿੱਚੋਂ ਕਿ ਵਰਤ ਦੇ ਬਾਰੇ ਵਿੱਚ ਜਿਹੜਾ ਆ ਵਚਨ ਸਾਨੂੰ ਕੀ ਦੱਸਦਾ ਹੈ। ਫਸਟ ਆਫ ਆਲ ਬਾਈਬਲ ਦੇ ਵਿੱਚ ਜਦੋਂ ਪ੍ਰਭੂ ਯਿਸੂ ਮਸੀਹ ਦੇ ਚੇਲੇ ਪ੍ਰਭੂ ਯਿਸੂ ਜੀ ਨੂੰ ਪੁੱਛਦੇ ਆ ਕਹਿੰਦੇ ਵੀ ਸਾਥੋਂ ਦੁਸ਼ਟ ਆਤਮਿਕ ਆਤੇ ਨਹੀਂ ਨਿਕਲਿਆ, ਉਹ ਕੋਸ਼ਿਸ਼ ਕਰ ਰਹੇ ਸੀ ਯਿਸੂ ਮਸੀਹ ਦੇ ਨਾਮ ਦੇ ਵਿੱਚ ਪਰ ਉਹ ਨਹੀਂ ਨਿਕਲਿਆ, ਤਾਂ ਫਿਰ ਪ੍ਰਭੂ ਯਿਸੂ ਮਸੀਹ ਨੇ ਉਹਨੂੰ ਕੱਢਿਆ ਦੁਸ਼ਟ ਆਤਮੇ ਨੂੰ। ਤਾਂ ਫਿਰ ਉਹਨਾਂ ਨੇ ਜਦੋਂ ਚੇਲਿਆਂ ਨੇ ਪੁੱਛਿਆ ਕਹਿੰਦੇ ਵੀ ਸਾਥੋਂ ਕਾਹਤੇ ਨਹੀਂ ਨਿਕਲਿਆ, ਤਾਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਜਦੋਂ ਇਕੱਲੀ ਪ੍ਰਾਰਥਨਾ ਕੰਮ ਨਾ ਕਰੇ ਫਿਰ ਵਰਤ ਪ੍ਰਾਰਥਨਾ ਕੰਮ ਕਰਦੀ ਹੈ। ਸੋ ਕਈ ਵਾਰੀ ਸਾਨੂੰ ਵਰਤ ਰੱਖ ਕੇ ਪ੍ਰਾਰਥਨਾ ਕਰਨੀ ਪੈਂਦੀ ਹੈ ਤਾਂ ਫਿਰ ਜਿਹੜੇ ਸਾਡੇ ਰੁਕੇ ਹੋਏ ਕੰਮ ਆ ਉਹ ਬਣ ਜਾਂਦੇ ਆ। ਪਰ ਦੇਖਣਾ ਆ ਕਿ ਵਰਤ ਜਿਹੜਾ ਆ ਉਹ ਕਿੱਦਾਂ ਦਾ ਹੋਣਾ ਚਾਹੀਦਾ ਆ, ਔਰ ਜਿਹੜਾ ਵਰਤ ਰੱਖਣ ਵਾਲਾ ਆ ਉਹ ਕਿੱਦਾਂ ਦਾ ਹੋਣਾ ਚਾਹੀਦਾ। ਸੋ ਦੋਵੇਂ ਚੀਜ਼ਾਂ ਜਿਹੜੀਆਂ ਆ ਇਹ ਇੱਕ ਗ੍ਰੇਟ ਕੰਬੀਨੇਸ਼ਨ ਆ, ਪ੍ਰੇਅਰ ਐਂਡ ਜਿਹੜਾ ਫਾਸਟਿੰਗ ਆ, ਸੋ ਉਹਦੇ ਨਾਲੋਂ ਵੀ ਗ੍ਰੇਟ ਕੰਬੀਨੇਸ਼ਨ ਹੋਣਾ ਚਾਹੀਦਾ ਆ ਜਿਹਨੇ ਫਾਸਟਿੰਗ ਕਰਨੀ ਆ ਉਹਦਾ ਅਤੇ ਜਿਹਨੇ ਮਤਲਬ ਜਿਹੜਾ ਫਾਸਟ ਆ ਉਹ, ਦੋਵੇਂ ਚੀਜ਼ਾਂ ਜਿਹੜੀਆਂ ਆ ਉਹ ਇੱਕ ਸਹੀ ਕੰਬੀਨੇਸ਼ਨ ਦੇ ਵਿੱਚ ਹੋਣੀਆਂ ਚਾਹੀਦੀਆਂ ਫਿਰ ਜਾ ਕੇ ਕੰਮ ਕਰਦੀਆਂ, ਅਦਰਵਾਈਜ਼ ਸਮਟਾਈਮਸ ਇਹ ਡੇਂਜਰਸ ਵੀ ਹੋ ਜਾਂਦੀਆਂ ਆ ਔਰ ਮੈਨੀ ਮੈਨੀ ਟਾਈਮਸ ਇਹ ਵਰਕ ਹੀ ਨਹੀਂ ਕਰਦੀਆਂ। ਸੋ ਜਿੱਦਾਂ ਇੱਦਾਂ ਕਹਿ ਲਓ ਬਈ ਬਹੁਤ ਸਾਰੇ ਲੋਕ ਆ ਉਹਨਾਂ ਨੂੰ ਲੱਗਦਾ ਹਾਂ ਚਲੋ ਈਸਟਰ ਦੇ ਦਿਨਾਂ ਦੇ ਵਿੱਚ ਆਪਾਂ ਫਾਸਟਿੰਗ ਕਰੂੰਗੇ, ਹੋਰ ਨਹੀਂ ਕੁਛ, ਪੰਜ ਨਾਲ 2-4 ਕਿਲੋ ਭਾਰ ਹੀ ਘੱਟ ਜੂਗਾ। ਤਾਂ ਮਤਲਬ ਤੁਸੀਂ ਦੇਖੋ ਉਹਨਾਂ ਦਾ, ਉਹਨਾਂ ਨੇ ਪਹਿਲਾਂ ਜਿਹੜਾ ਆ ਉਹ ਕੀ ਚੀਜ਼ ਆਪਣੇ ਮਨ 'ਚ ਰੱਖੀ ਆ, ਉਹ ਉਸ ਚੀਜ਼ ਨੂੰ ਫਾਸਟਿੰਗ ਕਹਿ ਰਿਹਾ, ਈਵਨ ਕਿ ਉਹ ਡਾਇਟਿੰਗ ਕਰ ਰਹੇ ਆ ਪਰ ਉਹਨੂੰ ਕੀ ਕਹਿ ਰਹੇ ਆ ਕਿ ਫਾਸਟਿੰਗ ਕਰ ਰਹੇ ਆ। ਅਤੇ ਉਹਨਾਂ ਨੇ ਕਹਿਣਾ ਆ ਜਦੋਂ ਭਾਰ ਬੇਸ਼ੱਕ ਕਿ ਤੁਹਾਡਾ ਘੱਟ ਸਕਦਾ ਆ ਥੋੜ੍ਹੇ ਦਿਨਾਂ ਦੇ ਵਿੱਚ, ਜਦੋਂ ਤੁਸੀਂ ਭੁੱਖੇ ਰਹੋਗੇ ਆਟੋਮੈਟਿਕਲੀ ਘਟਣਾ ਆ, ਬਾਡੀ ਵੀ ਡਿਟੋਕਸ ਹੋ ਸਕਦੀ ਆ, ਤੁਸੀਂ ਪਹਿਲਾਂ ਨਾਲੋਂ ਜ਼ਿਆਦਾ ਗਰੋਇੰਗ ਵੀ ਹੋ ਸਕਦੇ ਆ, ਪਰ ਜਿਹੜਾ ਤੁਸੀਂ ਵਿਸ਼ਾ ਲੈ ਕੇ ਤੁਰਨਾ ਹੈ ਉਸ ਵੇਲੇ ਪ੍ਰਾਰਥਨਾ ਦੇ ਲਈ ਕਿ ਅਸੀਂ ਫਾਸਟ ਕਰਾਂਗੇ ਨਾਲੇ ਭਾਰ ਘੱਟ ਜੂਗਾ ਅਤੇ ਨਾਲੇ ਫਿਰ ਸਾਡਾ ਆਹ ਜਿਹੜਾ ਰੁਕਿਆ ਕੰਮ ਉਹ ਬਣ ਜੂ, ਹੋ ਸਕਦਾ ਫਿਰ ਉਹ ਕੰਮ ਨਾ ਬਣੇ। ਫਿਰ ਤੁਸੀਂ ਕਹਿਣਾ ਅਸੀਂ ਤਾਂ ਪਾਸਟਰ ਜੀ ਵਰਤ ਵੀ ਰੱਖੇ ਸੀ, ਅਸੀਂ ਤਾਂ ਜੀ ਲੋਕਾਂ ਨੇ 7 ਰੱਖੇ ਹੋਣਗੇ, ਕਿਸੇ ਨੇ 20 ਰੱਖੇ ਹੋਣਗੇ, ਅਸੀਂ ਤਾਂ ਜੋ ਲੈਂਟ ਸਟਾਰਟ ਹੋਇਆ ਆ ਐਸ਼ਟ ਸੰਡੇ ਜਿਹੜਾ ਉਹ ਸਟਾਰਟ ਹੋਇਆ ਸੀ ਤਾਂ ਉਦੋਂ ਤੋਂ ਹੀ ਸਾਰਾ ਮਹੀਨਾ ਹੀ ਜਿਹੜਾ ਆ ਉਹ ਵਰਤਾਂ ਦੇ ਵਿੱਚ ਕੱਢਿਆ ਪਰ ਸਾਡੀ ਸੁਣੀ ਨਹੀਂ ਗਈ। ਫਿਰ ਉਹਨਾਂ ਨੂੰ ਇੱਦਾਂ ਜਾਪਦਾ ਜਿੱਦਾਂ ਬਾਈਬਲ ਦੇ ਵਿੱਚ ਝੂਠ ਹੀ ਲਿਖਿਆ ਆ ਸਾਰਾ ਕੁਛ, ਪਰ ਗੱਲ ਇਹ ਆ ਵੀ ਬਾਈਬਲ ਦੇ ਵਿੱਚ ਕੁਛ ਵੀ ਝੂਠ ਨਹੀਂ ਲਿਖਿਆ, ਜੋ ਕੁਛ ਬਾਈਬਲ ਦੇ ਵਿੱਚ ਲਿਖਿਆ ਐਨ ਯੂਨੀਵਰਸਲ ਟਰੁੱਥ ਆ, ਸਾਰੀਆਂ ਗੱਲਾਂ ਜਿਹੜੀਆਂ ਆ ਐਨ ਸੱਚੀਆਂ, ਪੱਕੇ ਤੌਰ 'ਤੇ ਸੱਚੀਆਂ ਗੱਲਾਂ ਆ। ਪਰ ਚੱਕਰ ਇਹ ਆ ਕਿ ਨੀਤ ਸੱਚੀ ਨਹੀਂ ਹੁੰਦੀ ਜਦੋਂ ਉਦੋਂ ਜਿਹੜੇ ਸ਼ਬਦ ਆ ਉਹ ਕੰਮ ਨਹੀਂ ਕਰਦੇ। ਸੋ ਇਸ ਲਈ ਅੱਜ ਆਪਾਂ ਸਿੱਖਣਾ ਆ ਓਲਡ ਟੈਸਟਾਮੈਂਟ ਦੇ ਵਿੱਚੋਂ ਯਸਾਇਆ ਦੀ ਕਿਤਾਬ, ਯਸਾਇਆ ਤਾਂ ਉਹਦੀ ਕਿਤਾਬ 58 ਨੰਬਰ ਚੈਪਟਰ ਜਿਹੜਾ ਆ ਉਹਦੇ ਵਿੱਚ ਆਪਾਂ ਦੇਖਣਾ ਆ। ਤਾਂ ਦੇਖਦੇ ਹਾਂ ਆਪਾਂ ਫਸਟ ਵਰਡਸ ਤੋਂ ਹੀ ਆਪਣਾ ਦੇਖਣਾ ਸ਼ੁਰੂ ਕਰ ਦਿੰਦੇ ਹਾਂ। ਕਹਿੰਦਾ ਸੰਘ ਅੱਡ ਕੇ ਪੁਕਾਰ ਸਰਫਾ ਨਾ ਕਰ, ਤੁਰੀ ਵਾਂਗ ਆਪਣੀ ਆਵਾਜ਼ ਉੱਚੀ ਕਰ। ਸੋ ਫਸਟ ਆਫ ਆਲ ਇਸੇ ਹੀ ਵਰਡਸ ਦਾ ਜਿਹੜਾ ਭੁਲੇਖਾ ਆਪਾਂ ਕੱਢਦੇ ਹਾਂ ਉਹ ਭੁਲੇਖਾ ਕੀ ਆ ਵੀ ਬਹੁਤ ਸਾਰੇ ਲੋਕ ਆ ਜਦੋਂ ਚਰਚ ਦੇ ਵਿੱਚ ਭੈਣ ਭਰਾ ਪ੍ਰਾਰਥਨਾ ਨਹੀਂ ਕਰਦੇ ਅਤੇ ਫਿਰ ਜਿਹੜੇ ਲੀਡਰਸ ਆ ਜਾਂ ਜਿਹੜੇ ਐਲਡਰਸ ਹੁੰਦੇ ਆ ਪੁਲਪਿਟ ਦੇ ਉੱਤੇ ਤਾਂ ਫਿਰ ਉਹਨਾਂ ਨੂੰ ਬਹੁਤ ਵਾਰ ਵਾਰ ਕਹਿੰਦੇ ਆ ਬਾਈਬਲ ਦੇ ਵਿੱਚ ਲਿਖਿਆ ਸੰਘ ਅੱਡ ਕੇ ਪੁਕਾਰ ਸਰਫਾ ਨਾ ਕਰ, ਤੁਰੀ ਵਾਂਗ ਆਪਣੀ ਆਵਾਜ਼ ਨੂੰ ਉੱਚੀ ਕਰੋ, ਸੋ ਹੋਰ ਉੱਚੀ ਪ੍ਰਾਰਥਨਾ ਕਰੋ। ਹਾਂਜੀ ਆਪਾਂ ਕਹਿ ਸਕਦੇ ਹਾਂ ਉਹਨਾਂ ਨੂੰ ਉੱਦਾਂ ਹੀ ਪਰਸਨਲੀ ਕਹਿ ਸਕਦੇ ਵੀ ਉੱਚੀ ਬੋਲ ਕੇ ਪ੍ਰਾਰਥਨਾ ਕਰੋ, ਕਿਉਂ ਕਰਕੇ ਜਦੋਂ ਆਪਾਂ ਉੱਚੀ ਬੋਲ ਕੇ ਪ੍ਰਾਰਥਨਾ ਕਰਦੇ ਹਾਂ ਉਹਦੇ ਨਾਲ ਕੀ ਆਪਾਂ ਨੂੰ ਨੀਂਦ ਨਹੀਂ ਆਉਂਦੀ। ਸੋ ਜਾਂ ਜਦੋਂ ਆਪਾਂ ਉੱਚੀ ਬੋਲ ਕੇ ਪ੍ਰਾਰਥਨਾ ਕਰਦੇ ਉਹਦੇ ਨਾਲ ਆਪਣਾ ਸਾਰਾ ਜਿਹੜਾ ਧਿਆਨ ਆ ਆਪਣੀ ਕੰਸਨਟ੍ਰੇਸ਼ਨ ਆ ਜਿਹੜੀ ਉਹ ਸਾਡੇ ਵਰਡਸ ਦੇ ਉੱਤੇ ਹੁੰਦੀ ਕਿ ਮੈਂ ਕੀ ਬੋਲ ਰਿਹਾ ਹਾਂ। ਪਰ ਜਦੋਂ ਆਪਾਂ ਚੁੱਪ ਕਰਕੇ ਪ੍ਰਾਰਥਨਾ ਕਰਦੇ ਹਾਂ ਕਈ ਵਾਰੀ ਇੰਨਾ ਸੋਹਣਾ ਜਿਹਾ ਵਾਤਾਵਰਣ ਹੁੰਦਾ, ਹਵਾ ਹੁਵਾ ਚੱਲਦੀ ਹੁੰਦੀ ਆ ਤਾਂ ਬੰਦੇ ਨੂੰ ਨੀਂਦ ਆਉਣ ਲੱਗ ਜਾਂਦੀ ਆ, ਜਾਂ ਫਿਰ ਕਈ ਵਾਰੀ ਉਹਨੂੰ ਪਤਾ ਨਹੀਂ ਹੁੰਦਾ ਕਿ ਮੈਂ ਕਿੱਧਰ ਗੁਆਚਾ, ਜਦੋਂ ਉਹਦਾ ਮੂੰਹ ਬੰਦ ਹੁੰਦਾ ਫਿਰ ਦਿਮਾਗ ਚੱਲ ਰਿਹਾ ਹੁੰਦਾ, ਕਈ ਵਾਰੀ ਉਹ ਕੱਪੜੇ ਸੁੱਕਣੇ ਪਾਉਣ ਚਲੇ ਜਾਂਦਾ ਘਰੇ, ਕਈ ਵਾਰੀ ਬੱਦਲ ਚਰਚ ਵਿੱਚ ਹੋਇਆ ਹੁੰਦਾ ਅਤੇ ਜਿਹੜੇ ਘਰੇ ਕੱਪੜੇ ਸੁੱਕਣੇ ਪਾਏ ਹੁੰਦੇ ਆ ਬੰਦਾ ਉਹ ਆਤਮਾ ਦੇ ਵਿੱਚ ਉਹ ਕੱਪੜੇ ਲਾ ਕੇ ਅੰਦਰ ਰੱਖਣ ਚਲੇ ਜਾਂਦਾ ਪਰ ਕੱਪੜੇ ਵਿਹੜੇ 'ਚ ਹੀ ਭਿੱਜ ਜਾਂਦੇ ਆ। ਸੋ ਮੇਰਾ ਕਹਿਣ ਦਾ ਮਤਲਬ ਕਿ ਕਈ ਵਾਰੀ ਅਸੀਂ ਚੁੱਪ ਹੁੰਦੇ ਹਾਂ ਪਰ ਸਾਡਾ ਮਨ ਜਿਹੜਾ ਹੈ ਉਹ ਬਾਹਲੀਆਂ ਹੀ ਚੀਜ਼ਾਂ ਬੋਲੀ ਜਾਂਦਾ, ਅਰੇ ਮਨ ਜਿਹੜਾ ਹੈ ਉਹ ਇੱਧਰ ਉੱਧਰ ਭਟਕਦਾ ਫਿਰਦਾ। ਸੋ ਈਜ਼ੀ ਵੇ ਆ ਕਿ ਜਦੋਂ ਸਾਨੂੰ ਓਪਰਚੁਨਿਟੀ ਹੋਵੇ ਜਿੱਥੇ ਜ਼ਿਆਦਾ ਭੈਣ ਭਰਾ ਹੋਣ ਅਤੇ ਸਾਨੂੰ ਜੇ ਬੋਲ ਕੇ ਪ੍ਰਾਰਥਨਾ ਕਰਨ ਦਾ ਚਾਂਸ ਮਿਲੇ ਤਾਂ ਸਾਨੂੰ ਗਵਾਉਣਾ ਨਹੀਂ ਚਾਹੀਦਾ, ਪਰ ਇਹਦੇ ਵਿੱਚ ਕੋਈ ਸ਼ਰਤ ਨਹੀਂ ਹੈਗੀ ਕਿ ਆਪਾਂ ਹਰ ਹਾਲ ਦੇ ਵਿੱਚ ਜਿਹੜੀ ਉਹ ਪ੍ਰਾਰਥਨਾ ਬੋਲ ਕੇ ਹੀ ਕਰਨੀ ਆ। ਬਹੁਤ ਵਾਰੀ ਜਿਹੜੇ ਲੋਕਾਂ ਦੇ ਉੱਤੇ ਨੀਂਦ ਹਾਵੀ ਨਹੀਂ ਹੁੰਦੀ, ਮੈਂ ਉਹਨਾਂ ਦੀ ਗੱਲ ਕਰਦੀ ਹਾਂ,
ਜਾਂ ਜਿਹੜੇ ਲੋਕਾਂ ਨੇ ਮਨ ਨੂੰ ਇਕਾਗਰ ਕਰਨ ਦੀ ਜਾਂਚ ਜਿਹੜੀ ਆ ਸਿੱਖ ਲਈ ਆ, ਜਿਹੜੇ ਜ਼ਿਆਦਾ ਮੈਡੀਟੇਟ ਕਰਦੇ ਆ ਉਹ ਜਿਹੜੇ ਆ ਉਹ ਇਸ ਅਵਸਥਾ ਦੇ ਵਿੱਚ ਆ ਜਾਂਦੇ, ਉਹਨਾਂ ਨੂੰ ਮਨ ਜਿਹੜਾ ਆ ਟਿਕਾਉਣਾ ਆ ਜਾਂਦਾ ਆ। ਉਹ ਲੋਕ ਜਦੋਂ ਚੁੱਪ ਰਹਿ ਕੇ ਪ੍ਰਾਰਥਨਾ ਕਰਦੇ ਆ ਫਿਰ ਉਹ ਬਹੁਤ ਸੋਹਣਾ ਰਿਸ਼ਤਾ ਜਿਹੜਾ ਆ ਜਾਂ ਬਹੁਤ ਸੋਹਣਾ ਕਨੈਕਸ਼ਨ ਆ ਜਿਹੜਾ ਵਧੀਆ ਤਰੀਕੇ ਦੇ ਨਾਲ ਉਹ ਪਰਮੇਸ਼ਵਰ ਦੇ ਨਾਲ ਜਿਹੜਾ ਆ ਉਹਨਾਂ ਦਾ ਸਿੱਧਾ ਹੋਣਾ ਜਿਹੜਾ ਆ ਉਹ ਸਟਾਰਟ ਹੋ ਜਾਂਦਾ ਆ। ਸੋ ਉਹਨਾਂ ਦੇ ਲਈ ਉਹ ਵੀ ਈਜ਼ੀ ਵੇ ਆ ਕਿ ਚੁੱਪ ਕਰਕੇ ਉਹ ਪ੍ਰਾਰਥਨਾ ਕਰ ਲੈਂਦੇ। ਪਰ ਜਿਹੜੇ ਨਵੇਂ ਆ ਜਾਂ ਜਿਨ੍ਹਾਂ ਨੂੰ ਲੱਗਦਾ ਹੈ ਕਿ ਜਦੋਂ ਵੀ ਉਹ ਪ੍ਰਾਰਥਨਾ 'ਚ ਬਹਿੰਦੇ ਉਹਨਾਂ ਨੂੰ ਨੀਂਦ ਆ ਜਾਂਦੀ ਆ, ਫਿਰ ਉਹਨਾਂ ਦੇ ਲਈ ਬੋਲਣਾ ਜਿਹੜਾ ਆ ਉਹ ਵਧੀਆ ਮੈਟਰ ਆ। ਪਰ ਲੀਡਰਸ ਦੇ ਲਈ ਇਹ ਕਹਿ ਕੇ ਉਹਨਾਂ ਨੂੰ ਬੁਲਾਉਣਾ ਕਿ ਬਾਈਬਲ ਦੇ ਵਿੱਚ ਲਿਖਿਆ ਆ ਕਿ ਆਪਣੀ ਆਵਾਜ਼ ਨੂੰ ਉੱਚੀ ਕਰ, ਤੁਰੀ ਵਾਂਗ ਉੱਚੀ ਕਰ, ਸਰਫਾ ਨਾ ਕਰ, ਤੇ ਇੱਥੇ ਜਿਹੜੀ ਇਹ ਵਰਡਸ ਆ ਇਹ ਪ੍ਰਾਰਥਨਾ ਕਰਨ ਦੇ ਲਈ ਆਵਾਜ਼ ਉੱਚੀ ਕਰਨ ਵਾਸਤੇ ਬਿਲਕੁਲ ਨਹੀਂ ਬੋਲੀ ਗਈ। ਕੀ ਕਹਿ ਰਿਹਾ ਉਹਦੇ ਵਿੱਚ, ਉਹ ਕਹਿੰਦਾ ਸੰਗ ਅੱਡ ਕੇ ਪੁਕਾਰ। ਫਸਟ ਆਫ ਆਲ ਸੰਗ ਅੱਡ ਕੇ ਪੁਕਾਰ, ਸਰਫਾ ਨਾ ਕਰ, ਤੁਰੀ ਵਾਂਗ ਆਪਣੀ ਆਵਾਜ਼ ਨੂੰ ਉੱਚੀ ਕਰ, ਤੁਰੀ ਲਾਈਕ ਬਿਗਲ, ਤੇ ਬਿਗਲ ਦੇ ਵਾਂਗ ਆਪਣੀ ਆਵਾਜ਼ ਨੂੰ ਉੱਚਿਆ ਕਰ। ਕਹਿੰਦਾ ਮੇਰੀ ਪਰਜਾ ਲਈ ਉਹਨਾਂ ਦੇ ਅਪਰਾਧ ਅਤੇ ਯਕੂਬ ਦੇ ਘਰਾਣੇ ਲਈ ਉਹਨਾਂ ਦੇ ਪਾਪ ਦੱਸ। ਕਾਹਦੇ ਵਾਸਤੇ ਕਹਿੰਦਾ ਉਹ ਆਵਾਜ਼ ਉੱਚੀ ਕਰਨ ਨੂੰ? ਕਹਿੰਦਾ ਮੇਰੀ ਪਰਜਾ ਦੇ ਲਈ। ਕਿਹਦੀ ਪਰਜਾ? ਪਰਮੇਸ਼ਵਰ ਦੀ ਪਰਜਾ ਦੇ ਲਈ। ਕਹਿੰਦਾ ਉਹਨਾਂ ਦੀਆਂ ਗਲਤੀਆਂ ਦੱਸ। ਬਹੁਤ ਵਾਰੀ ਲੋਕਾਂ ਨੂੰ ਇੱਦਾਂ ਲੱਗਦਾ ਆ ਕਿ ਜਦੋਂ ਭੈਣ ਕੈਮਰੇ ਮੂਹਰੇ ਆ ਜਾਂਦੀ ਆ ਬਸ ਗਿਣਨ ਲੱਗ ਜਾਂਦੀ ਆ ਸਾਰਾ ਕੁਛ। ਬਹੁਤ ਲੋਕ ਯੂਟਿਊਬ ਦੇ ਹੇਠਾਂ ਮਸੀਹ ਲੋਕ ਜਿਹੜੇ ਆ ਉਹ ਇੰਨੇ ਕਮੈਂਟ ਕਰਦੇ ਆ, ਸਿਸਟਰ ਤੈਨੂੰ ਇੱਦਾਂ ਨਹੀਂ ਬੋਲਣਾ ਚਾਹੀਦਾ ਸੀ, ਉੱਦਾਂ ਨਹੀਂ ਬੋਲਣਾ ਚਾਹੀਦਾ ਸੀ। ਤਾਂ ਫਿਰ ਪਰਮੇਸ਼ਵਰ ਦੀ ਰੂਹ ਤੋਂ ਭੱਜ ਕੇ ਮੈਂ ਕਿਤੇ ਨਹੀਂ ਜਾ ਸਕਦੀ, ਤੁਹਾਡੀ ਰੂਹ ਤੋਂ ਭੱਜ ਕੇ ਤਾਂ ਮੈਂ ਆਪਣੇ ਘਰ ਬੈਠ ਸਕਦੀ ਹਾਂ। ਸੋ ਤੁਹਾਡੇ ਬੋਲਣ ਦੇ ਨਾਲ ਮੇਰਾ ਕੁਛ ਨਾ ਵਿਗੜਨਾ ਨਾ ਸੌਰਨਾ, ਪਰ ਜੇ ਮੇਰਾ ਪਰਮੇਸ਼ਵਰ ਗੁੱਸੇ ਹੋ ਗਿਆ ਫਿਰ ਮੇਰਾ ਕਿਤੇ ਵੀ ਜਾ ਕੇ ਜਿਹੜਾ ਆ ਕੁਛ ਸੁਧਰ ਨਹੀਂ ਸਕਦਾ, ਕੁਛ ਵੀ ਮੇਰਾ ਜਿਹੜਾ ਆ ਉਹ ਫਾਇਦਾ ਨਹੀਂ ਹੋਣਾ। ਇਸ ਲਈ ਮੈਨੂੰ ਪਰਮੇਸ਼ਵਰ ਦੇ ਆਖੇ ਲੱਗਣਾ ਹੀ ਪੈਣਾ ਆ। ਔਰ ਜੇ ਪਰਮੇਸ਼ਵਰ ਨੇ ਚੁਣਿਆ ਆ ਉਹਨੇ ਇਸੇ ਕਰਕੇ ਸਾਰੀ ਦੁਨੀਆ ਦੇ ਵਿੱਚੋਂ ਕਹਿ ਲਓ ਜਾਂ ਇੱਕ ਭੀੜ ਦੇ ਵਿੱਚੋਂ ਕਹਿ ਲਓ ਪਰਮੇਸ਼ਵਰ ਨੇ ਸਾਨੂੰ ਵੱਖਰੇ ਕੀਤਾ ਆ, ਕਿਉਂਕਿ ਉਹਨੇ ਆਸ ਕੀਤੀ ਆ ਕਿ ਇਹ ਲੋਕ ਮੇਰਾ ਕੰਮ ਜਿਹੜਾ ਆ ਉਹ ਕਰ ਸਕਦੇ ਆ। ਸੋ ਅਸੀਂ ਉਹਦੀ ਆਸ ਨੂੰ ਜਿਹੜਾ ਆ ਪੂਰੀਆਂ ਕਰਨਾ ਹੈ, ਉਹਦੇ ਵਿਸ਼ਵਾਸ ਨੂੰ ਜਿਹੜਾ ਪਰਮੇਸ਼ਵਰ ਨੇ ਆਪਣੇ ਲੋਕਾਂ ਦੇ ਉੱਤੇ ਇਮਾਂ ਜਿਹੜਾ ਆ ਇੱਕ ਫੇਵਰ ਪਾਇਆ ਆ ਕਿ ਹਾਂ ਇਹ ਮੇਰੇ ਬੰਦੇ ਆ, ਇਹ ਮੇਰਾ ਸੁਨੇਹਾ ਜਿਹੜਾ ਆ ਉਹ ਦੂਜਿਆਂ ਨੂੰ ਦੇਣਗੇ। ਅਤੇ ਜੇ ਅਸੀਂ ਉਸ ਸੁਨੇਹੇ ਦੇ ਵਿੱਚ ਆਪਣੇ ਸੁਨੇਹੇ ਤੁਹਾਨੂੰ ਖੁਸ਼ ਕਰਨ ਲਈ ਮਿਕਸ ਕਰਨ ਲੱਗ ਗਏ ਤਾਂ ਮੇਰੇ ਭੈਣੋ ਭਰਾ ਉਹ ਹੋ ਸਕਦਾ ਤੁਸੀਂ ਸਵਰਗ ਨੂੰ ਚਲ ਜਾਓ ਅਤੇ ਅਸੀਂ ਨਰਕ ਨੂੰ ਚਲ ਜਾਈਏ। ਇਸ ਲਈ ਅਸੀਂ ਵੀ ਨਰਕ ਨੂੰ ਨਾ ਜਾਈਏ ਅਤੇ ਤੁਸੀਂ ਵੀ ਸਵਰਗ ਨੂੰ ਚਲੇ ਜਾਓ। ਇਸ ਕਰਕੇ ਸੱਚ ਸਾਨੂੰ ਬੋਲਣਾ ਹੀ ਪੈਣਾ ਆ, ਔਰ ਇਹ ਸੱਚਾਈ ਜਿਹੜੀ ਆ ਜੱਗ ਜਾ ਰਿਹਾ ਕਿ ਸੱਚ ਹਮੇਸ਼ਾ ਆ ਜਿਹੜਾ ਉਹ ਕੌੜਾ ਹੁੰਦਾ ਆ। ਸੋ ਇਸ ਲਈ ਤੁਸੀਂ ਕੀ ਸੋਚਦੇ ਆ ਉਹ ਇੰਨਾ ਡਿਪੈਂਡ ਨਹੀਂ ਕਰਦਾ, ਇਹ ਜ਼ਿਆਦਾ ਮਾਇਨੇ ਰੱਖਦਾ ਆ ਕਿ ਅਸੀਂ ਐਨ ਉੱਦਾਂ ਹੀ ਸੁਨੇਹਾ ਦੇਈਏ ਜਿੱਦਾਂ ਪਰਮੇਸ਼ਵਰ ਜੀ ਜਿਹੜਾ ਆ ਉਹ ਸਾਨੂੰ ਭੇਜਿਆ ਆ ਸੁਨੇਹਾ। ਔਰ ਇੱਥੇ ਉਹ ਕਹਿੰਦਾ ਮੇਰੀ ਪਰਜਾ ਲਈ ਉਹਨਾਂ ਦੇ ਅਪਰਾਧ ਦੱਸ। ਪਰਮੇਸ਼ਵਰ ਦਾ ਹੁਕਮ ਆ, ਕਿਉਂਕਿ ਅਸੀਂ ਨਿਆਣੇ ਨੂੰ ਗਲਤੀ ਕਾਹਤੇ ਦੱਸਦੇ ਹਾਂ? ਇਸ ਲਈ ਨਹੀਂ ਦੱਸਦੇ ਕਿ ਅਸੀਂ ਉਹਨੂੰ ਪਿਆਰ ਨਹੀਂ ਕਰਦੇ, ਪਰ ਆਪਾਂ ਉਹਨੂੰ ਇਸ ਲਈ ਗਲਤੀ ਦੱਸਦੇ ਹਾਂ ਕਿ ਉਹ ਦੁਬਾਰਾ ਉਹ ਗਲਤੀ ਨਾ ਕਰੇ, ਦੁਬਾਰਾ ਉਹ ਆਪਣੀ ਜ਼ਿੰਦਗੀ 'ਚ ਮਾਰ ਨਾ ਖਾਵੇ, ਆਪਣੀ ਜ਼ਿੰਦਗੀ 'ਚ ਕਦੀ ਉਹ ਫੇਲ ਨਾ ਹੋਵੇ। ਇਸ ਲਈ ਅਸੀਂ ਆਪਣੇ ਜਿਹੜੇ ਨਿਆਣੇ ਆ ਉਹਨਾਂ ਨੂੰ ਗਲਤੀਆਂ ਦੱਸਦੇ ਹਾਂ। ਤਾਂ ਜਦੋਂ ਇੱਕ ਪਾਸਬਾਨ ਜਿਹੜਾ ਆ ਉਹ ਕਲੀਸੀਆ ਦੇ ਵਿੱਚ ਜਾਂ ਪਰਮੇਸ਼ਵਰ ਦੇ ਲੋਕਾਂ ਦੇ ਵਿੱਚ ਕਿਸੇ ਦੀ ਗਲਤੀ ਦੱਸਦਾ ਕਿ ਤੂੰ ਆਪਣੇ ਜੀਵਨ ਨੂੰ ਠੀਕ ਕਰ, ਬਹੁਤ ਵੇਲੇ ਲੋਕ ਕੀ ਕਰਦੇ, ਕਹਿੰਦੇ ਜੀ ਅਸੀਂ ਨਹੀਂ ਹੁਣ ਮਿਲਣਾ ਪਾਸਟਰ ਨੂੰ, ਪਾਸਟਰ ਤਾਂ ਆਪਣੇ ਆਪ ਨੂੰ ਪਤਾ ਨਹੀਂ ਕੀ ਜਾਣਦਾ, ਉਹ ਮੈਨੂੰ ਕਹਿੰਦਾ ਜੀ ਆਪਣਾ ਜੀਵਨ ਠੀਕ ਕਰ, ਮੇਰੇ ਜੀਵਨ ਨੂੰ ਕੀ ਗੋਲੀ ਵੱਜੀ ਆ, ਇੱਦਾਂ ਦੇ ਵਰਡਸ ਬੋਲਦੇ ਆ ਲੋਕ, ਹੈਨਾ। ਅਤੇ ਜਦੋਂ ਉਹ ਲੋਕ ਇੱਦਾਂ ਕਰਦੇ, ਪਾਸਟਰ ਨੂੰ ਤੁਹਾਡਾ ਜੀਵਨ ਸੁਧਰਿਆ ਹੋਵੇ ਵਿਗੜਿਆ ਹੋਵੇ ਕੋਈ ਉਹਦੇ ਨਾਲ ਫਰਕ ਨਹੀਂ ਪੈਣਾ, ਕੁਛ ਵੀ ਫਰਕ ਨਹੀਂ ਪੈਣਾ, ਤੁਸੀਂ ਜੋ ਮਰਜ਼ੀ ਕਰੋ, ਪਾਸਟਰ ਤੁਹਾਨੂੰ ਸੁਧਰਿਆ ਦੇਖਣਾ ਚਾਹੁੰਦਾ ਇਹ ਠੀਕ ਆ, ਪਰ ਅਸਲ 'ਚ ਗੱਲ ਇਹ ਆ ਕਿ ਪਾਸਟਰ ਦੀ ਡਿਊਟੀ ਪਰਮੇਸ਼ਵਰ ਨੇ ਲਾਈ ਆ, ਤੁਸੀਂ ਪਾਸਟਰ ਦੇ ਬੱਚੇ ਨਹੀਂ ਹੋ, ਤੁਸੀਂ ਪਰਮੇਸ਼ਵਰ ਦੇ ਧੀਆਂ ਪੁੱਤਰ ਹੋ, ਔਰ ਤੁਹਾਡੇ ਉੱਤੇ ਜਿਹੜੀ ਤਾੜਨਾ ਆ ਉਹ ਪਰਮੇਸ਼ਵਰ ਆਪਣੇ ਵਚਨ ਦੇ ਰਾਹੀਂ ਕਰ ਰਹੇ ਔਰ ਪਰਮੇਸ਼ਵਰ ਆਪਣੇ ਦਾਸ ਨੂੰ ਕੀ ਕਰ ਰਹੇ, ਕਹਿੰਦੇ ਮੇਰੀ ਪਰਜਾ ਨੂੰ ਉਹਨਾਂ ਦੇ ਅਪਰਾਧ ਅਤੇ ਯਕੂਬ ਦੇ ਘਰਾਣੇ ਲਈ ਉਹਨਾਂ ਦੇ ਪਾਪ ਦੱਸ। ਜਿਹੜੀਆਂ ਗਲਤੀਆਂ ਕਹਿੰਦਾ ਯਕੂਬ ਦਾ ਘਰਾਣਾ ਕਰਦਾ ਆ, ਜਿਹੜੀ ਮੇਰੀ ਪਰਜਾ ਆ, ਜਿਹੜੇ ਅਪਰਾਧ ਉਹ ਕਰਦੀ ਆ, ਉਹਨਾਂ ਨੂੰ ਉਹਨਾਂ ਦੀਆਂ ਗਲਤੀਆਂ ਦੱਸੋ, ਉਹਨਾਂ ਦੇ ਪਾਪ ਉਹਨਾਂ ਨੂੰ ਦੱਸੋ। ਕਿਉਂ ਦੱਸੋ? ਤਾਂ ਜੋ ਉਹਨਾਂ ਪਾਪਾਂ ਤੋਂ ਉਹ ਪਸ਼ਚਾਤਾਪ ਕਰਨ ਅਤੇ ਉਹਨਾਂ ਪਾਪਾਂ ਨੂੰ ਛੱਡ ਕੇ ਉਹ ਵਾਪਸ ਮੋੜ ਆਉਣ, ਆਪਣੇ ਜੀਵਨ ਦੇ ਵਿੱਚ ਉਹ ਸੁਧਾਰ ਲੈ ਕੇ ਆਉਣ, ਤਾਂ ਜੋ ਪਰਮੇਸ਼ਵਰ ਦੇ ਨਾਲ ਵਾਪਸ ਉਹਨਾਂ ਦਾ ਜਿਹੜਾ ਰਿਸ਼ਤਾ ਆ ਉਹ ਫਿਰ ਤੋਂ ਗੰਢਿਆ ਜਾਵੇ ਅਤੇ ਉਹਨਾਂ ਦਾ ਪਿਆਰ ਜਿਹੜਾ ਆ ਉਹ ਗੂੜਾ ਹੋ ਜਾਵੇ। ਇਸ ਲਈ ਨਿੱਕੀ ਨਿੱਕੀ ਗੱਲ 'ਤੇ ਰੁੱਸਿਆ ਨਾ ਕਰੋ,
ਜਿਹੜੀ ਤਾੜਨਾ ਆ ਉਹ ਉੱਥੇ ਹੀ ਕੀਤੀ ਜਾਂਦੀ ਆ ਜਿੱਥੇ ਕੋਈ ਕਿਸੇ ਦੇ ਨਾਲ ਪਿਆਰ ਰੱਖਦਾ ਆ। ਅਦਰਵਾਈਜ਼ ਜੇ ਤੁਸੀਂ ਕਦੀ ਇੱਦਾਂ ਸੋਚਿਆ ਕਿ ਕੋਈ ਗਲੀ ਦੇ ਵਿੱਚ ਲੰਘਦਾ ਤੁਰਿਆ ਜਾਂਦਾ ਹੋਵੇ, ਤੁਸੀਂ ਉਹਨੂੰ ਆਵਾਜ਼ ਮਾਰ ਕੇ ਕਹੋ ਭਈ ਸੁਧਰ ਜਾ ਨਹੀਂ ਤੇ ਤੂੰ ਨਰਕਾਂ ਨੂੰ ਚੱਲ ਜਾਏਗਾ? ਤੁਸੀਂ ਕਹਿ ਨਹੀਂ ਸਕਦੇ ਕਿਉਂਕਿ ਤੁਹਾਡੇ ਕੋਲ ਕੋਈ ਰਾਈਟ ਨਹੀਂ ਆ। ਕਿਉਂ ਨਹੀਂ ਰਾਈਟ? ਕਰਕੇ ਤੁਹਾਡੀ ਰਿਲੇਸ਼ਨਸ਼ਿਪ ਨਹੀਂ ਆ ਉਹਦੇ ਨਾਲ। ਜਦੋਂ ਤੁਸੀਂ ਇੱਕ ਰਿਲੇਸ਼ਨਸ਼ਿਪ 'ਚ ਆ ਜਾਂਦੇ ਆ, ਇੱਕ ਰਿਸ਼ਤੇ ਦੇ ਵਿੱਚ ਆ ਜਾਂਦੇ ਆ, ਫਿਰ ਤੁਹਾਡੇ ਕੋਲ ਅਧਿਕਾਰ ਹੋ ਜਾਂਦਾ ਆ ਸੁਣਨ ਦਾ ਤੇ ਕਹਿਣ ਦਾ। ਇਹ ਅਧਿਕਾਰ ਸਿਰਫ ਪਾਸਟਰਸ ਦਾ ਨਹੀਂ ਆ ਕਲੀਸੀਆ ਨੂੰ ਕਹਿਣ ਦਾ, ਪਰ ਜੇ ਕਲੀਸੀਆ ਦੇ ਵਿੱਚੋਂ ਜਿਹੜੇ ਬੁੱਧਵਾਨ ਮੈਂਬਰਸ ਆ, ਜੇ ਉਹਨਾਂ ਨੂੰ ਲੱਗਦਾ ਆ ਕਿ ਪਾਸਬਾਨ ਦੀ ਜਿਹੜੀ ਲਾਈਫ ਆ ਉਹਦੇ ਵਿੱਚ ਕੁਛ ਗਲਤ ਹੋ ਰਿਹਾ ਆ, ਤਾਂ ਉਹ ਵੀ ਉਹਨੂੰ ਪਰਸਨਲੀ ਜਾ ਕੇ ਮਿਲ ਸਕਦੇ ਆ ਤੇ ਉਹ ਫਿਰ ਕਹਿ ਸਕਦੇ ਆ ਕਿ ਹਾਂਜੀ ਪਰਮੇਸ਼ਵਰ ਦੇ ਦਾਸ ਜਾਂ ਪਾਸਟਰ ਜੀ ਜਾਂ ਜੋ ਵੀ ਤੁਸੀਂ ਉਹਨਾਂ ਨੂੰ ਕਾਲ ਕਰਦੇ ਆ, ਤੁਸੀਂ ਜਾ ਕੇ ਕਹਿ ਸਕਦੇ ਆ ਆਹ ਵਚਨ ਦੇ ਹਿਸਾਬ ਨਾਲ ਨਹੀਂ ਜਾਂਦਾ, ਪਰਮੇਸ਼ਵਰ ਨੇ ਤੁਹਾਨੂੰ ਜਿਹੜਾ ਕੰਮ ਦਿੱਤਾ ਆ ਤੁਸੀਂ ਉਹਦੇ ਤੋਂ ਪਾਸੇ ਨੂੰ ਨਾ ਜਾਓ, ਜਾਂ ਜੋ ਵੀ ਤੁਸੀਂ ਰੋਂਗ ਦੇਖਿਆ ਆ ਤੁਸੀਂ ਉਹਨਾਂ ਦੇ ਨਾਲ ਜਾ ਕੇ ਪਰਸਨਲੀ ਡਿਸਕਸ ਕਰ ਸਕਦੇ ਆ। ਤਾਂ ਹੀ ਅਸੀਂ ਜਿਹੜੇ ਆ ਉਹ ਇੱਕ ਸੱਚੇ ਮਿੱਤਰਤਾ ਦੇ ਵਿੱਚ ਆਉਂਦੇ ਆ। ਜੇ ਅਸੀਂ ਇੱਦਾਂ ਨਹੀਂ ਕਰਦੇ ਪਰ ਅਸੀਂ ਦੇਖਦੇ ਹਾਂ ਕਿ ਜੇ ਗਲਤ ਹੁੰਦਾ ਇਹਨੂੰ ਹੋਣ ਦਿਓ, ਆਪੇ ਹੀ ਦੁਨੀਆ 'ਚ ਜਦੋਂ ਰੌਲਾ ਪੈ ਗਿਆ ਫਿਰ ਇਹਨੂੰ ਆਪੇ ਪਤਾ ਲੱਗ ਜਾਣਾ ਆ ਵੀ ਹੁਣ ਇਹ ਗਲਤ ਹੋ ਗਿਆ ਆ, ਫਿਰ ਕੀ ਆ ਇਹਦਾ ਮਤਲਬ ਤੁਸੀਂ ਜਿਹੜਾ ਆ ਅਜੇ ਪਿਆਰ ਵਾਲਾ ਜਿਹੜਾ ਪਰਮੇਸ਼ਵਰ ਦਾ ਹੁਕਮ ਆ ਉਹ ਮੰਨਣਾ ਸ਼ੁਰੂ ਨਹੀਂ ਕੀਤਾ। ਜੇ ਤੁਸੀਂ ਪਿਆਰ ਕਰਦੇ ਆ, ਚਾਹੇ ਉਹ ਆਪਣੇ ਚਰਚ ਦੇ ਨਾਲ ਆ, ਚਾਹੇ ਆਪਣੇ ਭੈਣ ਭਰਾ ਦੇ ਨਾਲ ਆ, ਚਾਹੇ ਉਹ ਪਾਸਟਰ ਦੇ ਨਾਲ ਆ, ਫਿਰ ਆਪਾਂ ਇੱਕ ਦੂਜੇ ਨੂੰ ਜਿਹੜੀਆਂ ਆ ਉਹ ਗਲਤੀਆਂ ਵੀ ਦੱਸਦੇ ਹਾਂ, ਕਰਕੇ ਅਸੀਂ ਚਾਹੁੰਦੇ ਹਾਂ ਕਿ ਉਹ ਗਲਤੀਆਂ ਤੋਂ ਮੋੜ ਆਉਣ ਅਤੇ ਫਿਰ ਕੀ ਆ ਸਾਰਾ ਕੁਛ ਸਹੀ ਹੋ ਜਾਵੇ। ਤਾਂ ਹੀ ਪਰਮੇਸ਼ਵਰ ਨੇ ਆਪਣੇ ਦਾਸ ਨੂੰ ਜਿਹੜਾ ਇਹ ਹੁਕਮ ਦਿੱਤਾ, ਕਹਿੰਦਾ ਸਰਫਾ ਨਾ ਕਰ, ਕਹਿੰਦਾ ਸੰਕੋਚ ਨਾ ਕਰ, ਐਵੇਂ ਝਿਜਕੀ ਨਾ ਜਾ ਵੀ ਮੈਂ ਇਹਨਾਂ ਨੂੰ ਕਿੱਦਾਂ ਇਹਨਾਂ ਦੀਆਂ ਗਲਤੀਆਂ ਦੱਸਣੀਆਂ। ਕਹਿੰਦਾ ਸੰਘ ਅਡਲਾ ਅਤੇ ਆਪਣੀ ਆਵਾਜ਼ ਨੂੰ ਤੁਰੀ ਵਾਂਗ ਉੱਚਿਆਂ ਕਰ, ਕਹਿੰਦਾ ਦੱਬ ਕੇ ਜਿਹੜੀ ਗੱਲ ਆ ਉਹ ਜ਼ੋਰ ਨਾਲ ਕਰ, ਪੂਰੀ ਹੱਲਾਸ਼ੇਰੀ ਦੇ ਨਾਲ ਕਰ। ਸੋ ਪਰਮੇਸ਼ਵਰ ਇੱਦਾਂ ਦੱਸਦਾ ਆ ਕਿ ਇੱਦਾਂ ਨਹੀਂ ਕਿ ਫਰਜ਼ ਕਰੋ ਤੁਹਾਡੀ ਲਾਈਫ ਦੇ ਵਿੱਚ ਕਿਸੇ ਗਲਤੀ ਦਾ ਮੈਨੂੰ ਪਤਾ ਹੋਵੇ ਤਾਂ ਮੈਂ ਉਹ ਗਲਤੀ ਕਹਿਣ ਦੀ ਬਜਾਏ ਮੈਂ ਕਿਸੇ ਹੋਰ ਦਾ ਨਾਮ ਲੈ ਕੇ ਗੱਲ ਕਰਾਂ ਅਤੇ ਮੈਂ ਐਵੇਂ ਕਹਾਣੀਆਂ ਜਿਹੀਆਂ ਪਾਈ ਜਾਵਾਂ ਵੀ ਤੁਹਾਨੂੰ ਸਮਝ ਆ ਜੂ। ਹੋ ਸਕਦਾ ਤੁਹਾਨੂੰ ਸਮਝ ਨਾ ਆਵੇ, ਪਰ ਜੇ ਮੈਂ ਸਿੱਧਾ ਹੀ ਕਹਾਂ ਭਈ ਤੁਹਾਡੀ ਲਾਈਫ ਦੇ ਵਿੱਚ ਆਹ ਗਲਤੀ ਆ ਜਿਹੜੀ ਤੁਹਾਨੂੰ ਪਰਮੇਸ਼ਵਰ ਦੇ ਰਾਹ ਤੋਂ ਜਿਹੜਾ ਆ ਦੂਜੇ ਪਾਸੇ ਨੂੰ ਲੈ ਕੇ ਜਾਂਦੀ, ਤੁਹਾਡਾ ਟਰੈਕ ਬਦਲਦਾ ਜਾਂਦਾ ਆ, ਪਲੀਜ਼ ਤੁਸੀਂ ਬਾਈਬਲ ਦੇ ਹਿਸਾਬ ਨਾਲ ਆਪਣਾ ਜੀਵਨ ਜੀਣਾ ਸ਼ੁਰੂ ਕਰਿਓ ਅਤੇ ਜਿਹੜੀ ਗਲਤੀ ਆ ਤੁਸੀਂ ਉਹਨੂੰ ਮੰਨ ਲਓ ਅਤੇ ਪਰਮੇਸ਼ਵਰ ਕੋਲੋਂ ਮਾਫ਼ੀ ਮੰਗ ਲਓ, ਫਿਰ ਤੁਹਾਨੂੰ ਐਨ ਸਿੱਧਾ ਹੀ ਸਮਝ ਆ ਜਾਣਾ। ਇਸ ਕਰਕੇ ਬਾਈਬਲ 'ਚ ਵੀ ਇੱਦਾਂ ਲਿਖਿਆ, ਕਹਿੰਦਾ ਦੋਗਲਿਆਂ ਨੂੰ ਮੈਂ ਪਸੰਦ ਨਹੀਂ ਕਰਦਾ ਅਤੇ ਨਾ ਵਲ ਛਲ ਅਤੇ ਫਰੇਬ ਵਾਲਿਆਂ ਨੂੰ ਪਸੰਦ ਕਰਦਾ, ਕਹਿੰਦਾ ਮੈਂ ਸਿੱਧਿਆਂ ਲੋਕਾਂ ਨੂੰ ਪਸੰਦ ਕਰਦਾ ਹਾਂ। ਸੋ ਆਪਾਂ ਜਦੋਂ ਵੀ ਕਿਸੇ ਦੇ ਨਾਲ ਲਾਈਫ ਦੇ ਵਿੱਚ ਚੱਲਣਾ ਆ ਆਪਾਂ ਸਟ੍ਰੇਟ ਵੇ ਹੀ ਜਾਣਾ ਆ, ਕਦੀ ਵੀ ਆਪਾਂ ਨੂੰ ਜਿਹੜਾ ਆ ਉਹ ਕਹਾਣੀਆਂ ਪਾਉਣ ਦੀ ਜ਼ਰੂਰਤ ਨਹੀਂ ਆ। ਫਿਰ ਉਹ ਕੀ ਕਹਿੰਦਾ 2 ਨੰਬਰ ਵਰਸ ਦੇ ਵਿੱਚ, ਕਹਿੰਦਾ ਉਹ ਨਿੱਤ ਦਿਹਾੜੇ ਮੈਨੂੰ ਭਾਲਦੇ ਹਨ ਅਤੇ ਮੇਰੇ ਰਾਹ ਸਿਆਣਨ ਵਿੱਚ ਖੁਸ਼ ਹੁੰਦੇ ਹਨ। ਇੱਕ ਕੌਮ ਵਾਂਗ ਜਿਹਨੇ ਧਰਮ ਕਮਾਇਆ ਅਤੇ ਆਪਣੇ ਪਰਮੇਸ਼ਵਰ ਦੇ ਹੁਕਮਨਾਮੇ ਨੂੰ ਨਹੀਂ ਤਿਆਗਿਆ, ਉਹ ਧਰਮ ਦੇ ਨਿਆਂ ਮੈਥੋਂ ਪੁੱਛਦੇ ਹਨ, ਉਹ ਪਰਮੇਸ਼ਵਰ ਦੇ ਨੇੜੇ ਹੋਣ ਵਿੱਚ ਖੁਸ਼ ਹੁੰਦੇ ਹਨ। ਕਿਹੜੇ ਲੋਕ ਆ? ਉਹ ਲੋਕ ਇੱਦਾਂ ਨਹੀਂ ਆ ਵੀ ਉਹ ਜਿਹੜੇ ਲੋਕ ਆ ਉਹਨਾਂ ਨੇ ਗਲਤੀ ਕਰ ਲਈ ਪਰ ਇਸ ਕਰਕੇ ਕੀਤੀ ਵੀ ਉਹ ਪਰਮੇਸ਼ਵਰ ਨੂੰ ਪਰਮੇਸ਼ਵਰ ਨਹੀਂ ਮੰਨਦੇ ਜਾਂ ਪਰਮੇਸ਼ਵਰ ਦੇ ਨੇੜੇ ਨਹੀਂ ਜਾਣਾ ਚਾਹੁੰਦੇ। ਨਹੀਂ, ਗਲਤੀ ਹੋ ਜਾਂਦੀ ਆ, ਸੋ ਕਿਸੇ ਕੋਲੋਂ ਵੀ ਹੋ ਸਕਦੀ ਆ। ਬਾਈਬਲ ਦੇ ਵਿੱਚ ਇੱਦਾਂ ਲਿਖਿਆ ਕਿ ਸੰਪੂਰਨ ਕੋਈ ਨਹੀਂ ਹੈਗਾ, ਛੁੱਟ ਪਰਮੇਸ਼ਵਰ ਦੇ, ਅਤੇ ਨਾ ਹੀ ਕੋਈ ਆ ਜਿਹੜਾ ਕਹੇ ਕਿ ਮੈਂ ਧਰਮੀ ਹਾਂ ਬਾਕੀ ਸਾਰੇ ਜਿਹੜੇ ਗਲਤ ਆ। ਸੋ ਹਰੇਕ ਮਨੁੱਖ ਦੇ ਵਿੱਚ ਕੁਛ ਨਾ ਕੁਛ ਕਾਜ ਹੁੰਦਾ ਆ, ਗਲਤੀਆਂ ਹੋ ਜਾਂਦੀਆਂ ਆ, ਪਰ ਆਪਾਂ ਜਦੋਂ ਪਰਮੇਸ਼ਵਰ ਦੇ ਅੱਗੇ ਉਹਨਾਂ ਨੂੰ ਰੱਖ ਦਿੰਦੇ ਕਿ ਪ੍ਰਭੂ ਜੀ ਮੇਰੇ ਤੋਂ ਗਲਤੀ ਹੋ ਗਈ ਆ, ਮੈਂ ਮੁੜ ਕੇ ਨਹੀਂ ਗਲਤੀ ਕਰਨਾ ਚਾਹੁੰਦਾ, ਸੋ ਮੈਨੂੰ ਸਮਝਾਇਓ, ਮੈਨੂੰ ਆਪਣੇ ਆਤਮਾ ਦੇ ਨਾਲ ਜਿਹੜਾ ਆ ਸਿਖਾਇਓ, ਫਿਰ ਕੀ ਹੋਣਾ ਆ ਇੱਦਾਂ ਹੀ ਆਪਾਂ ਨੂੰ ਪਵਿੱਤਰ ਆਤਮਾ ਨੇ ਗਲਤੀ ਕਰਨ ਲੱਗਿਆਂ ਦੱਸਣ ਲੱਗ ਜਾਣਾ ਇਹ ਗਲਤ ਆ, ਇੱਦਾਂ ਨਹੀਂ ਕਰਨਾ। ਸੋ ਵਚਨ ਦੱਸਦਾ, ਕਹਿੰਦਾ ਉਹ ਨਿੱਤ ਦਿਹਾੜੇ ਮੈਨੂੰ ਭਾਲਦੇ, ਕਹਿੰਦਾ ਰੋਜ਼ ਹੀ ਮੈਨੂੰ ਲੱਭਦੇ ਆ, ਕਹਿੰਦਾ ਮੇਰੇ ਰਾਹ ਸਿਆਣਨ ਵਿੱਚ ਵੀ ਖੁਸ਼ ਹੁੰਦੇ ਆ, ਭਾਵ ਮੇਰੀ ਮਰਜ਼ੀ ਜਾਣਨ ਨੂੰ ਵੀ ਉਹ ਲੋਕ ਖੁਸ਼ ਹੁੰਦੇ ਆ। ਕਹਿੰਦਾ ਇੱਕ ਕੌਮ ਵਾਂਗ ਜਿਹਨੇ ਧਰਮ ਕਮਾਇਆ, ਕਹਿੰਦਾ ਉਹ ਲੋਕ ਇੱਦਾਂ ਆ ਉਸ ਕੌਮ ਵਰਗੇ ਆ ਜਿਹੜੇ ਚੰਗੇ ਚੰਗੇ ਕੰਮ ਕਰਦੇ ਆ। ਧਰਮ ਕਮਾਉਣਾ ਮਤਲਬ ਚੰਗੇ ਕੰਮ ਕਰਨਾ, ਧਰਮ ਦਾ ਮਤਲਬ ਹੀ ਚੰਗੇ ਕੰਮ ਕਰਨਾ ਆ ਕਿ ਉਹ ਦਇਆ ਕਰਕੇ ਖੁਸ਼ ਹੁੰਦੇ ਆ, ਉਹ ਭਲਾਈ ਕਰਕੇ ਖੁਸ਼ ਹੁੰਦੇ ਆ, ਉਹ ਜਿਹੜਾ ਆ ਉਹ ਪਿਆਰ ਕਰਕੇ ਖੁਸ਼ ਹੁੰਦੇ ਆ, ਉਹ ਸ਼ਾਂਤੀ ਦੇ ਵਿੱਚ ਰਹਿ ਕੇ ਖੁਸ਼ ਹੁੰਦੇ ਆ। ਸੋ ਇਹਨੂੰ ਕਹਿੰਦੇ ਆ ਧਰਮ ਕਮਾਉਣਾ, ਉਹ ਪਰਮੇਸ਼ਵਰ ਦੇ ਅੱਗੇ ਜਿਹੜੇ ਆ ਹਲੀਮ ਹੋ ਕੇ ਖੁਸ਼ ਹੁੰਦੇ ਆ, ਨਿਮਰਤਾ ਦੇ ਨਾਲ ਖੁਸ਼ ਹੁੰਦੇ। ਸੋ ਇਹ ਹੁੰਦਾ ਧਰਮ ਕਮਾਉਣਾ। ਔਰ ਕਹਿੰਦਾ ਉਹ ਉਸ ਕੌਮ ਦੇ ਵਾਂਗ ਆ ਜਿਹਨੇ ਧਰਮ ਕਮਾਇਆ ਆ, ਕਹਿੰਦਾ ਅਤੇ ਆਪਣੇ ਪਰਮੇਸ਼ਵਰ ਦੇ ਹੁਕਮਨਾਮੇ ਨੂੰ ਨਹੀਂ ਤਿਆਗਿਆ।
ਕਹਿੰਦਾ ਉਹ ਇਦਾਂ ਆ ਜੇ ਉਹਨਾਂ ਲੋਕਾਂ ਵਾਂਗ ਆ ਜਿਨ੍ਹਾਂ ਨੇ ਪਰਮੇਸ਼ਵਰ ਦੇ ਹੁਕਮਨਾਮਿਆਂ ਨੂੰ ਨਹੀਂ ਤਿਆਗਿਆ ਪਰ ਪਰਮੇਸ਼ਵਰ ਦੀ ਆਗਿਆਕਾਰੀ ਕੀਤੀ ਆ। ਕਹਿੰਦਾ ਉਹ ਪਰਮੇਸ਼ਵਰ ਦੇ ਨੇੜੇ ਹੋਣ ਵਿੱਚ ਖੁਸ਼ ਹੁੰਦੇ ਹਨ ਤੇ ਕਹਿੰਦਾ ਉਹ ਲੋਕ ਪਰਮੇਸ਼ਵਰ ਦੇ ਨੇੜੇ ਜਾ ਕੇ ਖੁਸ਼ ਹੁੰਦੇ ਆ। ਉਹ ਇੱਦਾਂ ਨਹੀਂ ਚਾਹੁੰਦੇ ਵੀ ਅਸੀਂ ਗਲਤੀ ਕਰੀਏ ਤੇ ਇਸ ਕਰਕੇ ਵੀ ਪਰਮੇਸ਼ਵਰ ਸਾਨੂੰ ਪਰੇ ਨੂੰ ਤੱਕ ਦੇ, ਨਹੀਂ ਗਲਤੀ ਉਹਨਾਂ ਤੋਂ ਹੋ ਜਾਂਦੀ ਆ ਜਾਂ ਕਈ ਵਾਰੀ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਉਹ ਗਲਤੀ ਕਰ ਰਹੇ ਆ ਕਿ ਇਹ ਸੱਚੀ ਗਲਤ ਆ। ਕਈ ਵਾਰੀ ਉਹਨਾਂ ਨੂੰ ਲੱਗਦਾ ਇਹ ਕੋਮਨ ਚੀਜ਼ ਆ, ਜਿੱਦਾਂ ਆਪਾਂ ਪਿਛਲੇ ਦਿਨਾਂ ਵਿੱਚ ਵੀ ਕਿੰਨੀਆਂ ਚੀਜ਼ਾਂ 'ਤੇ ਗੱਲਾਂ ਕੀਤੀਆਂ ਵੀ ਆਪਾਂ ਨੂੰ ਲੱਗਦਾ ਇਹ ਬਹੁਤ ਕੋਮਨ ਆ। ਹੋ ਸਕਦਾ ਆਪਾਂ ਗਲੀ ਦੇ ਵਿੱਚ ਇੱਕ ਰੋੜਾ ਪਿਆ, ਆਪਾਂ ਪਰਸੋਂ ਗੱਲ ਕੀਤੀ ਸੀ ਕਿ ਆਪਾਂ ਦੇਖਿਆ ਪਰ ਆਪਾਂ ਨੂੰ ਚੱਕ ਕੇ ਪਾਸੇ ਨਹੀਂ ਰੱਖਿਆ, ਪਰ ਉਹਦੇ ਪਿੱਛੋਂ ਕੋਈ ਨਿਆਣਾ ਜਾਂ ਬੁੱਢਾ ਆਇਆ ਉਸੇ ਰੋੜੇ ਦੇ ਵਿੱਚ ਵੱਜ ਕੇ ਉਹ ਡਿੱਗਿਆ ਤੇ ਉਹਨੇ ਰੱਬ ਨੂੰ ਫਟਕਾਰ ਦਿੱਤਾ ਵੀ ਮੈਨੂੰ ਕਾਹਤੇ ਸੁੱਟਿਆ, ਤੂੰ ਮੇਰੇ ਕਾਹਤੇ ਸੱਟ ਲਾਈ, ਮੈਨੂੰ ਤਾਂ ਦੀਂਦਾ ਨਹੀਂ ਸੀ ਪਰ ਤੈਨੂੰ ਤਾਂ ਦੀਂਦਾ ਸੀ। ਸੋ ਕੀ ਹੋਣਾ, ਉਹਦੀ ਸੱਟ ਦਾ ਤੇ ਰੱਬ ਦੀ ਜਿਹੜੀ ਉਹਨੇ ਫਟਕਾਰ ਪਾਈ ਉਹਦਾ ਬਦਲਾ ਕਿੱਥੋਂ ਲੈਣਾ ਆ? ਦੋ ਅੱਖਾਂ ਵਾਲੇ ਦੇ ਕੋਲੋਂ, ਜਿਹਨੇ ਉਹ ਰੋੜਾ ਵੇਖਿਆ ਪਰ ਚੱਕਿਆ ਨਹੀਂ। ਸੋ ਰੱਬ ਨੇ ਕਹਿਣਾ ਮੈਂ ਤੈਨੂੰ ਅੱਖਾਂ ਦਿੱਤੀਆਂ ਸੀ ਕਾਹਦੇ ਲਈ ਦਿੱਤੀਆਂ ਸੀ? ਵੀ ਮਾੜੀਆਂ ਚੀਜ਼ਾਂ ਦੇਖਿਆ ਕਰ, ਨਹੀਂ ਇਸ ਲਈ ਵੀ ਦਿੱਤੀਆਂ ਸੀਗੀਆਂ ਵੀ ਰਾਹ ਦੇ ਵਿੱਚੋਂ ਰੋੜਾ ਚੱਕ ਕੇ ਪਾਸੇ ਕਰਦੀ। ਜਦੋਂ ਅਸੀਂ ਇੱਕ ਮਟੀਰੀਅਲ ਵਾਲਾ ਜਿਹੜੀ ਚੀਜ਼ ਆ ਉਹਨੂੰ ਚੱਕ ਕੇ ਪਾਸੇ ਕਰਦੇ, ਇੱਕ ਰੋੜੇ ਨੂੰ ਚੱਕ ਕੇ ਪਾਸੇ ਕਰਦੇ, ਤੇ ਆਤਮਕ ਰੁਕਾਵਟਾਂ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਆ ਨਾ ਉਹਨੂੰ ਪਰਮੇਸ਼ਵਰ ਆਪਣੀ ਕਿਰਪਾ ਦੇ ਨਾਲ ਪਾਸੇ ਕਰ ਦਿੰਦੇ ਆ। ਸੋ ਇੱਦਾਂ ਹੀ ਆ, ਉਹ ਕਹਿੰਦਾ ਉਹ ਪਰਮੇਸ਼ਵਰ ਦੇ ਨੇੜੇ ਹੋਣ ਦੇ ਵਿੱਚ ਖੁਸ਼ ਹੁੰਦੇ ਆ। ਗਲਤੀ ਉਹਨਾਂ ਤੋਂ ਹੋ ਜਾਂਦੀ ਪਰ ਉਹਨਾਂ ਦੀ ਕੋਸ਼ਿਸ਼ ਇਹ ਨਹੀਂ ਆ ਕਿ ਉਹ ਪਰਮੇਸ਼ਵਰ ਤੋਂ ਦੂਰ ਜਾਣ, ਕੋਸ਼ਿਸ਼ ਉਹਨਾਂ ਦੀ ਇਹੀ ਆ ਕਿ ਉਹ ਪਰਮੇਸ਼ਵਰ ਦੇ ਨੇੜੇ ਆਉਣ। ਫਿਰ ਉਹ ਕੀ ਕਹਿੰਦਾ, ਕਹਿੰਦਾ ਅਸਾਂ ਕਿਉਂ ਵਰਤ ਰੱਖਿਆ ਅਤੇ ਤੂੰ ਵੇਖਦਾ ਨਹੀਂ, ਅਸਾਂ ਕਿਉਂ ਆਪਣੀਆਂ ਜਾਨਾਂ ਨੂੰ ਦੁੱਖ ਦਿੱਤਾ ਅਤੇ ਤੂੰ ਖਿਆਲ ਨਹੀਂ ਕਰਦਾ? ਵੇਖੋ ਵਰਤ ਦੇ ਦਿਨ ਤੁਸੀਂ ਆਪਣੀ ਖੁਸ਼ੀ ਲੱਭਦੇ ਹੋ ਅਤੇ ਆਪਣੇ ਸਾਰੇ ਕਾਮਿਆਂ ਨੂੰ ਧੱਕੀ ਫਿਰਦੇ ਹੋ। ਓਕੇ, ਕਹਿੰਦਾ ਵੀ ਲੋਕੀ ਕੀ ਕਰਦੇ ਆ, ਆਪਾਂ ਵਰਤ ਰੱਖਦੇ ਹਾਂ, ਫਿਰ ਆਪਾਂ ਕੀ ਕਰਦੇ ਹਾਂ? ਪਰਮੇਸ਼ਵਰ ਨੂੰ ਕਹਿੰਦੇ ਮੈਂ ਕਿਉਂ ਵਰਤ ਰੱਖਿਆ, ਤੈਨੂੰ ਪਤਾ ਨਹੀਂ ਹੈ, ਤੂੰ ਮੇਰੇ ਵੱਲ ਦੇਖਦਾ ਨਹੀਂ ਹੈ ਵੀ ਮੈਂ ਭੁੱਖਣ ਭਾਣੇ ਪ੍ਰਭੂ ਤੇਰੇ ਅੱਗੇ ਤੁਰਿਆ ਫਿਰਦਾ ਆ। ਕਈ ਵਾਰੀ ਅਸੀਂ ਪ੍ਰਭੂ ਨੂੰ ਕਹਿੰਦੇ ਹਾਂ, ਕਈ ਵਾਰੀ ਅਸੀਂ ਆਪਣੇ ਟੱਬਰ ਨੂੰ ਹੀ ਕਹਿਣ ਲੱਗ ਜਾਂਦੇ, ਤੈਨੂੰ ਪਤਾ ਨਹੀਂ ਹੈ ਫਲਾਨਾ ਕੰਮ ਮੈਨੂੰ ਦੱਸਤਾ, ਪਾਣੀ ਦਾ ਗਲਾਸ ਫੜ ਲਿਆ, ਮੈਂ ਵਰਤ ਰੱਖਿਆ, ਤੈਨੂੰ ਨਹੀਂ ਪਤਾ? ਫਿਰ ਉਹ ਕੀ ਕਹਿੰਦਾ, ਕਹਿੰਦਾ ਵਰਤ ਦੇ ਦਿਨ ਤੁਸੀਂ ਆਪਣੀ ਖੁਸ਼ੀ ਲੱਭਦੇ ਆ। ਕਹਿੰਦਾ ਤੁਸੀਂ ਆਪਣੀ ਖੁਸ਼ੀ ਨੂੰ ਪਾਉਣ ਦੇ ਲਈ, ਵੀ ਕਈਆਂ ਨੇ ਵਰਤ ਰੱਖਿਆ, ਹੋ ਸਕਦਾ ਸਾਡਾ ਬਾਹਰਲਾ ਕੰਮ ਬਣ ਜੇ, ਕਈਆਂ ਨੇ ਵਰਤ ਰੱਖਿਆ, ਹੋ ਸਕਦਾ ਵੀ ਸਾਡੇ ਧੀਆਂ ਪੁੱਤਰਾਂ ਦੇ ਵਿਆਹ ਰੁਕੇ ਆ ਉਹ ਹੋ ਜਾਣ, ਕਿਸੇ ਨੇ ਆਪਦੀ ਮੈਰਿਜ ਲਈ ਰੱਖਿਆ ਹੋ ਸਕਦਾ, ਕਿਸੇ ਨੇ ਕਰਜ਼ੇ ਤੋਂ ਛੁੱਟਣ ਲਈ ਰੱਖਿਆ ਹੋ ਸਕਦਾ। ਬਹੁਤ ਘੱਟ ਲੋਕ ਆ ਜਿਹੜੇ ਇੱਦਾਂ ਵਰਤ ਰੱਖਦੇ ਆ ਕਿ ਪ੍ਰਭੂ ਅਸੀਂ ਤੇਰੇ ਨੇੜੇ ਆਉਣਾ ਚਾਹੁੰਦੇ ਹਾਂ, ਇਹਨਾਂ ਦਿਨਾਂ 'ਚ ਸਾਡੇ ਨਾਲ ਗੱਲ ਕਰ। ਪਰ 98% ਲੋਕ ਆ, 98% ਲੋਕ ਆ ਜਿਹੜੇ ਆਪਣੀਆਂ ਰੁਕੀਆਂ ਹੋਈਆਂ ਚੀਜ਼ਾਂ ਦੇ ਵਿੱਚੋਂ ਨਿਕਲਣ ਦੇ ਲਈ ਵਰਤ ਰੱਖਦੇ ਆ, ਔਰ ਫਿਰ ਉਹ ਘਰੇ ਹੀ ਰੋਹ ਪਾਈ ਜਾਊਗੇ ਵੀ ਲੈ ਮੈਂ ਕਿੱਦਾਂ ਕੰਮ ਕਰ ਲਵਾਂ, ਮੈਨੂੰ ਹੁਣ ਮੈਂ ਅੱਜ ਆਹ ਨਹੀਂ ਕੰਮ ਕਰਨਾ, ਮੈਂ ਵਰਤ ਰੱਖਿਆ, ਮੈਂ ਆਹ ਨਹੀਂ ਕਰਨਾ। ਅਰੇ ਫਿਰ ਉਹ ਕੀ ਕਹਿੰਦਾ, ਕਹਿੰਦਾ ਆਪਣੇ ਸਾਰੇ ਕਾਮਿਆਂ ਨੂੰ ਧੱਕੀ ਫਿਰਦੇ। ਆਪ ਤਾਂ ਕਹਿੰਦਾ ਤੁਸੀਂ ਖੁਸ਼ੀ ਲੱਭਣ ਲਈ ਭੁੱਖੇ ਆ ਤੇ ਕਹਿੰਦਾ ਆਪਣੇ ਕਾਮਿਆਂ ਨੂੰ ਤੁਸੀਂ ਧੱਕੀ ਫਿਰਦੇ ਆ ਵੀ ਜਾ ਅੱਜ ਮੇਰੇ ਵੰਡੇ ਦਾ ਵੀ ਤੂੰ ਕੰਮ ਕਰ। ਰੌਲੀ ਪਾਈ ਹੁੰਦੀ ਸਾਡੀ ਵੀ ਤੈਨੂੰ ਦੇਖਦਾ ਨਹੀਂ ਮੈਂ ਵਰਤ ਰੱਖਿਆ ਫਲਾਨਿਆ, ਤੈਨੂੰ ਦੇਖਦਾ ਨਹੀਂ ਵਰਤ ਰੱਖਿਆ। ਕਹਿੰਦਾ ਆਪਣੀ ਜਾਨ ਨੂੰ ਦੁੱਖ ਦਿੰਦੇ ਆ ਤੇ ਫਿਰ ਕਹਿੰਦੇ ਅਸੀਂ ਕਹਿੰਦੇ ਤੈਨੂੰ ਖਿਆਲ ਨਹੀਂ ਆ। ਫਿਰ ਉਹ ਕੀ ਕਹਿੰਦਾ, ਕਹਿੰਦਾ ਵੇਖੋ ਤੁਸੀਂ ਝਗੜੇ ਰਗੜੇ ਲਈ ਅਤੇ ਬਰਿਆਈ ਦੇ ਹੂਰੇ ਮਾਰਨ ਲਈ ਵਰਤ ਰੱਖਦੇ ਹੋ। ਕੀ ਕਹਿੰਦਾ, ਕਹਿੰਦਾ ਤੁਸੀਂ ਵਰਤ ਕਾਹਦੇ ਲਈ ਰੱਖਦੇ ਆ? ਝਗੜੇ ਰਗੜੇ ਕਰਨ ਨੂੰ, ਬੁਰਾਈ ਦੇ ਹੂਰੇ ਮਾਰਨ ਲਈ ਵਰਤ ਰੱਖਦੇ ਆ। ਅੱਜ ਅਜਿਹੇ ਵਰਤ ਰੱਖਣ ਨਾਲ ਤੁਸੀਂ ਆਪਣੀ ਆਵਾਜ਼ ਉਚਾਈ ਤੋਂ ਨਹੀਂ ਸੁਣਾਓਗੇ। ਸੋ ਜਿਹੋ ਜਿਹੇ ਕਹਿੰਦਾ ਵਰਤ ਤੁਸੀਂ ਰੱਖਦੇ ਆ ਨਾ, ਇੱਦਾਂ ਤੁਹਾਡੀ ਆਵਾਜ਼ ਉੱਥੇ ਤੱਕ ਨਹੀਂ ਪਹੁੰਚਣੀ ਜਿੱਥੇ ਤੁਸੀਂ ਪਹੁੰਚਾਉਣੀ ਚਾਹੁੰਦੇ ਆ। ਬੁਰਾਈ ਦੇ ਹੂਰੇ ਮਾਰਨਾ ਜਾਂ ਝਗੜੇ ਰਗੜੇ ਲਈ ਵਰਤ ਰੱਖਣ ਦਾ ਮਤਲਬ ਕੀ ਆ? ਬਈ ਅੱਜ ਮੰਨ ਲਓ ਆਪਾਂ ਵਰਤ ਰੱਖ ਲਿਆ ਹੈ ਨਾ, ਤੇ ਕੱਲ੍ਹ ਨੂੰ ਆਪਾਂ ਵਰਤ ਨਹੀਂ ਰੱਖਿਆ ਤਾਂ ਘਰੇ ਨੌਂ ਸੱਸ ਦੀ ਲੜਾਈ ਹੋ ਗਈ ਜਾਂ ਦਰਾਣੀ ਜਠਾਣੀ ਦੀ ਲੜਾਈ ਹੋ ਗਈ ਜਾਂ ਭੈਣਾਂ ਭਰਾਵਾਂ ਦੀ ਲੜਾਈ ਹੋ ਗਈ ਜਾਂ ਗੁਆਂਢੀਆਂ ਨਾਲ ਲੜਾਈ ਹੋ ਗਈ, ਫਿਰ ਬਾਂਹ ਕੱਢ ਕੇ ਲੜਨਾ, ਤੈਨੂੰ ਇੱਦਾਂ ਹੋ ਜਾਵੇ, ਤੈਨੂੰ ਉੱਦਾਂ ਹੋ ਜਾਵੇ, ਤੇਰੇ ਨਿਆਣਿਆਂ ਨਾਲ ਇੱਦਾਂ ਹੋ ਜਾਵੇ, ਤੇਰੇ ਉੱਤੇ ਬਿਪਤਾ ਪੈ ਜਾਵੇ, ਤਾਂ ਗਾਲਾਂ ਕੱਢਣ ਲੱਗਿਆਂ ਜ਼ਬਾਨ ਨੂੰ ਲਗਾਮ ਨਹੀਂ ਚਾੜਨੀ। ਤਾਂ ਉਹ ਕਹਿੰਦਾ, ਕਹਿੰਦਾ ਤੁਸੀਂ ਇੱਦਾਂ ਦੇ ਵਰਤ ਰੱਖਦੇ, ਕਹਿੰਦਾ ਬੁਰਾਈ ਦੇ ਹੂਰੇ ਮਾਰਨ ਨੂੰ। ਅੱਜ ਤੁਸੀਂ ਵਰਤ ਰੱਖਿਆ ਆ, ਕੱਲ੍ਹ ਨੂੰ ਤੁਸੀਂ ਆਹ ਕੰਮ ਕਰਨੇ ਆ, ਜਾਂ ਕੱਲ੍ਹ ਤੁਸੀਂ ਆਹ ਕੰਮ ਕਰਦੇ ਸੀ ਫਿਰ ਅੱਜ ਤੁਸੀਂ ਵਰਤ ਰੱਖ ਕੇ ਬੈਠ ਗਏ, ਫਿਰ ਮੁੜ ਕੇ ਫਿਰ ਤੁਸੀਂ ਕਹਿੰਦਾ ਉਹੀ ਕੰਮ ਕਰੀ ਜਾਣੇ ਆ। ਕਹਿੰਦਾ ਜਿਹੋ ਜਿਹੇ ਵਰਤ ਤੁਸੀਂ ਰੱਖਦੇ ਆ ਨਾ ਇੱਦਾਂ ਦੇ ਵੀ ਆਪਣੇ ਆਪ ਨੂੰ ਤੁਸੀਂ ਬਦੀਆਂ ਦੇ ਵਿੱਚ ਫਿੱਟ ਕੀਤਾ ਆ, ਫਿਰ ਢਿੱਡੋ ਭੁੱਖੇ ਰਹਿ ਕੇ ਕਹਿੰਦਾ ਰੱਬ ਮੂਹਰੇ ਤੁਸੀਂ ਚੌਂਕੜੀਆਂ ਮਾਰ ਕੇ ਬਹਿ ਜਾਂਦੇ ਆ। ਕਹਿੰਦਾ ਇੱਦਾਂ ਤੁਹਾਡੀ ਆਵਾਜ਼ ਜਿਹੜੀ ਆ ਉੱਥੇ ਤੱਕ ਨਹੀਂ ਪਹੁੰਚਣੀ ਜਿੱਥੇ ਤੱਕ ਤੁਸੀਂ ਪਹੁੰਚਾਉਣੀ ਚਾਹੁੰਦੇ ਆ। ਸੋ ਬਹੁਤ ਸਾਰੇ ਵਿਊਵਰਸ ਆ ਜਿਨ੍ਹਾਂ ਦੀ ਲਾਈਫ ਦੇ ਵਿੱਚ ਇਹ ਸਭ ਕੁਛ ਚੱਲ ਰਿਹਾ ਆ ਔਰ ਚੱਲਦਾ ਆ,
ਅਸੀਂ ਅਸੀਂ ਬਿਲਕੁਲ ਆਊਟ ਆਫ ਕੰਟਰੋਲ ਹਾਂ। ਆਪਣੇ ਗੁੱਸੇ ਦੇ ਉੱਤੇ ਸਾਡਾ ਕੋਈ ਕੰਟਰੋਲ ਨਹੀਂ, ਕ੍ਰੋਧ ਦੇ ਉੱਤੇ ਕੋਈ ਕੰਟਰੋਲ ਨਹੀਂ, ਲਾਲਚ ਉੱਤੇ ਕੋਈ ਕੰਟਰੋਲ ਨਹੀਂ, ਸੋਚਾਂ ਦੇ ਉੱਤੇ ਕੋਈ ਕੰਟਰੋਲ ਨਹੀਂ। ਪਰ ਅਸੀਂ ਵਰਤ ਰੱਖ ਕੇ ਪਰਮੇਸ਼ਵਰ ਨੂੰ ਕੰਟਰੋਲ ਕਰਨਾ ਚਾਹੁੰਦੇ, ਅਸੀਂ ਚਾਹੁੰਦੇ ਕਿ ਪਰਮੇਸ਼ਵਰ ਕੰਟਰੋਲ 'ਚ ਆ ਜਾਵੇ। ਕਿ ਹੁਣ ਫਰਜ਼ ਕਰੋ ਕਿਸੇ ਨੂੰ ਲੱਗਦਾ ਕਿ ਮੇਰਾ ਵੀਜ਼ਾ ਮੇਰੇ ਕੰਟਰੋਲ ਦੇ ਵਿੱਚ ਨਹੀਂ ਆ, ਉਹ ਵਰਤ ਰੱਖ ਕੇ ਬਹਿ ਜਾਂਦਾ ਔਰ ਵੀਜ਼ੇ ਨੂੰ ਕੰਟਰੋਲ ਵਿੱਚ ਕਰਨ ਦੀ ਕੋਸ਼ਿਸ਼ ਕਰਦਾ। ਕਿਸੇ ਨੂੰ ਲੱਗਦਾ ਮੇਰੀ ਸਿਚੁਏਸ਼ਨ ਕੰਟਰੋਲ ਦੇ ਵਿੱਚ ਨਹੀਂ ਆ, ਅਤੇ ਉਹ ਵਰਤ ਰੱਖ ਕੇ ਬੈਠ ਜਾਂਦਾ ਕਿ ਪਰਮੇਸ਼ਵਰ ਨੂੰ ਕੰਟਰੋਲ ਦੇ ਵਿੱਚ ਲੈ ਕੇ ਕਹੇ ਕਿ ਮੇਰੀ ਸਿਚੁਏਸ਼ਨ ਠੀਕ ਕਰ, ਮੇਰੀ ਸਿਚੁਏਸ਼ਨ ਮੇਰੇ ਅਕੋਰਡਿੰਗ ਕਰ। ਤਾਂ ਕੀ ਆ, ਇਹ ਸਾਰੀਆਂ ਚੀਜ਼ਾਂ ਗਲਤ ਆ। ਇੱਦਾਂ ਦੇ ਵਰਤੋਂ ਕਹਿੰਦਾ ਉਹਨੂੰ ਬਿਲਕੁਲ ਪਸੰਦ ਨਹੀਂ ਆ, ਜਿੱਦਾਂ ਦੇ ਵਰਤ ਲੜਾਈ ਝਗੜਿਆਂ ਵਾਲੇ ਤੁਸੀਂ ਰੱਖਦੇ ਆ। ਹੁਣ ਉਹ ਕੀ ਦੱਸਦਾ ਆ ਵਰਤ ਕਿੱਦਾਂ ਹੋਣਾ ਚਾਹੀਦਾ। ਕਹਿੰਦਾ ਭਲਾ ਇਹ ਇਹੋ ਜਿਹਾ ਵਰਤ ਹੈ ਜਿਹਨੂੰ ਮੈਂ ਚੁਣਾ। ਸੋ ਕਹਿੰਦਾ ਭਲਾ ਇਹ ਜਿਹੜੇ ਤੁਸੀਂ ਵਰਤ ਰੱਖਦੇ ਇਹ ਇਹੋ ਜਿਹਾ ਵਰਤ ਆ ਜਿਹਨੂੰ ਕਹਿੰਦਾ ਮੈਂ ਚੁਣਾ। ਪ੍ਰਭੂ ਇੱਥੇ ਪੁੱਛਦੇ ਕਹਿੰਦੇ ਇਹੋ ਜਿਹੇ ਵਰਤ ਨੂੰ ਤੁਸੀਂ ਸੋਚਦੇ ਆ ਮੈਂ ਚੁਣਾ, ਵੀ ਸਾਰਾ ਦਿਨ ਤੁਸੀਂ ਢੰਡੋਰਾ ਪਿੱਟੋ ਵੀ ਮੈਂ ਵਰਤ ਰੱਖਿਆ ਫਲਾਨਿਆ, ਤੈਨੂੰ ਦਿਖਦਾ ਨਹੀਂ ਆ, ਮੈਂ ਥੱਕ ਗਿਆ, ਮੈਂ ਬਹਿ ਗਿਆ, ਆਪਣੇ ਕੰਮ ਵਾਲਿਆਂ ਨੂੰ ਵੀ ਧੱਕੀ ਫਿਰਨਾ। ਕਹਿੰਦਾ ਇਹੋ ਜਿਹਾ ਪਸੰਦ ਆ, ਜਾਂ ਫਿਰ ਇਹੋ ਜਿਹਾ ਪਸੰਦ ਆ ਕਿ ਤੁਸੀਂ ਲੜਾਈ ਝਗੜੇ ਕਰੀ ਜਾਓ, ਸਭ ਕੁਛ ਕਰੀ ਜਾਓ, ਤਾਂ ਫਿਰ ਤੁਸੀਂ ਕਹੋ ਕਿ ਪ੍ਰਭੂ ਜੀ ਮੈਂ ਵਰਤ ਰੱਖਿਆ। ਕੀ ਪ੍ਰਭੂ ਪੁੱਛਦਾ ਕੀ ਮੈਨੂੰ ਇਹੋ ਜਿਹਾ ਵਰਤ ਪਸੰਦ ਆ? ਕਹਿੰਦਾ ਇੱਕ ਦਿਨ ਜਿਹਦੇ ਵਿੱਚ ਆਦਮੀ ਆਪਣੀ ਜਾਨ ਨੂੰ ਦੁੱਖ ਦੇਵੇ, ਭਲਾ ਉਹ ਕਾਨੇ ਵਾਂਗ ਆਪਣਾ ਸਿਰ ਚੁਕਾਵੇ ਅਤੇ ਤੱਪੜ ਅਤੇ ਸੁਆਹ ਵਿਛਾਵੇ, ਭਲਾ ਤੂੰ ਇਹਨੂੰ ਵਰਤ ਆਖੇਗਾ ਇੱਕ ਦਿਨ ਜਿਹੜਾ ਯਹੋਵਾ ਨੂੰ ਪਾਵੇ? ਕਹਿੰਦਾ ਵੀ ਤੂੰ ਇਹਨੂੰ ਵਰਤ ਆਖੇਗਾ ਇੱਕ ਦਿਨ ਭੁੱਖਾ ਹੋਵੇ, ਕਹਿੰਦਾ ਕਾਨੇ ਵਾਂਗ ਸਿਰ ਨੂੰ ਝੁਕਾਵੇ ਅਤੇ ਮੂੰਹ ਉਦਾਸੀਆ ਜਿਹਾ ਬਣਾਇਆ ਹੋਵੇ, ਫਿਰ ਕਹਿੰਦਾ ਆਪਣੀ ਜਾਨ ਨੂੰ ਦੁੱਖ ਦਿੱਤਾ ਹੋਵੇ, ਮੁੜਕ ਪਿੱਛੋਂ ਦਿਲ ਕਰਨਾ ਹਾਏ ਅੱਜ ਰਸੋਈ 'ਚ ਨਿਆਣਿਆਂ ਨੇ ਮੈਗੀ ਬਣਾ ਲਈ ਆ, ਸੋ ਨਿਆਣਿਆਂ ਨੂੰ ਕਹਿਣਾ ਮੇਰੇ ਹਿੱਸੇ ਦੀ ਕੌਲੀ 'ਚ ਢਾਕ ਲਿਓ, ਜੇ ਕੋਈ ਹੋਰ ਸਵਾਦ ਚੀਜ਼ ਬਣ ਗਈ ਹੈ ਨਾ, ਮੈਂ ਜਦੋਂ ਸ਼ਾਮ ਨੂੰ ਹੈ ਨਾ ਵਰਤ ਖੋਲ੍ਹਣਾ ਆ ਮੈਂ ਉਦੋਂ ਖਾਣਾ ਆ। ਸੋ ਇਹ ਵਰਤ ਨਹੀਂ ਹੁੰਦਾ। ਬਹੁਤ ਸਾਰੇ ਲੋਕ ਕੀ ਕਰਦੇ, ਜੇ ਕੋਈ ਵੀ ਚੀਜ਼ ਆ ਜਿਸ ਟਾਈਮ 'ਤੇ ਤੁਸੀਂ ਫਾਸਟਿੰਗ ਦੇ ਵਿੱਚ ਆ, ਕਹਿਣਾ ਮੇਰੇ ਲਈ ਸੇਵ ਕਰ ਲਿਓ। ਸੋ ਤੁਸੀਂ ਜਦੋਂ ਕਹਿ ਦਿੱਤਾ ਨਾ ਮੇਰੇ ਲਈ ਸੇਵ ਕਰ ਲਿਓ, ਤੁਸੀਂ ਉਦੋਂ ਖਾ ਹੀ ਲਈ ਆ, ਕਿਉਂਕਿ ਨਿਊ ਟੈਸਟਾਮੈਂਟ ਦੇ ਵਿੱਚ ਜਾ ਕੇ ਉਹ ਕੀ ਕਹਿੰਦਾ, ਓਲਡ ਟੈਸਟਾਮੈਂਟ ਦੇ ਵਿੱਚ ਸੀ ਖੂਨ ਦੇ ਬਦਲੇ ਖੂਨ, ਹੈ ਨਾ, ਵੱਟੇ ਦੇ ਜਦੋਂ ਤੁਸੀਂ ਬੁਰਾਈ ਕਰਦੇ ਸੀ ਹੱਥਾਂ ਦੇ ਨਾਲ ਉਹਦੇ ਵੱਟੇ ਤੁਹਾਨੂੰ ਜਿਹੜਾ ਆ ਉਹ ਜਿਹੜਾ ਸੀ ਉਹ ਬਦੀ ਜਿਹੜੀ ਗਿਣੀ ਜਾਂਦੀ ਸੀ, ਪਰ ਨਿਊ ਟੈਸਟਾਮੈਂਟ ਦੇ ਵਿੱਚ ਆਣ ਕੇ ਜਦੋਂ ਤੁਸੀਂ ਸੋਚ ਹੀ ਲਿਆ ਪਰ ਪਾਪ ਕੀਤਾ ਨਹੀਂ ਉਦੋਂ ਹੀ ਤੁਹਾਡੇ ਲੇਖੇ ਪਾਪ ਗਿਣਿਆ ਗਿਆ। ਸੋ ਅਸੀਂ ਤਾਂ ਨਿਊ ਟੈਸਟਾਮੈਂਟ ਦੇ ਵਿੱਚ ਆ ਗਏ, ਅਤੇ ਨਿਊ ਟੈਸਟਾਮੈਂਟ ਦੇ ਵਿੱਚ ਆਣ ਕੇ ਫਰਜ਼ ਕਰੋ ਆਪਾਂ ਪਾਪ ਜਿਹੜਾ ਆ ਸੋਰੀ ਵਰਤ ਰੱਖਿਆ ਆ, ਔਰ ਵਰਤ ਰੱਖ ਕੇ ਮੇਰਾ ਦਿਲ ਜਿਹੜਾ ਉਹ ਪੀਜ਼ਾ ਖਾਣ ਨੂੰ ਕਰ ਰਿਹਾ, ਮੈਂ ਕਹਿੰਦੀ ਉਹ ਕਮੋਨ ਗੋਡ ਛੇਤੀ 5 ਵੱਜ ਜਾਣ ਅਤੇ ਨਿਆਣਿਆਂ ਨੂੰ ਪਹਿਲਾਂ ਹੀ ਕਹੀ ਜਾਣਾ, ਜੋ ਹਸਬੈਂਡ ਨੂੰ ਪਹਿਲਾਂ ਹੀ ਕਹੀ ਜਾਣਾ, ਅੱਜ ਜੀ ਜਦੋਂ ਮੈਂ ਵਰਤ ਖੋਲ੍ਹਣਾ ਹੈ ਨਾ ਮੇਰੇ ਲਈ ਪੀਜ਼ਾ ਮੰਗਾ ਛੱਡਿਓ, ਮੈਂ ਉਦੋਂ ਪੀਜ਼ਾ ਖਾ। ਮਤਲਬ ਤੁਸੀਂ ਹੋਲ ਡੇ ਜਿਹੜਾ ਸੀ ਉਹ ਪ੍ਰਭੂ ਨਾਲ ਬਿਤਾਉਣ ਦੀ ਥਾਂ 'ਤੇ ਤੁਸੀਂ ਤਾਂ ਪੀਜ਼ਾ ਹੱਟ ਦੇ ਵਿੱਚ ਹੀ ਬੈਠੇ ਰਹੇ, ਤਾਂ ਫਿਰ ਤੁਸੀਂ ਕਹਿੰਦੇ ਕਿ ਮੈਂ ਵਰਤ ਰੱਖਿਆ। ਕਹਿੰਦਾ ਕੀ ਮੈਨੂੰ ਇਹੋ ਜਿਹਾ ਵਰਤ ਪਸੰਦ ਆ? ਸੋ ਇਹ ਫਾਸਟਿੰਗ ਡੇਜ਼ ਚੱਲ ਰਹੇ ਆ, ਸਾਨੂੰ ਇਹ ਸਿੱਖਣ ਦੀ ਜ਼ਰੂਰਤ ਆ ਕਿ ਵਰਤ ਕੀ ਆ, ਵਰਤ ਕਿੱਦਾਂ ਦਾ ਰੱਖਣਾ। ਮਤਲਬ ਚਾਹੇ ਕੜਾਹ ਬਣ ਰਿਹਾ, ਚਾਹੇ ਜ਼ਰਦਾ ਬਣ ਰਿਹਾ, ਚਾਹੇ ਲੂਣ ਵਾਲੇ ਚੌਲ, ਪੀਜ਼ਾ, ਬਰਗਰ, ਵਟ ਐਵਰ ਕੁਛ ਵੀ ਬਣ ਰਿਹਾ ਆ, ਤੁਹਾਡਾ ਮਨ ਜਿਹੜਾ ਹੈ ਨਾ ਉਹਨੂੰ ਸੰਤੁਸ਼ਟੀ ਆਈ ਹੋਣੀ ਚਾਹੀਦੀ ਹੈ ਕਿ ਅੱਜ ਮੈਂ ਤਿਆਗਿਆ ਆ, ਠੀਕ ਹੈ, ਔਰ ਫਾਸਟ ਓਵਰ ਹੋਣ ਦੇ ਬਾਅਦ ਦੇ ਵਿੱਚ ਜੋ ਮੇਰੇ ਹਿੱਸੇ ਦੇ ਵਿੱਚ ਆ ਉਹੀ ਮੈਂ ਖਾਵਾਂਗਾ। ਕਿਸੇ ਨੂੰ ਤੁਹਾਨੂੰ ਮੈਸੇਜ ਦੇਣ ਦੀ ਜ਼ਰੂਰਤ ਨਹੀਂ ਹੈ, ਮੇਰੇ ਲਈ ਆਹ ਸੇਵ ਕਰਕੇ ਰੱਖ ਲਓ। ਫਿਰ ਤੁਸੀਂ ਛੱਡਿਆ ਕੀ ਜਦ ਉਹਨੂੰ ਸੇਵ ਹੀ ਕਰ ਲਿਆ? ਵਰਤ ਰੱਖਣਾ ਮਤਲਬ ਹੁੰਦਾ ਛੱਡਣਾ, ਵਰਤ ਰੱਖਣਾ ਮਤਲਬ ਤੁਸੀਂ ਉਸ ਚੀਜ਼ ਨੂੰ ਤਿਆਗਿਆ ਆ। ਔਰ ਉਹ ਕਾਹਦਾ ਤਿਆਗਿਆ ਕਿ ਜੇ ਸਵੇਰੇ ਆਲੂ ਵਾਲੇ ਪਰੌਂਠੇ ਬਣੇ ਤਾਂ ਕਹਿਣਾ ਮੇਰੇ ਲਈ ਜਿਹੜੇ ਆ ਉਹ ਆਲੂ ਵਾਲੇ ਪਰੌਂਠੇ ਮੈਂ ਸ਼ਾਮ ਨੂੰ ਖਾਊਂਗਾ, ਫਿਰ ਤਾਂ ਤੁਸੀਂ ਛੱਡਿਆ ਨਹੀਂ, ਉਹ ਤਾਂ ਤੁਸੀਂ ਮਤਲਬ ਇੱਕ ਟਾਈਮ ਸਕਿੱਪ ਕੀਤਾ ਅਤੇ ਨੈਕਸਟ ਟਾਈਮ ਦੇ ਵਿੱਚ ਉਹਨੂੰ ਤੁਸੀਂ ਖਾ ਲਿਆ, ਫਿਰ ਤਿਆਗਿਆ ਕੀ? ਕੁਛ ਵੀ ਨਹੀਂ ਤਿਆਗਿਆ। ਵਰਤ ਮਤਲਬ ਹੁੰਦਾ ਤਿਆਗਣਾ, ਮਤਲਬ ਤਿਆਗਣਾ ਹੀ ਹੈ। ਸੋ ਕਹਿੰਦਾ ਤੁਸੀਂ ਕੀ ਸੋਚਦੇ ਕਿ ਇੱਕ ਦਿਨ ਜਿਹਦੇ ਵਿੱਚ ਤੁਸੀਂ ਕੁਛ ਘੰਟੇ ਜਾਣ ਨੂੰ ਦੁੱਖ ਦਿੱਤਾ, ਤੁਸੀਂ ਕੀ ਸੋਚਦੇ ਕਿ ਉਹ ਯਹੋਵਾ ਨੂੰ ਭਾਵੂਗਾ, ਉਹ ਪਸੰਦ ਆਊਗਾ ਯਹੋਵਾ ਨੂੰ? ਹੋ ਸਕਦਾ ਤੁਸੀਂ 7 ਦਿਨ ਇੱਦਾਂ ਕੀਤਾ ਹੋਵੇ, ਹੋ ਸਕਦਾ ਤੁਸੀਂ ਫੁੱਲ ਮੰਥ ਇੱਦਾਂ ਕੀਤਾ ਹੋਵੇ ਕਿ ਹਾਂਜੀ ਮੈਂ ਮੋਰਨਿੰਗ ਤੋਂ ਲੈ ਕੇ ਈਵਨਿੰਗ ਤੱਕ ਮੈਂ ਪਾਣੀ ਦਾ ਗਲਾਸ ਨਹੀਂ ਪੀਤਾ, ਸ਼ਾਮ ਨੂੰ ਪਹਿਲਾਂ ਜੀ ਲਿਆਓ ਜੂਸ ਦਾ ਗਲਾਸ, ਮੈਨੂੰ ਤਾਂ ਸਾਰੇ ਦਿਨ 'ਚ ਕਮਜ਼ੋਰੀ ਆ ਗਈ ਆ, ਫਿਰ ਲਿਆਓ 2-3 ਸੇਬ ਕੱਟ ਕੇ ਲਿਆਓ ਕਿਉਂਕਿ ਮੈਂ ਤਾਂ ਸਾਰਾ ਦਿਨ ਭੁੱਖਾ ਸੀ, ਮੈਂ ਕੱਲ੍ਹ ਨੂੰ ਵੀ ਭੁੱਖਾ ਰਹਿਣਾ ਆ, ਹੁਣ ਇੱਦਾਂ ਕਰੋ ਜੀ ਮੈਂ ਰੱਜ ਕੇ ਰੋਟੀ ਖਾਊਂਗਾ, ਫਿਰ ਰਾਤ ਨੂੰ ਸੌਣ ਲੱਗਿਆਂ 2 ਦਾ ਗਲਾਸ ਪੀਊਂਗਾ। ਕਿਉਂ? ਕਿਉਂਕਿ ਮੈਂ ਵਰਤ ਰੱਖਿਆ ਆ, ਮੈਂ ਕੱਲ੍ਹ ਨੂੰ ਫਿਰ ਵਰਤ ਰੱਖਣਾ ਆ। ਤਾਂ ਮਤਲਬ ਤੁਸੀਂ ਕੀ ਛੱਡਿਆ? ਤੁਸੀਂ ਤਾਂ ਬਾਕੀ ਦਿਨਾਂ ਨਾਲੋਂ ਵੀ ਜਿਹੜਾ ਉਹ ਜ਼ਿਆਦਾ ਰਿਸ਼ਟ ਪੁਸ਼ਟ ਹੋ ਕੇ ਨਿਕਲੋਗੇ। ਸੋ ਵਰਤ ਰੱਖਣ ਦੇ ਵਿੱਚ ਅਸੀਂ ਜਿਸਮ ਨੂੰ ਰਿਸ਼ਟ ਪੁਸ਼ਟ ਕਰਨ ਦੇ ਵਿੱਚ ਧਿਆਨ ਨਹੀਂ ਦੇਣਾ, ਬਲਕਿ
ਅਸੀਂ ਰੂਹ ਨੂੰ ਮੰਨਣਾ ਖੋਣਾ ਆ ਜਿਹੜਾ ਪਰਮੇਸ਼ਵਰ ਦੇ ਵੱਲੋਂ ਆ, ਔਰ ਸਾਡਾ ਜਿਹੜਾ ਰੂਹ ਆ ਉਹ ਰਿਸ਼ਟ ਪੁਸ਼ਟ ਹੋਣਾ ਚਾਹੀਦਾ, ਉਹ ਤੰਦਰੁਸਤ ਹੋਣਾ ਚਾਹੀਦਾ ਆ। ਇਸ ਲਈ ਸਾਨੂੰ ਖਾਸ ਜਿਹੜਾ ਧਿਆਨ ਆ ਉਹ ਸਾਨੂੰ ਦੇਖਣਾ ਪੈਣਾ ਕਿ ਅਸੀਂ ਤਿਆਗ ਕਰਨਾ ਆ। ਵਰਤ ਦਾ ਮਤਲਬ ਹੁੰਦਾ ਤਿਆਗਣਾ, ਔਰ ਕੁਛ ਤਿਆਗਣਾ ਆ। ਸੋ ਕਿੱਦਾਂ ਅਸੀਂ ਤਿਆਗ ਸਕਦੇ ਹਾਂ? ਕਹਿੰਦਾ ਆ 6 ਨੰਬਰ ਵਰਸ ਦੇ ਵਿੱਚ, ਕਹਿੰਦਾ ਜਿਹੜਾ ਵਰਤ ਮੈਂ ਚੁਣਿਆ, ਕਿ ਇਹ ਨਹੀਂ ਭਈ ਤੁਸੀਂ ਬਦੀ ਦੇ ਬੰਧਨ ਨੂੰ ਖੋਲੋ। ਹੁਣ ਪ੍ਰਭੂ ਜੀ ਪੁੱਛਦੇ ਆ ਵੀ ਜਿਹੜਾ ਵਰਤ ਮੈਂ ਚੁਣਿਆ ਆ, ਕਿ ਉਹ ਇਹ ਨਹੀਂ ਆ ਕਿ ਤੁਸੀਂ ਬਦੀਆਂ ਦੇ ਬੰਧਨਾਂ 'ਚ ਜਿਨ੍ਹਾਂ 'ਚ ਤੁਸੀਂ ਬੱਝੇ ਹੋਏ ਆ ਤੁਸੀਂ ਉਹਨਾਂ ਨੂੰ ਖੋਲੋ। ਹੁਣ ਦੇਖੋ ਬਦੀਆਂ ਦੇ ਬੰਧਨ, ਕਈ ਵਾਰੀ ਲੋਕੀ ਆਉਂਦੇ ਆ ਔਰ ਉਹ ਕਹਿੰਦੇ ਜੀ ਅਸੀਂ ਦੁਸ਼ਟ ਆਤਮਾ ਦੇ ਜਕੜੇ ਹੋਏ ਆ, ਸਾਨੂੰ ਦੁਸ਼ਟ ਆਤਮੇ ਮਤਲਬ ਐਨ ਨਜ਼ਰ ਆਉਂਦੇ ਆ, ਸਾਨੂੰ ਉਹਨਾਂ ਤੋਂ ਆਜ਼ਾਦੀ ਚਾਹੀਦੀ ਔਰ ਉਹਨਾਂ ਲਈ ਪ੍ਰਾਰਥਨਾ ਕੀਤੀ ਜਾਂਦੀ ਕਿ ਯਿਸੂ ਮਸੀਹ ਦੇ ਨਾਮ 'ਚ ਦੁਸ਼ਟ ਆਤਮੇ ਨਿਕਲ ਜਾਓ ਔਰ ਦੁਸ਼ਟ ਆਤਮੇ ਨਿਕਲ ਜਾਂਦੇ, ਕਿਉਂਕਿ ਵਚਨ 'ਚ ਲਿਖਿਆ ਹੈ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢੋਗੇ। ਪਰ ਮੈਂ ਤੁਹਾਨੂੰ ਦੱਸਾਂ, ਬਹੁਤ ਸਾਰੇ ਲੋਕ ਆ ਜਿਹੜੇ ਅਜੇ ਵੀ ਦੁਸ਼ਟ ਆਤਮਿਆਂ ਦੇ ਜਕੜੇ ਔਰ ਉਹਨਾਂ ਦੇ ਦੁਸ਼ਟ ਆਤਮੇ ਚੀਕਾਂ ਵੀ ਨਹੀਂ ਮਾਰਦੇ, ਔਰ ਉਹਨਾਂ ਲੋਕਾਂ ਨੂੰ ਪਤਾ ਵੀ ਨਹੀਂ ਅਸੀਂ ਦੁਸ਼ਟ ਆਤਮਿਆਂ ਦੇ ਵਿੱਚ ਜਕੜੇ ਹਾਂ, ਔਰ ਉਹਨਾਂ ਨੂੰ ਲੱਗਦਾ ਕਿ ਅਸੀਂ ਤਾਂ ਜੀ ਬੜੇ ਮਤਲਬ ਸੋਲਿਡ ਕ੍ਰਿਸਚਨਸ ਆ, ਅਸੀਂ ਤਾਂ ਬੜੇ ਮਤਲਬ ਐਨ ਜਿਹੜੇ ਆ ਪੱਕੇ ਮਸੀਹੀ ਲੋਕ ਆ। ਸੋ ਪਰ ਉਹ ਕਿੰਨੇ ਹੀ ਤਰ੍ਹਾਂ ਦੇ ਦੁਸ਼ਟ ਆਤਮਿਆਂ ਦੇ ਨਾਲ ਜਕੜੇ ਆ, ਔਰ ਉਹ ਦੁਸ਼ਟ ਆਤਮੇ ਕਿਹੜੇ ਆ? ਗੁੱਸੇ ਦਾ ਆਤਮਾ, ਇਹ ਪਰਮੇਸ਼ਵਰ ਦਾ ਆਤਮਾ ਆ, ਇਹ ਵੀ ਤਾਂ ਦੁਸ਼ਟ ਆਤਮਾ ਆ। ਤਾਂ ਫਿਰ ਲਾਲਚ, ਇਹ ਵੀ ਪਰਮੇਸ਼ਵਰ ਦਾ ਆਤਮਾ ਨਹੀਂ ਹੈ, ਪਰਮੇਸ਼ਵਰ ਦਾ ਫਰੂਟ ਨਹੀਂ ਆ, ਪਰਮੇਸ਼ਵਰ ਦਾ ਸੁਭਾਅ ਨਹੀਂ ਆ, ਅਤੇ ਇਹਦਾ ਮਤਲਬ ਇਹ ਵੀ ਦੁਸ਼ਟ ਆਤਮਾ ਆ। ਕਾਮ ਦਾ ਆਤਮਾ, ਸੋ ਕਾਮ ਕਿਹਦੇ ਵੱਲੋਂ ਆ? ਇਹ ਵੀ ਦੁਸ਼ਟ ਆਤਮਾ ਦਾ ਸਾਈਨ ਆ। ਈਰਖਾ ਦਾ ਦੁਸ਼ਟ ਆਤਮਾ, ਸੋ ਕਿੰਨੇ ਭ੍ਰਿਸ਼ਟ ਆਤਮੇ ਜਿਹੜੇ ਆ ਉਹ ਮਨੁੱਖ ਦੇ ਅੰਦਰ ਆ, ਵੈਰ ਭਾਵਨਾ ਰੱਖਣੀ, ਚੋਰੀ ਕਰਨਾ, ਇਹ ਸਾਰੀਆਂ ਚੀਜ਼ਾਂ ਕਦੀ ਮਨੁੱਖ ਨੇ ਇਹਨਾਂ ਦੁਸ਼ਟ ਆਤਮਿਆਂ ਦੇ ਤੋਂ ਛੁਟਕਾਰੇ ਦੇ ਲਈ ਤਾਂ ਪਾਸਟਰ ਜੀ ਨੂੰ ਆਣ ਕੇ ਕਿਹਾ ਨਹੀਂ ਕਿ ਪਾਸਟਰ ਜੀ ਮੈਨੂੰ ਤਾਂ 6-7 ਭ੍ਰਿਸ਼ਟ ਆਤਮੇ ਚੁੰਬੜੇ ਆ ਜਿਹੜੇ ਕਦੀ ਮੈਨੂੰ ਮੇਰੇ ਅੰਦਰ ਈਰਖਾ ਕੰਮ ਕਰਨ ਲੱਗ ਜਾਂਦੀ, ਕਦੀ ਮੈਨੂੰ ਗੁੱਸਾ ਚੜ੍ਹ ਜਾਂਦਾ, ਕਦੀ ਮੈਨੂੰ ਲਾਲਚ ਆਉਣ ਲੱਗ ਜਾਂਦਾ, ਕਦੀ ਮੈਨੂੰ ਕਾਮ ਸਵਾਰ ਹੋ ਜਾਂਦਾ ਆ। ਤਾਂ ਮਤਲਬ ਇਹਨਾਂ ਚੀਜ਼ਾਂ ਤੋਂ ਛੁੱਟਣ ਦੇ ਲਈ, ਇਹਨਾਂ ਚੀਜ਼ਾਂ ਦੇ ਵਿੱਚ ਫਸੇ ਲੋਕਾਂ ਨੂੰ ਲੱਗਦਾ ਕਿ ਅਸੀਂ ਆਜ਼ਾਦ ਆ, ਬਟ ਕਿ ਅਸਲ ਦੇ ਵਿੱਚ ਇਹੀ ਜਦੋਂ ਜ਼ਿਆਦਾ ਜ਼ੋਰ ਫੜ ਲੈਂਦੇ ਆ ਤਾਂ ਮਨੁੱਖ ਦੀਆਂ ਚੀਕਾਂ ਨਿਕਲਣ ਲੱਗ ਜਾਂਦੀਆਂ, ਉਹਨੂੰ ਫਿਰ ਸਾਰੀਆਂ ਚੀਜ਼ਾਂ ਜਿਹੜੀਆਂ ਆ ਨਾ ਫਿਰ ਉਹਨੂੰ ਦਿਖਣੀਆਂ ਸ਼ੁਰੂ ਹੋ ਜਾਂਦੀਆਂ। ਔਰ ਜਦੋਂ ਇਹ ਥੋੜ੍ਹੇ ਘੱਟ ਲੈਵਲ ਦੇ ਵਿੱਚ ਕੰਮ ਕਰਦੇ ਫਿਰ ਮਨੁੱਖ ਨੂੰ ਲੱਗਦਾ ਮੈਂ ਆਜ਼ਾਦ ਹਾਂ, ਜਦਕਿ 99% ਲੋਕ ਜਿਹੜੇ ਆ ਇਹਨਾਂ ਭ੍ਰਿਸ਼ਟ ਆਤਮਿਆਂ ਦੇ ਵਿੱਚ ਫੜੇ ਹੋਏ ਆ। ਇਸ ਲਈ ਸਾਨੂੰ ਜ਼ਰੂਰਤ ਆ ਕਿ ਪਹਿਲ ਦੇ ਆਧਾਰ 'ਤੇ ਅਸੀਂ ਇਹਨਾਂ ਦੁਸ਼ਟ ਆਤਮਿਆਂ ਤੋਂ ਜਿਹੜਾ ਆ ਉਹ ਆਜ਼ਾਦੀ ਪਾਈਏ, ਇਹ ਨਾ ਹੋਵੇ ਕਿ ਇਹ ਦੁਸ਼ਟ ਆਤਮਿਆਂ ਦਾ ਦਿਲ ਇਹੋ ਜਿਹਾ ਲੱਗੇ ਕਿ ਇਹ ਦੂਜਿਆਂ ਨੂੰ ਵੀ ਸੱਦਾ ਜਿਹੜਾ ਆ ਦੇਣਾ ਸ਼ੁਰੂ ਕਰ ਦੇਣ ਅਤੇ ਇਹਨਾਂ ਨੂੰ ਸੱਦ ਲੈਣ। ਸੋ ਬਾਈਬਲ ਆਪਾਂ ਨੂੰ ਕੀ ਦੱਸਦਾ ਆ? ਕਹਿੰਦਾ ਜਿਹੜਾ ਵਰਤ ਮੈਂ ਚੁਣਿਆ ਉਹ ਇਹ ਨਹੀਂ ਆ ਵੀ ਤੁਸੀਂ ਬਦੀ ਦੇ ਬੰਧਨਾਂ ਨੂੰ ਖੋਲੋ, ਭਾਵ ਤੁਸੀਂ ਆਪਣੀਆਂ ਬੁਰਾਈਆਂ ਨੂੰ ਛੱਡੋ। ਕਹਿੰਦਾ ਤੁਸੀਂ ਵਰਤ ਤਾਂ ਰੱਖ ਲੈਂਦੇ, ਭੁੱਖੇ ਤਾਂ ਰਹਿ ਜਾਂਦੇ ਆ, ਕਹਿੰਦਾ ਮੂੰਹ ਵੀ ਸੁਕੜਿਆ ਜਿਹਾ ਬਣਾ ਲੈਂਦੇ ਆ, ਪਰ ਕਹਿੰਦਾ ਤੁਸੀਂ ਬੁਰਾਈਆਂ ਕਰੀ ਜਾਂਦੇ ਆ। ਪਰ ਕਹਿੰਦਾ ਜਿਹੜਾ ਉਹਦਾ ਵਰਤ ਆ ਜਿਹੜਾ ਪਰਮੇਸ਼ਵਰ ਨੂੰ ਪਸੰਦ ਆਉਂਦਾ ਆ ਉਹ ਵਰਤ ਇਹ ਆ ਕਿ ਅਸੀਂ ਰੋਟੀ ਛੱਡੀਏ ਜਾਂ ਨਾ ਛੱਡੀਏ, ਪਰ ਅਸੀਂ ਬੁਰਾਈ ਕਰਨੀ ਛੱਡੀਏ। ਔਰ ਮੇਰੇ ਖਿਆਲ ਦੇ ਵਿੱਚ ਰੋਟੀ ਛੱਡਣੀ ਜਿਹੜੀ ਆ ਉਹ ਕੋਈ ਐਡੀ ਔਖੀ ਗੱਲ ਨਹੀਂ ਹੈ, ਕੋਈ ਔਖੀ ਬਿਮਾਰ ਬੰਦੇ ਕੋਲੋਂ ਤਾਂ ਉੱਦਾਂ ਹੀ ਨਹੀਂ ਖਾ ਹੁੰਦੀ ਰੋਟੀ, ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਜਿਹੜਾ ਹੈ ਉਹ ਫਾਸਟਿੰਗ ਕਰ ਰਿਹਾ। ਔਰ ਬਹੁਤ ਸਾਰੇ ਲੋਕ ਆ ਜਿਹੜੇ ਉਹ ਕਹਿੰਦੇ ਜੀ ਮੈਂ 1 ਮਹੀਨਾ ਕਾਰਬਜ਼ ਨਹੀਂ ਖਾਵਾਂਗਾ, ਭਾਵ ਉਹਨਾਂ ਨੇ ਕਣਕ ਨਹੀਂ ਖਾਣੀ, ਚੌਲ ਨਹੀਂ ਖਾਣੇ, ਸੋ ਹੋਰ ਕਾਰਬ ਨਾਲ ਰਿਲੇਟਡ ਚੀਜ਼ਾਂ ਜਿਹੜੀਆਂ ਫੈਟਸ ਲੈ ਕੇ ਆਉਂਦੀਆਂ ਉਹ ਨਹੀਂ ਖਾਣਾ, ਉਹਦਾ ਕੀ ਮਤਲਬ ਹੈ ਕਿ ਉਹ ਪਰਮੇਸ਼ਵਰ ਦੇ ਅੱਗੇ ਬੈਠੇ ਹੋਏ ਆ? ਨਹੀਂ। ਕਿੰਨੇ ਲੋਕ ਜਿਮ ਨੂੰ ਜਾਂਦੇ ਉਹ ਜਿਹੜੇ ਆ ਜਦੋਂ ਡਾਇਟਿੰਗ ਕਰਦੇ ਉਹ ਕਹਿੰਦੇ ਜੀ ਮੈਂ ਲਿਕੁਇਡ ਡਾਇਟ ਫੋਲੋ ਕਰਨੀ ਆ, ਮੇਰੀ ਬੋਡੀ ਡਿਟੋਕਸ ਹੋਣੀ ਆ, ਇਹਦਾ ਮਤਲਬ ਇਹ ਨਹੀਂ ਕਿ ਉਹ ਪਰਮੇਸ਼ਵਰ ਦੇ ਅੱਗੇ ਆ, ਕਿਉਂਕਿ ਉਹਨਾਂ ਨੂੰ ਪਤਾ ਆ ਕਿ ਉਹ ਤਿਆਗ ਨਹੀਂ ਰਹੇ, ਉਹ ਸਿਰਫ ਆਪਣੇ ਜਿਸਮ ਦੇ ਲਈ ਸਭ ਕੁਛ ਕਰ ਰਹੇ ਆ। ਔਰ ਬਹੁਤ ਸਾਰੇ ਸਾਡੇ ਮਸੀਹ ਭੈਣ ਭਰਾ ਆ ਉਹ ਕਰ ਜਿਸਮ ਦੇ ਲਈ ਰਹੇ ਹੁੰਦੇ ਆ, ਔਰ ਰੌਲੀ ਪਾਈ ਹੁੰਦੀ ਜੀ ਅਸੀਂ ਪਰਮੇਸ਼ਵਰ ਦੇ ਅੱਗੇ ਬਸ ਜੀ ਪੁੱਤਰਤਾਈ ਦੇ ਵਿੱਚ ਬਣਨ ਲੱਗੇ। ਤਾਂ ਮਤਲਬ ਤੁਸੀਂ ਲੋਕਾਂ ਨੂੰ ਬੇਵਕੂਫ ਬਣਾ ਸਕਦੇ ਆ, ਖੁਦ ਨੂੰ ਬੇਵਕੂਫ ਬਣਾ ਸਕਦੇ ਆ, ਬਟ ਪਰਮੇਸ਼ਵਰ ਜੀ ਨੂੰ ਨਹੀਂ। ਪਰਮੇਸ਼ਵਰ ਜੀ ਤੁਹਾਡੇ ਅੰਦਰ ਕੀ ਚੱਲ ਰਿਹਾ? ਕਹਿੰਦਾ ਉਹ ਦਿਲਾਂ ਤੇ ਗੁਰਦਿਆਂ ਨੂੰ ਜਾਣਨ ਵਾਲਾ ਪਰਮੇਸ਼ਵਰ ਆ। ਇਸ ਲਈ ਸਾਨੂੰ ਬੜੇ ਹੀ ਉਹਦੇ ਅੱਗੇ ਜਿਹੜਾ ਆ ਉਹ ਚੇਤਨਾ ਦੇ ਨਾਲ ਜਿਹੜਾ ਆ ਚੇਤਨ ਹੋ ਕੇ ਅਵੇਅਰ ਹੋ ਕੇ ਸਾਨੂੰ ਜਿਹੜਾ ਆ ਉਹ ਜਾਗਦਿਆਂ ਹੋਇਆਂ ਉਹਦੇ ਅੱਗੇ ਤੁਰਨਾ ਪੈਣਾ। ਔਰ ਕਹਿੰਦਾ ਤੁਸੀਂ ਵਰਤ ਉਹ ਰੱਖੋ ਜਿਹੜਾ ਤੁਹਾਡੇ ਬਦੀ ਦੇ ਬੰਧਨਾਂ ਨੂੰ ਖੋਲ੍ਹੇ। ਸੋ ਦੇਖੋ ਜਿੱਦਾਂ ਆਪਾਂ ਰੋਟੀ ਛੱਡੀ, ਰੋਟੀ ਛੱਡਣ ਦੀ ਕਿਹੜੀ ਗੱਲ ਆ? ਰੋਟੀ ਤਾਂ ਕੋਈ ਵੀ ਛੱਡ ਲੂਗਾ। ਹਾਂ ਤੁਸੀਂ ਵਰਤ ਰੱਖਣਾ ਆ ਤੇ ਵਰਤ ਰੱਖ ਕੇ ਦੇਖੋ ਕਿ ਮੈਂ 1 ਹਫ਼ਤਾ ਝੂਠ ਨਹੀਂ ਬੋਲਣਾ, ਜੋ ਮਰਜ਼ੀ ਹੋ ਜਾਵੇ ਮੈਂ ਝੂਠ ਨਹੀਂ ਬੋਲਣਾ। ਸੋ ਕੁਛ ਤਿਆਗਣਾ ਆ ਨਾ, ਵਰਤ ਦਾ ਮਤਲਬ ਹੈ ਤਿਆਗਣਾ, ਤਾਂ ਤੁਸੀਂ ਕੁਛ ਵੀ ਤਿਆਗ ਸਕਦੇ ਆ ਜਦੋਂ ਤੁਸੀਂ
झूठ छड्डण दा फैसला करोगे इह वध पसंद आऊगा परमेश्वर जी नूं रोटी छड्डण दे नालों। क्योंकि वचन दे विच लिखिया कहिंदा कि मैं इह जिहड़ा मैं वर्त चुणिया उह इह नहीं आ भई तुसीं बदी दे बंधनां नूं खोलो, भाव तुसीं जिहड़ियां आ वित्त चीज़ां आ जिहड़ियां खराब चीज़ां आ जिहड़ियां तुहानूं खराब करदियां आ तुसीं उहनां दा त्याग करो। सो अगर असीं परमेश्वर दे अगे वर्त रखना है ना तां रोटी छड्डणा जां ना छड्डणा ਉਹ ਇੰਨੇ ਮਾਇਨੇ ਨਹੀਂ ਰੱਖਦਾ। ਬਦੀ ਛੱਡਣਾ ਜਿਹੜਾ ਆ ਉਹ ਜ਼ਿਆਦਾ ਮਾਇਨੇ ਰੱਖਦਾ ਆ। ਤਾਂ ਸਾਨੂੰ ਵਰਤ ਰੱਖਣਾ ਚਾਹੀਦਾ ਕਿ ਅਸੀਂ ਝੂਠ ਨਹੀਂ ਬੋਲਾਂਗੇ। ਫਿਰ ਤੁਸੀਂ ਵਰਤ ਰੱਖੋ ਕਿ ਮੈਂ ਗੁੱਸਾ ਨਹੀਂ ਆਉਣ ਦੇਣਾ। ਇੱਕ ਹਫ਼ਤਾ ਜਿਹੜਾ ਆ ਇੱਕ ਹਫ਼ਤਾ ਮੈਂ ਵਰਤ ਰੱਖਿਆ ਮੈਂ ਝੂਠ ਨਹੀਂ ਬੋਲਾਂਗਾ। ਸੋ ਜਦੋਂ ਤੁਸੀਂ ਇੱਕ ਹਫ਼ਤਾ ਜਿਹੜਾ ਆ ਬਿਨਾਂ ਝੂਠ ਦੇ ਕੱਢ ਲਿਆ ਤਾਂ ਤੁਹਾਨੂੰ ਕੰਫਰਟੇਬਲ ਹੋ ਜਾਣਾ ਆ ਕਿ ਹਾਂਜੀ ਮੈਂ ਨੈਕਸਟ ਵੀਕ ਵੀ ਜਿਹੜਾ ਆ ਉਹ ਫਿਰ ਮੈਂ ਬਿਨਾਂ ਝੂਠ ਦੇ ਕੱਢ ਸਕਦਾ, ਮੈਨੂੰ ਝੂਠ ਬੋਲਣ ਦੀ ਕੀ ਜ਼ਰੂਰਤ ਆ। ਜੇ ਇੱਕ ਹਫ਼ਤੇ ਦੇ ਵਿੱਚ ਮੇਰਾ ਸਰ ਗਿਆ ਤਾਂ ਨੈਕਸਟ ਵੀ ਸਰੂਗਾ। ਤਾਂ ਤੁਸੀਂ ਇਸ ਫਾਸਟਿੰਗ ਨੂੰ ਲੌਂਗ ਲਾਸਟਿੰਗ ਕਰ ਸਕਦੇ, ਬਹੁਤ ਲੰਬਾ ਲੈ ਕੇ ਜਾ ਸਕਦੇ ਆ। ਫਿਰ ਤਾਂ ਮੈਂ ਇੱਕ ਹਫ਼ਤਾ ਜੀ ਮੈਂ ਗੁੱਸਾ ਨਹੀਂ ਕਰਨਾ, ਠੀਕ ਆ, ਮੈਂ ਫਾਸਟਿੰਗ ਕਰਾਂਗਾ ਮੈਂ ਗੁੱਸਾ ਨਹੀਂ ਕਰਨਾ। ਹੁਣ ਦੋ ਚੀਜ਼ਾਂ ਨੂੰ ਨਾਲ ਲੈ ਕੇ ਚੱਲੋ। ਕੱਲ੍ਹ ਤਾਂ ਮੈਂ ਇੱਕੋ ਹੀ ਚੀਜ਼ ਛੱਡੀ ਸੀ ਭਾਵ ਕਿ ਜੇ ਇੱਦਾਂ ਲਾ ਲਓ ਵੀ ਅੱਜ ਮੈਂ ਰੋਟੀ ਇਕੱਲੀ ਛੱਡੀ ਆ, ਕੱਲ੍ਹ ਨੂੰ ਮੈਂ ਪਾਣੀ ਵੀ ਛੱਡਾਂਗਾ ਜਾਂ ਕੱਲ੍ਹ ਨੂੰ ਮੈਂ ਸਬਜ਼ੀ ਵੀ ਛੱਡਾਂਗਾ। ਤਾਂ ਐਨ ਉਸੇ ਹੀ ਤਰ੍ਹਾਂ ਆ ਕਿ ਅੱਜ ਮੈਂ ਜਿਹੜਾ ਆ ਉਹ ਇੱਕ ਹਫ਼ਤਾ ਜਿਹੜਾ ਝੂਠ ਨਹੀਂ ਬੋਲਿਆ, ਹੁਣ ਨੈਕਸਟ ਵੀਕ ਆ ਮੈਂ ਉਹ ਇੱਕ ਹਫ਼ਤਾ ਜਿਹੜਾ ਆ ਉਹ ਗੁੱਸਾ ਨਹੀਂ ਕਰੂੰਗਾ। ਉਹ ਬੁਰਾਈਆਂ ਜਿਹੜੀਆਂ ਤੁਹਾਨੂੰ ਲੱਗਦਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਨਾਸ਼ ਕਰ ਰਹੀਆਂ ਆ, ਉਹਨਾਂ ਨੂੰ ਸਟੈਪ ਬਾਏ ਸਟੈਪ ਜਿਹੜਾ ਆ ਛੱਡਣ ਦੀ ਕੋਸ਼ਿਸ਼ ਕਰੋ, ਉਹਨਾਂ ਬਦੀਆਂ ਤੋਂ ਆਪਣੇ ਆਪ ਨੂੰ ਆਜ਼ਾਦ ਕਰਨ ਦੀ ਕੋਸ਼ਿਸ਼ ਕਰੋ। ਔਰ ਐਵਰੀ ਡੇ ਤੁਸੀਂ ਪਰਮੇਸ਼ਵਰ ਦੇ ਸਾਮਰਥ ਦੇ ਵਿੱਚ ਜਿਹੜਾ ਆ ਉਹ ਪਰਮੇਸ਼ਵਰ ਦੀ ਸਾਮਰਥ ਨੂੰ ਮੰਗੋ ਉਹਦੀ ਹਜ਼ੂਰੀ ਦੇ ਵਿੱਚ ਰਹਿ ਕੇ। ਐਂਡ ਫਨੀ ਥਿੰਗ ਇਹ ਆ ਕਿ ਜਦੋਂ ਤੁਸੀਂ ਵਰਤ ਰੱਖੋਗੇ ਨਾ ਕਿ ਮੈਂ ਝੂਠ ਨਹੀਂ ਬੋਲਣਾ ਤੇ ਤੁਹਾਡੇ ਅੱਗੇ ਸਿਚੁਏਸ਼ਨਸ ਆਉਣਗੀਆਂ। ਉਹ ਕਿੱਦਾਂ ਦੀਆਂ ਸਿਚੁਏਸ਼ਨਸ ਆਉਣਗੀਆਂ? ਜਿਹੜੇ ਝੂਠ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਬੋਲੇ ਆ, ਫਰਜ਼ ਕਰੋ ਤੁਸੀਂ ਆਪਣੇ ਘਰ ਵਾਲੇ ਦੇ ਨਾਲ ਕੋਈ ਝੂਠ ਬੋਲਿਆ, ਤੁਸੀਂ ਕਿਹਾ ਨਹੀਂ ਜੀ ਇਹ ਕੰਮ ਮੈਂ ਨਹੀਂ ਕੀਤਾ, ਇਸ ਹਫ਼ਤੇ ਦੇ ਵਿੱਚ ਵੈਰੀ ਕਹਿ ਲਓ ਉਹ ਉਹਦੇ ਮਨ ਦੇ ਵਿੱਚ ਪਾ ਸਕਦਾ ਆ ਕਿ ਤੁਹਾਡਾ ਹਸਬੈਂਡ ਤੁਹਾਨੂੰ ਫਿਰ ਤੋਂ ਉਹੀ ਕੁਐਸਚਨ ਕਰੇ ਵੀ ਆਹ ਕੰਮ ਤੈਂ ਕੀਤਾ ਸੀਗਾ, ਹੁਣ ਤਾਂ ਤੁਸੀਂ ਵਰਤ ਰੱਖਿਆ ਆ ਕਿ ਮੈਂ ਝੂਠ ਨਹੀਂ ਬੋਲਣਾ, ਪਰ ਤੁਸੀਂ ਪਿਛਲੇ ਹਫ਼ਤੇ ਕਿਹਾ ਸੀਗਾ ਕਿ ਨਹੀਂ ਮੈਂ ਨਹੀਂ ਕੀਤਾ, ਤਾਂ ਫਿਰ ਇਸ ਹਫ਼ਤੇ ਕਿੱਦਾਂ ਹੋਊਗਾ? ਪਰ ਜੇ ਤੁਸੀਂ ਉਹ ਗਲਤੀ ਕੀਤੀ ਆ ਤੁਸੀਂ ਸਬਮਿਟ ਕਰ ਲੈਣੀ ਕਿ ਹਾਂਜੀ ਮੈਂ ਝੂਠ ਬੋਲਿਆ ਸੀ ਪਰ ਇਸ ਹਫ਼ਤੇ ਮੇਰਾ ਵਰਤ ਚੱਲਦਾ ਆ, ਮੈਂ ਝੂਠ ਨਹੀਂ ਬੋਲਣਾ, ਮੈਂ ਮੰਨ ਲੈਂਦੀ ਹਾਂ ਅਤੇ ਮੈਂ ਹੀ ਗਲਤੀ ਕੀਤੀ ਆ, ਮੈਂ ਹੀ ਇਹ ਗਲਤ ਕੰਮ ਕੀਤਾ ਸੀ ਜਾਂ ਜੋ ਵੀ ਮਿਸਅੰਡਰਸਟੈਂਡਿੰਗ ਆ। ਸੋ ਬਾਰ ਬਾਰ ਉਹ ਚੀਜ਼ਾਂ ਹੋ ਸਕਦਾ ਤੁਹਾਡੀ ਅਜਮਾਇਸ਼ ਦੇ ਲਈ ਪਰਮੇਸ਼ਵਰ ਜੀ ਵੀ ਭੇਜ ਸਕਦੇ ਆ, ਔਰ ਤੁਹਾਨੂੰ ਉਸ ਟਰੈਕ ਤੋਂ ਖਰਾਬ ਕਰਨ ਦੇ ਲਈ ਸ਼ੈਤਾਨ ਵੀ ਭੇਜ ਸਕਦਾ ਆ ਕਿ ਇਹਦਾ ਜਿਹੜਾ ਆ ਇਹ ਵਰਤ ਟੁੱਟ ਹੀ ਜਾਵੇ ਇਹਦਾ ਕਿਸੇ ਤਰੀਕੇ ਦੇ ਨਾਲ, ਇਹ ਫਿਰ ਤੋਂ ਕਹਿ ਦੇਵੇ ਨਹੀਂ ਨਹੀਂ ਮੈਂ ਨਹੀਂ ਕੀਤਾ। ਸੋ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਕੰਪਲੀਕੇਸ਼ਨਸ ਆ ਉਹ ਫਾਸਟਿੰਗ ਦੇ ਵਿੱਚ ਆਉਂਦੀਆਂ। ਐਨ ਉੱਦਾਂ ਹੀ ਕਿ ਜਿੱਦਾਂ ਤੁਸੀਂ ਭੁੱਖ ਛੱਡੀ ਆ ਅਤੇ ਨਿਆਣੇ ਘਰ ਪੀਜ਼ਾ ਲਿਆ ਆ ਅਤੇ ਤੁਹਾਡੀ ਜਾਨ ਨਿਕਲਦੀ ਜਾਂਦੀ ਕਿ ਹਾਏ ਮੈਂ ਅੱਜ ਹੀ ਕਾਹਤੇ ਵਰਤ ਰੱਖਿਆ, ਇਹਦੋਂ ਚੰਗਾ ਮੈਂ ਕੱਲ੍ਹ ਦਾ ਵਰਤ ਰੱਖ ਲੈਂਦੀ, ਅੱਜ ਮੈਂ ਰਮਾਨ ਨਾਲ ਪੀਜ਼ਾ ਖਾ ਲੈਂਦੀ, ਜਾਂ ਕੋਈ ਬਹੁਤ ਸਪੈਸ਼ਲ ਗੈਸਟ ਆ ਗਏ ਆ ਤਾਂ ਉਹ ਆਣ ਕੇ ਉਹਨਾਂ ਦੇ ਲਈ ਤੁਸੀਂ ਸਮੋਸੇ ਮੰਗਾ ਲਏ ਜਾਂ ਹੋਰ ਚੀਜ਼ਾਂ ਮੰਗਾ ਲਈਆਂ ਤਾਂ ਤੁਸੀਂ ਫਾਸਟਿੰਗ 'ਚ ਆ, ਨਾਲੇ ਸਰਵ ਕਰ ਰਹੇ, ਨਾਲੇ ਮੂੰਹ 'ਚੋਂ ਪਾਣੀ ਡਿੱਗ ਰਿਹਾ ਆ, ਹੈ ਨਾ? ਅਤੇ ਐਨ ਇੱਦਾਂ ਹੀ ਹੁੰਦਾ ਜਦੋਂ ਅਸੀਂ ਝੂਠ ਬੋਲਣਾ ਛੱਡਦੇ ਹਾਂ ਤਾਂ ਸਾਡੇ ਅੱਗੇ ਬਾਰ ਬਾਰ ਕੰਪਲੀਕੇਸ਼ਨਸ ਆਉਂਦੀਆਂ। ਇਹੋ ਜਿਹੇ ਸਵਾਲ ਸਾਡੀ ਫੈਮਿਲੀ ਪੁੱਛੂਗੀ ਜਾਂ ਸਾਡੇ ਰੈਲੇਟਿਵਸ ਪੁੱਛਣਗੇ ਜਾਂ ਸਾਡੇ ਫਰੈਂਡਸ ਪੁੱਛਣਗੇ ਜਿਹੜੇ ਅਸੀਂ ਪਹਿਲਾਂ ਝੂਠ ਬੋਲੇ ਆ, ਪਰ ਹੁਣ ਸਾਨੂੰ ਉਹਨਾਂ ਦਾ ਜਵਾਬ ਸੱਚ ਵਿੱਚ ਹੀ ਦੇਣਾ ਪੈਣਾ। ਜਦੋਂ ਤੁਸੀਂ ਉਹਨਾਂ ਦਾ ਜਵਾਬ ਸੱਚ ਵਿੱਚ ਦਿਓਗੇ ਸਮਝ ਲਓ ਤੁਹਾਡਾ ਵਰਤ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਪਹੁੰਚ ਗਿਆ ਆ, ਔਰ ਪ੍ਰਭੂ ਤੁਹਾਡੀ ਮਦਦ ਕਰਨਗੇ। ਕਿਉਂਕਿ ਵਚਨ ਦੇ ਵਿੱਚ ਕੀ ਲਿਖਿਆ? ਕਹਿੰਦਾ ਸੱਚਾਈ ਨੂੰ ਜਾਣੋ ਅਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਕਿਉਂਕਿ ਕਹਿੰਦਾ ਅਤੇ ਝੂਲੇ ਦੇ ਬੰਧਾਂ ਨੂੰ ਤੋੜੋ, ਦੁਬੈਲਾਂ ਨੂੰ ਛੁਡਾਓ, ਔਰ ਹਰ ਝੂਲੇ ਨੂੰ ਭੰਨ ਸੁੱਟੋ। ਸੋ ਝੂਲੇ ਦੇ ਬੰਧਾਂ ਨੂੰ ਤੋੜੋ, ਝੂਲਾ ਜਿਹਦੇ ਹੇਠਾਂ ਤੁਸੀਂ ਜਿਹਦੇ ਭਾਰ ਹੇਠਾਂ ਤੁਸੀਂ ਆਏ ਹੋ, ਜਿਹਦੇ ਵਿੱਚ ਤੁਸੀਂ ਫਸ ਗਏ ਹੋ, ਜਿਹਦੇ ਜਾਲ ਦੇ ਵਿੱਚ ਤੁਸੀਂ ਫਸੇ ਹੋ, ਕਹਿੰਦਾ ਤੁਸੀਂ ਇਹਨਾਂ ਬੰਧਾਂ ਨੂੰ ਤੋੜੋ ਔਰ ਇਹਨਾਂ ਦੁਬੈਲਾਂ ਨੂੰ ਛੁਡਾਓ, ਜਿਹੜੇ ਹੋਰ ਵੀ ਇਹਨਾਂ ਚੀਜ਼ਾਂ ਦੇ ਵਿੱਚ ਫਸੇ ਆ ਉਹਨਾਂ ਨੂੰ ਵੀ ਛੁਡਾਓ, ਔਰ ਹਰ ਝੂਲੇ ਨੂੰ ਭੰਨ ਸੁੱਟੋ, ਹਰ ਉਹ ਬੋਝ ਜਿਹੜਾ ਤੁਹਾਡੇ ਉੱਤੇ ਆ ਜਾਂ ਜਿਹਦੀ ਜਕੜਨ ਦੇ ਵਿੱਚ ਤੁਸੀਂ ਆ ਉਹਨਾਂ ਨੂੰ ਤੁਸੀਂ ਭੰਨ ਸੁੱਟੋ। ਉਹ ਕਿਹੜੇ ਆ? ਕਈ ਵਾਰੀ ਹੋ ਸਕਦਾ ਕਿ ਤੁਹਾਨੂੰ ਐਡਿਕਸ਼ਨ ਲੱਗ ਗਈ ਆ ਕਿਸੇ ਚੀਜ਼ ਦੀ, ਫਰਜ਼ ਕਰੋ ਤੁਹਾਨੂੰ ਟੈਲੀਵਿਜ਼ਨ ਦੇਖਣ ਦੀ ਐਡਿਕਸ਼ਨ ਲੱਗ ਗਈ ਹੈ ਕਿ ਹਾਂ ਮੈਂ ਟੈਲੀਵਿਜ਼ਨ ਦੇਖੇ ਬਿਨਾਂ ਨਹੀਂ ਰਹਿ ਸਕਦਾ, ਤਾਂ ਤੁਸੀਂ ਟੈਲੀਵਿਜ਼ਨ ਦਾ ਹੀ ਵਰਤ ਰੱਖ ਸਕਦੇ ਹੋ ਕਿ ਮੈਂ ਇੱਕ ਮਹੀਨਾ ਜਿਹੜਾ ਆ ਉਹ ਮੈਂ ਟੈਲੀਵਿਜ਼ਨ ਨਹੀਂ ਦੇਖੂੰਗਾ, ਮੇਰੀ ਫਾਸਟਿੰਗ ਹੈ ਕਿ ਮੈਂ ਟੈਲੀਵਿਜ਼ਨ ਨਹੀਂ ਦੇਖੂੰਗਾ, ਕਿਉਂਕਿ ਤੁਸੀਂ ਤਾਂ ਉਹਦੀ ਗੁਲਾਮੀ ਦੇ ਵਿੱਚ ਆ ਗਏ, ਤੁਹਾਨੂੰ ਲੱਗਦਾ ਮੈਂ ਇਹਦੇ ਬਿਨਾਂ ਰਹਿ ਹੀ ਨਹੀਂ ਸਕਦਾ। ਸੋ ਅਸੀਂ ਕੁਛ ਵੀ ਇਹੋ ਜਿਹਾ ਨਹੀਂ ਬਣਾਉਣਾ ਜਿਹੜਾ ਸਾਨੂੰ ਲੱਗੇ ਕਿ ਇਹਦੇ ਬਿਨਾਂ ਜਿਹੜਾ ਆ ਮੈਂ ਨਹੀਂ ਰਹਿ ਸਕਦਾ, ਜਿਹੜਾ ਸਾਨੂੰ ਗੁਲਾਮ ਹੀ ਬਣਾ ਲਵੇ ਕਿ ਹਾਂਜੀ ਇਹਦੀ ਜ਼ਰੂਰਤ ਮੈਨੂੰ ਪੈਣੀ ਆ, ਉਹ
ਉਹ ਸਾਡੀ ਜਿਹੜੀ ਆ ਉਹ ਸਾਡਾ ਇੰਟਰਟੇਨਮੈਂਟ ਚੈਨਲ ਹੋਣਾ ਚਾਹੀਦਾ ਹੈ, ਉਹ ਸਾਡਾ ਇੱਕ ਮਨੋਰੰਜਨ ਦਾ ਸਾਧਨ ਹੋਣਾ ਚਾਹੀਦਾ। ਪਰ ਇਹ ਨਹੀਂ ਕਿ ਸਾਨੂੰ ਹੀ ਉਹ ਚਲਾਉਣ ਲੱਗ ਜੇ, ਅਸੀਂ ਟੈਲੀਵਿਜ਼ਨ ਨੂੰ ਚਲਾਉਣਾ ਆ, ਟੈਲੀਵਿਜ਼ਨ ਸਾਨੂੰ ਨਾ ਚਲਾਵੇ, ਇਸ ਤਰੀਕੇ ਦੇ ਨਾਲ ਅਸੀਂ ਚੱਲਣਾ। ਕਈਆਂ ਨੂੰ ਫੋਨ ਦੀ ਐਡਿਕਸ਼ਨ ਹੋ ਸਕਦੀ ਕਿ ਉਹ ਫੋਨ ਦੇ ਬਿਨਾਂ ਨਹੀਂ ਰਹਿ ਸਕਦੇ, ਕਿਸੇ ਨੂੰ ਫੇਸਬੁੱਕ ਦੀ ਐਡਿਕਸ਼ਨ ਹੋ ਸਕਦੀ, ਕਿਸੇ ਨੂੰ ਵਟਸਐਪ ਦੀ ਐਡਿਕਸ਼ਨ ਹੋ ਸਕਦੀ ਆ, ਕਿਸੇ ਨੂੰ ਨਸ਼ੇ ਦੀ ਐਡਿਕਸ਼ਨ ਤਾਂ ਜਿਹੜੀ ਆ ਉਹ ਪਰਮੇਸ਼ੁਰ ਦੀ ਕਿਰਪਾ ਦੇ ਨਾਲ ਛੁੱਟਦੀ ਆ। ਪਰ ਜਦੋਂ ਮਨੁੱਖ ਮਨ ਬਣਾਏ ਤਾਂ ਪਰਮੇਸ਼ੁਰ ਜੀ ਉਹਦੇ ਤੋਂ ਵੀ ਜਿਹੜਾ ਆ ਉਹ ਆਜ਼ਾਦੀ ਦੇਣ ਦੇ ਸਮਰਥੀ ਆ। ਸੋ ਹਰ ਐਡਿਕਸ਼ਨ ਦੇ ਵਿੱਚੋਂ ਜਿਹੜੀ ਵੀ ਸਾਨੂੰ ਲੱਟ ਲੱਗ ਚੁੱਕੀ ਹੈ ਜਿਸ ਚੀਜ਼ ਦੀ, ਕਈਆਂ ਨੂੰ ਜਨਾਹਕਾਰੀ ਦੀ ਲੱਗੀ ਹੋ ਸਕਦੀ ਆ ਕਿ ਉਹਨਾਂ ਨੇ ਆਪਣੇ ਘਰ ਨੂੰ ਛੱਡ ਕੇ ਬਾਹਰ ਵੀ ਜਿਹੜਾ ਆ ਉਹ ਗਲਤ ਕੰਮਾਂ ਦੇ ਵਿੱਚ ਜਾਣਾ, ਕਿਸੇ ਨੂੰ ਜੂਆ ਖੇਡਣ ਦੀ ਐਡਿਕਸ਼ਨ ਹੋ ਸਕਦੀ ਆ, ਕਈਆਂ ਨੂੰ ਲਾਟਰੀ ਪਾਉਣ ਦੀ ਐਡਿਕਸ਼ਨ ਹੋ ਸਕਦੀ ਆ। ਇਹ ਵੀ ਇੱਕ ਤਰ੍ਹਾਂ ਦੇ ਨਸ਼ੇ ਆ, ਇੱਕ ਤਰ੍ਹਾਂ ਦੀ ਲੱਤ ਆ ਵੀ ਜਿਹਨਾਂ ਨੂੰ ਲਾਟਰੀ ਪਾਉਣ ਦੀ ਆਦਤ ਪੈ ਜਾਂਦੀ ਉਹਨਾਂ ਨੂੰ ਉਸ ਜਾਲ ਦੇ ਵਿੱਚ ਉਸ ਟ੍ਰੈਪ 'ਚੋਂ ਨਿਕਲਣਾ ਬੜਾ ਔਖਾ ਆ। ਤਾਂ ਵਚਨ ਸਾਨੂੰ ਦੱਸਦਾ ਕਹਿੰਦਾ ਹਰ ਜੂਲੇ ਨੂੰ ਭੰਨ ਸੁੱਟੋ, ਹਰੇਕ ਉਸ ਜਾਲ ਨੂੰ ਕੁਤਰ ਸੁੱਟੋ ਜਿਹਨੇ ਤੁਹਾਨੂੰ ਗੁਲਾਮ ਬਣਾਇਆ ਹੈ, ਉਹਨਾਂ ਚੀਜ਼ਾਂ 'ਚੋਂ ਛੁਟਕਾਰੇ ਦੇ ਲਈ ਐਫਰਟ ਲਾਓ, ਉਹ ਅਸਲੀ ਵਰਤ ਆ। ਔਰ ਦੂਜਿਆਂ ਨੂੰ ਵੀ ਕਹੋ ਕਿ ਤੂੰ ਇਹ ਕੰਮ ਕਰਨਾ ਸ਼ੁਰੂ ਕਰ, ਇਹਦੀ ਬਜਾਏ ਕਿ ਅਸੀਂ ਰੋਟੀ ਜਿਹੜੀ ਆ ਛੱਡ ਕੇ ਅਤੇ ਦਿਲ ਤਰਸਾਈ ਜਾਈਏ ਪਰ ਬੁਰਾਈ ਕਰੀ ਜਾਈਏ, ਵਰਤ ਰੱਖਿਆ ਹੋਵੇ, ਸੋਚਾਂ ਦੇ ਵਿੱਚ ਗੁਆਂਢੀ ਦੇ ਲਈ ਬੁਰਾਈ ਚੱਲ ਰਹੀ ਹੋਵੇ, ਸੋਚਾਂ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਲਈ ਬੁਰਾਈ ਚੱਲ ਰਹੀ ਹੋਵੇ, ਤਾਂ ਉਹ ਵਰਤ ਜਿਹੜਾ ਆ ਉਹ ਸਾਡਾ ਕਿਸੇ ਕੰਮ ਨਹੀਂ ਆਉਣਾ। ਸਾਡੇ ਹਿੱਸੇ ਦੀ ਜਿਹੜੀ ਚੰਗਿਆਈ ਆ ਉਹ ਉਦੋਂ ਹੀ ਮਿਲਣੀ ਆ ਜਦੋਂ ਅਸੀਂ ਬੁਰਾਈ ਨੂੰ ਛੱਡਾਂਗੇ। ਵਰਤ ਰੱਖਣਾ, ਰੋਟੀ ਛੱਡਣ ਵਾਲਾ ਜਿਹੜਾ ਵਰਤ ਉਹ ਰੱਖਣਾ ਕੋਈ ਬੁਰੀ ਗੱਲ ਨਹੀਂ ਆ, ਉਹ ਬਹੁਤ ਜ਼ਰੂਰੀ ਆ, ਕਰਨਾ ਵੀ ਚਾਹੀਦਾ ਆ, ਉਹ ਬਹੁਤ ਤਰੀਕੇ ਦੇ ਨਾਲ ਸਾਨੂੰ ਜਿਹੜਾ ਆ ਉਹ ਪਰਮੇਸ਼ੁਰ ਦੇ ਨੇੜੇ ਜਾਣ ਦੇ ਵਿੱਚ ਮਦਦ ਕਰਦਾ, ਕਿਉਂਕਿ ਜਦੋਂ ਅਸੀਂ ਬਹੁਤ ਅੰਨ ਖਾ ਕੇ ਬਹਿੰਦੇ ਸਾਨੂੰ ਨੀਂਦ ਆਉਂਦੀ ਆ। ਸੋ ਜਿਹੜੇ ਅੰਨ ਜ਼ਿਆਦਾ ਖਾਣਾ ਜਿਹੜਾ ਆ ਜਾਂ ਜ਼ਿਆਦਾ ਸਵਾਦਲੇ ਭੋਜਨ ਖਾਣੇ ਉਹ ਮੱਤ ਨੂੰ ਵੀ ਮਾਰਦੇ ਆ, ਅੰਦਰ ਸਾਡੇ ਵਿਕਾਰਾਂ ਨੂੰ ਵੀ ਵਧਾਉਂਦੇ ਆ ਉਹ ਸਾਨੂੰ ਇੰਨਾ ਕਿ ਇੱਕ ਬੰਦਾ ਜਿਹੜਾ ਆ ਜਿਹਨੂੰ ਜ਼ਿਆਦਾ ਸਵਾਦ ਲਾਉਣ ਦੀ ਆਦਤ ਪੈ ਜਾਂਦੀ ਨਾ ਉਹ ਪਰਮੇਸ਼ੁਰ ਦੀ ਸੇਵਕਾਈ ਵੀ ਚੰਗੇ ਤਰੀਕੇ ਨਾਲ ਨਹੀਂ ਕਰ ਸਕਦਾ, ਕਿਉਂਕਿ ਉਹਨੂੰ ਲੱਗਦਾ ਕਿ ਹਾਏ ਜੇ ਮੈਨੂੰ ਪਰਮੇਸ਼ੁਰ ਨੇ ਕਿਤੇ ਇਹੋ ਜਿਹੀ ਥਾਂ ਦੇ ਉੱਤੇ ਭੇਜ ਦਿੱਤਾ ਜਿੱਥੇ ਇਹ ਚੀਜ਼ਾਂ ਮੈਨੂੰ ਨਾ ਮਿਲੀਆਂ ਤਾਂ ਮੈਂ ਉੱਥੇ ਜਾ ਕੇ ਸੇਵਕਾਈ ਨਹੀਂ ਕਰ ਪਾਵਾਂਗਾ, ਇਹਦਾ ਮਤਲਬ ਕਿ ਅਸੀਂ ਖਾਣੇ ਦੇ ਗੁਲਾਮ ਹੋ ਗਏ ਹਾਂ। ਹੋ ਸਕਦਾ ਕਿ ਤੁਹਾਨੂੰ ਤੁਸੀਂ ਜਿਹੜੇ ਹੋ ਤੁਸੀਂ ਏਸੀ ਦੇ ਵਿੱਚ ਰਹਿਣ ਦੇ ਜਿਹੜੇ ਆ ਯੂਜ਼ ਟੂ ਹੋ ਗਏ ਕਿ ਮੈਂ ਏਸੀ ਦੇ ਬਿਨਾਂ ਨਹੀਂ ਰਹਿ ਸਕਦਾ, ਪਰ ਪ੍ਰਭੂ ਤੁਹਾਨੂੰ ਕਹੇ ਕਿ ਜਾ ਕੇ ਰਾਜਸਥਾਨ ਦੇ ਵਿੱਚ ਜਾ ਕੇ ਟਿੱਬਿਆਂ ਦੇ ਵਿੱਚ ਉੱਥੇ ਜਾ ਕੇ ਮੇਰਾ ਪ੍ਰਚਾਰ ਕਰ, ਤਾਂ ਤੁਸੀਂ ਕਹੋ ਨਹੀਂ ਪ੍ਰਭੂ ਤੂੰ ਮੈਨੂੰ ਇੱਥੇ ਹੀ ਰੱਖ, ਮੈਨੂੰ ਇੱਥੇ ਹੀ ਰੱਖ। ਅਗਰ ਤੁਸੀਂ ਇਹ ਕਹੋਗੇ ਨਾ ਪ੍ਰਭੂ ਮੈਨੂੰ ਇੱਥੇ ਹੀ ਰੱਖ, ਫਿਰ ਜਿੰਨਾ ਕੁ ਤੁਸੀਂ ਲੈ ਕੇ ਬੈਠੇ ਹੋ ਆਸ਼ਿਸ਼ ਤੁਹਾਨੂੰ ਲੱਗ ਸਕਦਾ ਕਿ ਬਰਕਤ ਤੁਹਾਡੀ ਵੱਧ ਰਹੀ ਆ। ਪਰ ਇਹ ਵੀ ਚੇਤੇ ਰੱਖਿਓ ਕਿ ਵਚਨ ਦੇ ਵਿੱਚ ਲਿਖਿਆ ਕਹਿੰਦਾ ਊਠ ਦਾ ਸੂਈ ਦੇ ਨੱਕੇ ਥਾਣੀ ਲੰਘਣਾ ਜਿਹੜਾ ਉਹ ਸੌਖਾ ਆ, ਪਰ ਧਨੀ ਦਾ ਸਵਰਗ ਨੂੰ ਜਾਣਾ ਜਿਹੜਾ ਆ ਔਖਾ ਆ। ਕਿਉਂ? ਕਿਉਂਕਿ ਉਹਨੂੰ ਲੱਗਦਾ ਮੈਂ ਇਹ ਸੁੱਖ ਨਹੀਂ ਛੱਡ ਸਕਦਾ, ਮੈਂ ਗੱਡੀ ਬਿਨਾਂ ਨਹੀਂ ਜਾ ਸਕਦਾ, ਮੈਂ ਗੱਦੇ ਬਿਨਾਂ ਨਹੀਂ ਜਾ ਸਕਦਾ, ਮੈਂ ਸੋਫੇ ਬਿਨਾਂ ਨਹੀਂ ਜਾ ਸਕਦਾ, ਮੈਂ ਚੰਗੇ ਭੋਜਨ ਬਿਨਾਂ ਨਹੀਂ ਜਾ ਸਕਦਾ। ਤਾਂ ਕੀ ਆ, ਊਠ ਦੀ ਚੌੜਾਈ ਓਨੀ ਆ ਜਿੰਨਾ ਉਹਦਾ ਢਿੱਡ ਚੌੜਾ ਆ, ਪਰ ਧਨੀ ਦੀ ਚੌੜਾਈ ਕਿੰਨੀ ਆ, ਧਨੀ ਦੇ ਨਾਲ ਕਾਰ ਵੀ ਜੁੜੀ ਆ, ਧਨੀ ਦੇ ਨਾਲ ਮੰਜਾ ਵੀ ਜੁੜਿਆ, ਧਨੀ ਦੇ ਨਾਲ ਸੋਫਾ ਵੀ ਜੁੜਿਆ, ਧਨੀ ਦੇ ਨਾਲ ਧਨ ਵੀ ਜੁੜਿਆ, ਧਨੀ ਦੇ ਨਾਲ ਉਹਦਾ ਟੱਬਰ ਜੁੜਿਆ, ਧਨੀ ਦੇ ਨਾਲ ਹੋਰ ਐਸ਼ੋ ਆਰਾਮ ਬਹੁਤ ਜੁੜੇ। ਤਾਂ ਉਹ ਊਠ ਦੇ ਨਾਲੋਂ 20-30 ਗੁਣਾ ਚੌੜਾ ਆ, ਇਸ ਲਈ ਉਹਦਾ ਸੂਈ ਦੇ ਨੱਕੇ ਥਾਣੀ ਲੰਘਣਾ ਬਹੁਤ ਹੀ ਔਖਾ ਆ। ਇਸ ਲਈ ਸਾਨੂੰ ਜਿਹੜਾ ਆ ਉਹ ਜਿਹੜਾ ਆ ਸਾਨੂੰ ਸ਼ਾਸ਼ਵਤ ਭੋਜਨ ਜਿਹੜਾ ਆ, ਸਾਨੂੰ ਸਾਦਾ ਭੋਜਨ ਜਿਹੜਾ ਆ, ਜਦੋਂ ਅਸੀਂ ਉਹ ਛਕਦੇ ਹਾਂ ਨਾ, ਫਿਰ ਸਾਨੂੰ ਲੱਗਦਾ ਕਿ ਪਰਮੇਸ਼ੁਰ ਅਸੀਂ ਤਾਂ 2 ਵਕਤ ਦੀ ਰੋਟੀ ਖਾਣੀ, ਦਾਲ ਫੁਲਕਾ ਚਾਹੀਦਾ, ਸਾਨੂੰ ਤੂੰ ਕਿਤੇ ਵੀ ਭੇਜ, ਅਸੀਂ ਤੇਰਾ ਕੰਮ ਕਰਨ ਨੂੰ ਜਿਹੜਾ ਆ ਉਹ ਰੈਡੀ ਆ। ਇਸ ਲਈ ਅਸੀਂ ਅਨਾਜ ਜਦੋਂ ਛੱਡ ਕੇ ਜਿਹੜਾ ਆ ਵਰਤ ਰੱਖਦੇ ਹਾਂ ਉਹਦੇ ਵਿੱਚ ਅਸੀਂ ਜ਼ਿਆਦਾ ਕੰਸਨਟ੍ਰੇਟ ਕਰ ਪਾਉਂਦੇ ਹਾਂ ਪਰਮੇਸ਼ੁਰ ਦੀ ਆਵਾਜ਼ ਵੱਲ ਨੂੰ ਕਿ ਪ੍ਰਭੂ ਸਾਨੂੰ ਕੀ ਕਹਿ ਰਹੇ ਆ, ਕਿਉਂਕਿ ਸਾਡਾ ਜਿਹੜਾ ਪੇਟ ਆ ਨਾ ਉਹ ਸਾਨੂੰ ਉਸ ਵੇਲੇ ਜਿਹੜਾ ਡਿਸਟਰਬ ਨਹੀਂ ਕਰਦਾ, ਪਰ ਸਾਨੂੰ ਪਤਾ ਹੁੰਦਾ ਕਿ ਅਸੀਂ ਕਿਉਂ ਭੁੱਖੇ ਹਾਂ। ਪਰ ਭੁੱਖੇ ਰਹਿਣ ਦਾ ਫਾਇਦਾ ਉਦੋਂ ਹੀ ਆ ਜਦੋਂ ਨਾਲ ਬੁਰਾਈ ਵੀ ਛੱਡੀ ਹੋਵੇ। ਜੇ ਤੁਸੀਂ ਬੁਰਾਈ ਰੱਖੀ ਆ ਫਿਰ ਭੁੱਖੇ ਰਹਿੰਦੇ ਫਿਰ ਬੇਫਾਇਦਾ ਆ, ਪਰ ਜੇ ਭੁੱਖੇ ਰਹਿੰਦੇ ਆ ਉਦੋਂ ਪਹਿਲਾਂ ਬੁਰਾਈ ਨੂੰ ਛੱਡਣਾ ਜਿਹੜਾ ਆ ਉਹ ਬਹੁਤ ਜ਼ਰੂਰੀ ਆ। ਸੋ ਆਈ ਹੋਪ ਕਿ ਤੁਸੀਂ ਬਹੁਤ ਈਜ਼ੀ ਵੇ ਦੇ ਨਾਲ ਅੰਡਰਸਟੈਂਡ ਕਰ ਰਹੇ ਹੋਵੋਗੇ। ਅਗਰ ਕਿਸੇ ਨੂੰ ਲੱਗਦਾ ਆ ਕਿ ਉਹਨੂੰ ਕੁਛ ਸਮਝ ਨਹੀਂ ਆ ਰਿਹਾ ਤਾਂ ਪਲੀਜ਼ ਤੁਸੀਂ ਕਮੈਂਟਸ ਦੇ ਵਿੱਚ ਮੈਂਸ਼ਨ ਕਰ ਸਕਦੇ ਹੋ, ਹੋਪਫੁਲੀ ਕਿ ਮੈਂ ਲਾਈਵ ਪ੍ਰੋਗਰਾਮ ਦੇ ਵਿੱਚ ਉਹਨੂੰ ਆਨਸਰ ਕਰ ਸਕਾਂ। ਅਦਰਵਾਈਜ਼ ਆਈ ਵਿਲ ਆਨਸਰ ਯੂ ਲੇਟਰ, ਜਦੋਂ ਪ੍ਰੋਗਰਾਮ ਫਿਨਿਸ਼ ਹੋ ਜਾਊਗਾ ਦੈਨ ਮੈਂ ਤੁਹਾਨੂੰ ਰਿਪਲਾਈ ਜ਼ਰੂਰ ਕਰੂੰਗੀ ਤੁਹਾਡੇ ਕਮੈਂਟ ਦੇ ਨੀਚੇ ਜੋ ਵੀ ਤੁਸੀਂ ਪੁੱਛਿਆ ਹੋਏਗਾ। ਅਗਰ ਮੈਨੂੰ ਉਹਦਾ ਆਨਸਰ ਜਿਹੜਾ ਆ ਉਹ ਮੈਨੂੰ ਪਤਾ ਹੋਇਆ ਤਾਂ ਮੈਂ ਡੈਫੀਨੇਟਲੀ ਆਈ ਵਿਲ ਟ੍ਰਾਈ ਟੂ ਆਨਸਰ ਯੂ। ਸੋ ਅੱਗੇ ਉਹ ਕੀ ਲਿਖਦਾ ਆ, ਕਹਿੰਦਾ ਕਿ ਇਹ ਨਹੀਂ ਭਾਈ ਤੁਸੀਂ ਆਪਣੀ ਰੋਟੀ ਭੁੱਖਿਆਂ ਨੂੰ ਵੰਡ ਦਿਓ। ਕਹਿੰਦਾ ਕਿ ਮੈਨੂੰ ਇਹ ਵਾਲਾ ਵਰਤ ਨਹੀਂ ਪਸੰਦ ਕਿ ਤੁਸੀਂ ਆਪਣੀ ਰੋਟੀ ਜਿਹੜੀ ਆ ਉਹ ਭੁੱਖਿਆਂ ਨੂੰ ਵੰਡ ਦਿਓ। ਸੋ ਦੇਖੋ
ਜੇ ਆਪਾਂ ਵਰਤ ਰੱਖਿਆ ਆਪਣੇ ਹਿੱਸੇ ਦਾ ਆਟਾ, ਸਵੇਰ ਦੀ ਰੋਟੀ ਜਿਹੜੀ ਆ ਦੋ ਫੁਲਕੇ ਚਾਰ ਫੁਲਕੇ ਜਾਂ ਜਿੰਨੇ ਵੀ ਤੁਸੀਂ ਖਾਂਦੇ ਹੋ ਉਹ ਫੁਲਕੇ ਤੁਸੀਂ ਰੈਪ ਕਰਕੇ ਰੱਖ ਲਏ ਜਾਂ ਉਹਨਾਂ ਪੇੜਾ ਆਟੇ ਦਾ ਤੁਸੀਂ ਬਚਾ ਕੇ ਰੱਖ ਲਏ ਤੇ ਉਹ ਨੈਕਸਟ ਟਾਈਮ ਜਿਹੜਾ ਆ ਉਹ ਖਾ ਲਿਆ, ਉਹ ਤਾਂ ਤੁਹਾਡਾ ਤਾਂ ਸੇਵ ਹੀ ਆ। ਬਟ ਅਗਰ ਅਸੀਂ ਫਾਸਟਿੰਗ ਕਰ ਰਹੇ ਹਾਂ ਤਾਂ ਉਹਦੇ ਲਈ ਚੰਗਾ ਆ ਕਿ ਹਾਂਜੀ ਇਸ ਵੇਲੇ ਦਾ ਖਾਣਾ ਮੈਂ ਤਾਂ ਤਿੰਨ ਟਾਈਮ ਖਾਣ ਦੇ ਲਈ ਮੈਨੂੰ ਪਰਮੇਸ਼ੁਰ ਨੇ ਦਿੱਤਾ ਆ, ਪਰਮੇਸ਼ੁਰ ਨੇ ਮੈਨੂੰ ਬਹੁਤ ਦਿੱਤਾ ਆ, ਪਰ ਮੈਂ ਕਿਸੇ ਨੂੰ ਦੇਖਿਆ ਕਿ ਉਹਦੇ ਕੋਲ ਇੱਕ ਟਾਈਮ ਦਾ ਵੀ ਭੋਜਨ ਨਹੀਂ ਆ, ਤਾਂ ਅਸੀਂ ਡਿਸਾਈਡ ਕਰੀਏ ਕਿ ਹਾਂਜੀ ਪ੍ਰਭੂ ਇੱਕ ਟਾਈਮ ਦਾ ਭੋਜਨ ਖਾਣਾ ਮੈਂ ਬੰਦ ਕਰਕੇ ਮੈਂ ਆਪਣੇ ਹਿੱਸੇ ਦਾ ਭੋਜਨ ਜਿਹੜਾ ਆ ਇਹਨੂੰ ਦਿੰਦਾ ਆ। ਕਹਿੰਦਾ ਇਹ ਵਰਤ ਆ ਮੇਰਾ। ਸੋ ਅਗਰ ਤੁਸੀਂ ਵਰਤ ਰੱਖਿਆ ਆ, ਤੁਸੀਂ ਦੋ ਟਾਈਮ ਭੁੱਖੇ ਆ, ਮਤਲਬ ਜੇ ਤੁਸੀਂ ਸਵੇਰ ਤੋਂ ਲੈ ਕੇ ਈਵਨਿੰਗ ਤੱਕ ਤੁਸੀਂ ਦੋ ਮੀਲ ਜਿਹੜੇ ਆ ਮਿਸ ਕੀਤੇ ਆ, ਉਹ ਮੀਲ ਜਿਹੜੇ ਆ ਤੁਸੀਂ ਉਹ ਜਿਹੜਾ ਆਪਣੇ ਹਿੱਸੇ ਦਾ ਭੋਜਨ ਆ ਜਾਓ ਕਿਸੇ ਨੂੰ ਦਿਓ ਜਿਹਨੂੰ ਜ਼ਰੂਰਤ ਆ, ਔਰ ਫਿਰ ਤੁਸੀਂ ਜਿਹੜਾ ਤੁਹਾਡਾ ਤੀਜਾ ਮੀਲ ਆ ਉਹ ਤੁਸੀਂ ਆਪ ਗ੍ਰਹਿਣ ਕਰੋ ਤਾਂ ਪਰਮੇਸ਼ੁਰ ਨੂੰ ਬਹੁਤ ਪਸੰਦ ਆਊਗਾ। ਸੋ ਬਹੁਤ ਸਾਰੇ ਲੋਕ ਆ ਜਿਹੜੇ ਆਪਣਾ ਜਿਹੜਾ ਉਹਨੂੰ ਸੇਵ ਕਰ ਛੱਡਦੇ ਆ ਫਿਰ ਉਹਨੂੰ ਜਿਹੜਾ ਹੈ ਦੁਬਾਰਾ ਯੂਜ਼ ਕਰ ਲੈਂਦੇ ਆ, ਪਰ ਸਾਨੂੰ ਚਾਹੀਦਾ ਆ ਕਿ ਅਗਰ ਸਾਡੇ ਕੋਲ ਜ਼ਿਆਦਾ ਆ ਅਸੀਂ ਉਹਦੇ ਵਿੱਚੋਂ ਜਿਹੜਾ ਆ ਆਪਣਾ ਸਕਿੱਪ ਕਰਕੇ ਅਸੀਂ ਉਹ ਆਪਣੇ ਹਿੱਸੇ ਦਾ ਜਿਹੜਾ ਆ ਉਹ ਦੂਜੇ ਨੂੰ ਦੇਈਏ ਤਾਂ ਜੋ ਉਹਦੇ ਅੰਦਰੋਂ ਜਿਹੜੀ ਅਸੀਸ ਨਿਕਲਣੀ ਆ ਜਿਹੜਾ ਉਹਨੇ ਕਹਿਣਾ ਆ ਸਾਨੂੰ ਕਿ ਪਰ ਰੱਬ ਤੇਰਾ ਭਲਾ ਕਰੇ, ਉਹ ਤੁਸੀਂ ਕਿਸੇ ਨੂੰ 1 ਲੱਖ ਰੁਪਈਆ ਦੇ ਕੇ ਕਹੋ ਨਾ ਕਹਿ ਰੱਬ ਤੇਰਾ ਭਲਾ ਕਰੇ, ਉਨੀ ਢਿੱਡੋਂ ਅਸੀਸ ਨਹੀਂ ਨਿਕਲਣੀ ਜਿੰਨੀ ਉਹ ਭੁੱਖੇ ਦੇ ਢਿੱਡ ਦੇ ਵਿੱਚ ਜਦੋਂ ਬੁਰਕੀ ਡਿੱਗਣੀ ਆ ਨਾ ਜਦੋਂ ਉੱਥੋਂ ਅਸੀਸ ਨਿਕਲਣੀ ਆ ਕਿ ਰੱਬ ਤੇਰਾ ਭਲਾ ਕਰੇ, ਉਹਨੇ ਨਿਕਲਦੇ ਹੀ ਐਕਟਿਵ ਹੋ ਜਾਣਾ ਹੈ। ਹਾਲੇਲੂਇਆ। ਇਸ ਲਈ ਵਚਨ 'ਚ ਇੱਦਾਂ ਲਿਖਿਆ, ਕਹਿੰਦਾ ਕਿ ਇਹ ਨਹੀਂ ਭਾਈ ਤੁਸੀਂ ਆਪਣੀ ਰੋਟੀ ਭੁੱਖਿਆਂ ਨੂੰ ਵੰਡ ਦਿਓ ਅਤੇ ਬੇਘਰੇ ਮਸਕੀਨਾਂ ਨੂੰ ਆਪਣੇ ਘਰੇ ਲਿਆਓ। ਸੋ ਕਹਿੰਦਾ ਬੇਘਰ ਲੋਕਾਂ ਨੂੰ ਜਿਨ੍ਹਾਂ ਦੇ ਕੋਲ ਘਰ ਨਹੀਂ ਆ, ਜਿਹੜੇ ਮਾਤੜ ਆ, ਕਹਿੰਦਾ ਉਹਨਾਂ ਨੂੰ ਆਪਣੇ ਘਰ ਲਿਆਓ। ਆਪਾਂ ਕੀ ਕਰਦੇ ਹਾਂ, ਮੋਸਟਲੀ ਲੋਕ 99.5% ਲੋਕ ਜਿਹੜੇ ਆ ਉਹ ਕੀ ਕਰਦੇ ਆ, ਜਿਨ੍ਹਾਂ ਦੇ ਕੋਲ ਘਰ ਨਹੀਂ ਹੈਗਾ ਉਹਨਾਂ ਨੂੰ ਉਹ ਆਪਣੇ ਘਰ ਵੀ ਵਾੜਨਾ ਨਹੀਂ ਪਸੰਦ ਕਰਦੇ। ਮੈਂ ਤੁਹਾਡੇ ਨਾਲ ਬਹੁਤ ਸਹਿਮਤ ਹਾਂ ਕਿ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੇ ਮੁਖੌਟੇ ਪਾਏ ਹੋਏ ਆ, ਉਹਨਾਂ ਦੀਆਂ ਨੀਤਾਂ ਸਾਫ਼ ਨਹੀਂ ਆ, ਉਹ ਸਿਰਫ ਇਸੇ ਕਰਕੇ ਇੱਦਾਂ ਬਣੇ ਆ ਵੀ ਉਹ ਤੁਹਾਡੇ ਘਰ ਆਉਣ ਅਤੇ ਤੁਹਾਡਾ ਗਲਾ ਗੁਲਾ ਨੱਪ ਕੇ ਅਤੇ ਤੁਹਾਡਾ ਸਭ ਕੁਛ ਲੁੱਟ ਪੁੱਟ ਕੇ ਲੈ ਜਾਣ। ਲੋਕ ਡਰੇ ਆ ਇਹਨਾਂ ਸਿਚੁਏਸ਼ਨਸ ਬਾਰੇ, ਡਰਨਾ ਸੱਚਾ ਆ, ਪਰ ਕਈ ਵਾਰੀ ਤੁਸੀਂ ਸੱਚੀ ਕਿਸੇ ਨੂੰ ਇਹੋ ਜਿਹੇ ਨੂੰ ਜਾਣਦੇ ਆ, ਕਈ ਵਾਰੀ ਉਹ ਤੁਹਾਡਾ ਰਿਸ਼ਤੇਦਾਰ ਹੋ ਸਕਦਾ ਆ, ਕਈ ਵਾਰੀ ਉਹ ਤੁਹਾਡੇ ਪਿੰਡ ਦੇ ਵਿੱਚ ਹੋ ਸਕਦਾ ਆ, ਜਾਂ ਪਰਸਨਲੀ ਤੁਸੀਂ ਕਿਸੇ ਨੂੰ ਜਾਣਦੇ ਆ ਕਿ ਉਹਨੂੰ ਜ਼ਰੂਰਤ ਆ, ਇੱਕ ਛੱਤ ਦੀ ਜ਼ਰੂਰਤ ਆ, ਜਾਂ ਉਹਦੇ ਕੋਲ ਧੀ ਨਹੀਂ ਹੈਗਾ, ਜਾਂ ਉਹਦੇ ਕੋਲ ਪੁੱਤਰ ਨਹੀਂ ਹੈਗਾ, ਜਾਂ ਉਹਦਾ ਹਸਬੈਂਡ ਨਹੀਂ ਹੈਗਾ, ਉਹ ਸਿੰਗਲ ਪਰਸਨ ਆ, ਔਰ ਉਹਨੂੰ ਉਹਦੇ ਕੋਲ ਛੱਤ ਨਹੀਂ ਹੈਗੀ ਰਹਿਣ ਨੂੰ, ਜਾਂ ਉਹਨੂੰ ਕੋਈ ਸਾਂਭਣ ਵਾਲਾ ਹੈ ਨਹੀਂ, ਅਤੇ ਤੁਹਾਨੂੰ ਲੱਗਦਾ ਕਿ ਅਸੀਂ ਆਪਣੇ ਘਰ ਰਾਜੀ ਖੁਸ਼ ਹਾਂ, ਆਪਣੇ ਕਰਮਾਂ ਦਾ ਭੋਗ ਰਿਹਾ, ਠੀਕ ਆ ਉਹ ਕਰਮਾਂ ਦਾ ਭੋਗ ਰਿਹਾ ਹੋ ਸਕਦਾ ਆ ਤੁਹਾਡੇ ਅਕੋਰਡਿੰਗ, ਪਰ ਤੁਹਾਨੂੰ ਤਾਂ ਪਰਮੇਸ਼ੁਰ ਨੇ ਬਚਾਇਆ। ਔਰ ਪ੍ਰਭੂ ਦਾ ਹੁਕਮ ਕੀ ਆ, ਪ੍ਰਭੂ ਦਾ ਹੁਕਮ ਇਹ ਹੀ ਆ ਕਿ ਅਨਾਥਾਂ ਅਤੇ ਵਿਧਵਾ ਦੀ ਸਾਰ ਲਵੋ, ਔਰ ਗਰੀਬਾਂ ਦੀ ਜਿਹੜਾ ਸੁੱਧ ਲੈਂਦਾ ਆ, ਪ੍ਰਭੂ ਕਹਿੰਦੇ ਕਿ ਉਹ ਮੇਰੇ ਉੱਤੇ ਜਿਹੜਾ ਆ ਅਹਿਸਾਨ ਕਰਦਾ ਹੈ। ਸੋ ਵਚਨ ਦੇ ਅਕੋਰਡਿੰਗ ਜਿਹੜਾ ਆ ਉਹ ਸਾਨੂੰ ਇਹੋ ਜਿਹੇ ਲੋਕਾਂ ਨੂੰ ਆਪਣੇ ਘਰ ਲਿਆਉਣਾ ਚਾਹੀਦਾ। ਔਰ ਪਰ ਅਸੀਂ ਕੀ ਕਰਦੇ, ਅਸੀਂ ਸੋਚਦੇ ਸਾਡੇ ਘਰ ਕੋਈ MLA ਆਏ, ਸਾਡੇ ਘਰ ਕੋਈ ਅਮੀਰ ਲੋਕ ਆ ਜਿਹੜੇ, ਔਰ ਸਾਡੀ ਉਹਨਾਂ ਦੇ ਨਾਲ ਬਣੇ, ਔਰ ਸਾਡੀ ਵਾਹ ਵਾਹ ਹੋਏ, ਔਰ ਸਾਨੂੰ ਲੱਗਦਾ ਕਿ ਫਿਰ ਲੋਕ ਜਿਹੜੇ ਆ ਉਹ ਦੇਖੋ। ਅਗਰ ਤੁਹਾਨੂੰ ਇੱਕ ਮਾਤੜ ਬੰਦਾ ਮਿਲਣ ਆਉਂਦਾ ਆ, ਗਰੀਬ ਬੰਦਾ ਮਿਲਣ ਆਉਂਦਾ, ਤੁਸੀਂ ਉਹਨੂੰ ਸਟੀਲ ਦੇ ਗਲਾਸ ਵਿੱਚ ਪਾਣੀ ਦਿਓਗੇ, ਖੱਦਰ ਦੇ ਜਿਹਨੂੰ ਆਪਾਂ ਖੱਦਰ ਦਾ ਗਲਾਸ ਕਹਿੰਦੇ ਉਹ 'ਚ ਪਾਣੀ ਦਿਓਗੇ, ਔਰ ਫਿਰ ਉਸ ਗਲਾਸ ਨੂੰ ਸਵਾਹ ਦੇ ਨਾਲ ਮਾਂਜ ਕੇ ਜਿਹੜਾ ਆ ਉਹ ਰੱਖੋਗੇ। ਪਰ ਇੱਕ ਅਮੀਰ ਬੰਦਾ ਮਿਲਣ ਵਾਸਤੇ ਆ ਤੁਸੀਂ ਪ੍ਰੋਪਰ ਜਿਹੜਾ ਆ ਇੱਕ ਨਵਾਂ ਜਿਹੜਾ ਸੈੱਟ ਆ ਨਾ, ਲਾਈਮ ਸੈੱਟ ਜਿਹੜਾ ਤੁਸੀਂ ਰੱਖਿਆ ਆ ਠੰਡੇ ਪਿਆਉਣ ਵਾਸਤੇ ਕੱਚ ਦੇ ਗਲਾਸ, ਤੁਸੀਂ ਉਹਦੇ ਵਿੱਚ ਉਹਨੂੰ ਸਰਵ ਕਰੋਗੇ। ਤੁਸੀਂ ਕੀ ਸੋਚਦੇ ਹੋ ਕਿ ਉਸ ਵੇਲੇ ਪਰਮੇਸ਼ੁਰ ਦੀਆਂ ਅੱਖਾਂ ਬੰਦ ਸੀਗੀਆਂ ਜਦੋਂ ਤੁਸੀਂ ਦੂਏ ਨੂੰ ਸਟੀਲ ਦਾ ਗਲਾਸ ਦੇ ਰਹੇ ਸੀਗੇ, ਔਰ ਇੱਕ ਨੂੰ ਤੁਸੀਂ ਆਓ ਭਗਤ ਦੇ ਲਈ ਜਿਹੜਾ ਆ ਉਹ ਕੱਚ ਦਾ ਗਲਾਸ ਔਫਰ ਕਰ ਰਹੇ ਸੀਗੇ। ਹੋ ਸਕਦਾ ਤੁਹਾਡਾ ਸਟੀਲ ਦਾ ਗਲਾਸ ਵੀ ਮਹਿੰਗਾ ਹੋਵੇ, ਪਰ ਮਹਿੰਗੇ ਅਤੇ ਸਸਤੇ ਦਾ ਮੁੱਲ ਜਿਹੜਾ ਆ ਨਾ ਤੁਹਾਡੀ ਫੀਲਿੰਗ ਤੋਂ ਪੈਂਦਾ, ਤੁਹਾਡੇ ਅੰਦਰ ਕੀ ਚੱਲ ਰਿਹਾ ਆ ਉਹਦੇ ਤੋਂ ਪੈਂਦਾ। ਇਸ ਲਈ ਅਗਰ ਅਸੀਂ ਪਰਮੇਸ਼ੁਰ ਨੂੰ ਮੰਨਣ ਵਾਲੇ ਲੋਕ ਹਾਂ, ਸਾਡੇ ਲਈ ਫਰਕ ਕਰਨਾ ਜਿਹੜਾ ਉਹ ਲਾਨਤ ਦੇ ਬਰਾਬਰ ਆ। ਅਗਰ ਅਸੀਂ ਫਰਕ ਰੱਖਦੇ ਹਾਂ ਫਿਰ ਵੀ ਅਸੀਂ ਕਹਿੰਦੇ ਹਾਂ ਅਸੀਂ ਕੀ ਪਾਪ ਕੀਤਾ, ਸਾਡੀ ਪ੍ਰਾਰਥਨਾ ਕਿਉਂ ਨਹੀਂ ਸੁਣੀ ਜਾ ਰਹੀ, ਤਾਂ ਅਸੀਂ ਐਵਰੀਡੇ ਜਿਹੜਾ ਆ ਸਿੱਖ ਰਹੇ ਹਾਂ ਕਿ ਸਾਡੀਆਂ ਪ੍ਰਾਰਥਨਾਵਾਂ ਕਿਉਂ ਰੁਕੀਆਂ ਹੋਈਆਂ ਆ। ਅਸੀਂ 2 ਘੰਟੇ ਪ੍ਰਾਰਥਨਾ ਕਰਦੇ ਹੋ ਸਕਦੇ ਹਾਂ, ਅਸੀਂ ਵਰਤ ਰੱਖਦੇ ਹੋ ਸਕਦੇ ਹਾਂ, ਅਸੀਂ ਦਾਨ ਪੁੰਨ ਕਰਦੇ ਹੋ ਸਕਦੇ, ਪਰ ਜੇ ਅਸੀਂ ਨਾਲ ਫਰਕ ਵੀ ਰੱਖਦੇ ਹਾਂ, ਭਿੰਨ ਭੇਦ ਵੀ ਰੱਖਦੇ ਹਾਂ, ਫਿਰ ਅਸੀਂ ਲਾਨਤੀ ਹਾਂ ਪਰਮੇਸ਼ੁਰ ਦੀ ਨਜ਼ਰ ਦੇ ਵਿੱਚ। ਉਹ ਕਹਿੰਦਾ ਗਰੀਬਾਂ ਨੂੰ ਆਪਣੇ ਘਰ ਲਿਆਓ, ਮਸਕੀਨਾਂ ਨੂੰ ਆਪਣੇ ਘਰ ਲਿਆਓ, ਪਰਮੇਸ਼ੁਰ ਨੂੰ ਇਹ ਪਸੰਦ ਆ।
और फिर सानू इदां ही चाहिदा है जे सानू मिलन दे लई कोई साडा गरीब रिश्तेदार या जेदे कोले इन्ना कुछ है नहीं गा जेदे कोल कार कूर है नहीं गा इहदा मतलब ए नहीं है कि ओनू तुसी जड़ी आ फोकी चाह दे दियो पर तुहाडे कोल 36 तरह दियां चीजां अंदर पईयां होण पर जे कोई अमीर जड़ा या ओह दूरों नेड़े भी तुहाडा जड़ा या सिर्फ जान सियाण च ही होवे पर इस करके ओनू प्लीज करन नू कि लोड़ वेले काम आऊगा ते तुसी बदाम पिस्ते ते सौगियां रख के ओनू चाह पानी पियाउने आ ता फिर सच्ची तुसी अपने लिए परमेश्वर की आशीष का जिहड़ा बूहा आ ओनू बंद कर लैने आ क्योंकि परमेश्वर जिहड़ा आ ओह भिन्न भेद नहीं करदे जो प्रभु चानण चाढ़दे आ कदी तुसी देखिया कि सूरज चढ़िया आ ते तुहाडा गुआंढी प्रभु नू नहीं मन्नदा पर ओहदे ते धुप नहीं आई पर तुहाडे घर धुप आई आ जब ओह भिन्न भेद नहीं करदा ते फिर ओहदे चेले किदां कर सकदे आ फिर ओनू मन्नण वाले किदां कर सकदे आ फिर असीं भिन्न भेद करदे आ ता फिर असीं जिहड़ा आ परमेश्वर दे अगे अरदासां भी करदे आ फिर जिद्दां असीं चलांगे उद्दां ही प्रभु ने चलना आ क्योंकि ओह बहुत ज़्यादा न्यायी आ ਉਹ ਮਹਾਂਪ੍ਰਧਾਨ ਜੱਜ ਆ ਉਹਦੇ ਨਾਲੋਂ ਸੱਚਾ ਨਿਆਂਕਾਰ ਕੋਈ ਨਹੀਂ ਆ ਸੋ ਜਿੱਦਾਂ ਅਸੀਂ ਚੱਲਣਾ ਆ ਉੱਦਾਂ ਹੀ ਉਹਨੇ ਸਾਡਾ ਨਿਆਂ ਕਰਨਾ ਆ ਹੁਣ ਸਾਡੇ ਹੱਥ ਆ ਵੀ ਅਸੀਂ ਵਰਤ ਰੱਖਣਾ ਸਾਡੇ ਲਈ ਜ਼ਿਆਦਾ ਜ਼ਰੂਰੀ ਆ ਜਾਂ ਸਾਡੇ ਲਈ ਪਰਮੇਸ਼ੁਰ ਦੇ ਵਚਨ ਦੇ ਨਾਲ ਵਰਤਣਾ ਜ਼ਿਆਦਾ ਜ਼ਰੂਰੀ ਆ ਸੋ ਅਸੀਂ ਕਿੱਦਾਂ ਦਾ ਵਰਤ ਰੱਖਣਾ ਆ ਇਹ ਅੱਜ ਹੋਲੀ ਸਪਿਰਿਟ ਨੇ ਕਿਹਾ ਕਿ ਮੇਰੇ ਲੋਕਾਂ ਨੂੰ ਦੱਸ ਸੋ ਕਈਆਂ ਨੂੰ ਇਹ ਬਹੁਤ ਕੌੜਾ ਲੱਗ ਸਕਦਾ ਆ ਕਈਆਂ ਨੂੰ ਲੱਗ ਸਕਦਾ ਇਹ ਬਹੁਤ ਡਿਫਰੈਂਟ ਤਰੀਕੇ ਦੇ ਨਾਲ ਆ ਬਟ ਆਪਾਂ ਬਾਈਬਲ 'ਚੋਂ ਪੜ੍ਹ ਰਹੇ ਹਾਂ ਤੁਸੀਂ ਇਹਦਾ ਜਿਹੜਾ ਆ ਕਿਸੇ ਹੋਰ ਕੋਲੋਂ ਵੀ ਤਰਜਮਾ ਕਰਾਉਂਗੇ ਐਨ ਇੱਦਾਂ ਹੀ ਨਿਕਲਣਾ ਆ ਕਿਉਂਕਿ ਜਿੱਦਾਂ ਪਰਮੇਸ਼ੁਰ ਨੇ ਲਿਖਿਆ ਇਹਨੇ ਇੱਦਾਂ ਹੀ ਗੱਲ ਕਰਨੀ ਆ ਸੋ ਕੀ ਕਹਿੰਦਾ ਆ ਕਹਿੰਦਾ ਬੇਘਰੇ ਮਸਕੀਨਾਂ ਨੂੰ ਆਪਣੇ ਘਰ ਲਿਆਓ ਜਦ ਤੁਸੀਂ ਨੰਗੇ ਨੂੰ ਵੇਖੋ ਤਾਂ ਉਸਨੂੰ ਕੱਜੋ ਜਦੋਂ ਤੁਸੀਂ ਕਿਸੇ ਨੂੰ ਦੇਖਦੇ ਇਹਦੇ ਕੋਲ ਕੱਪੜਾ ਹੈ ਨਹੀਂ ਆ ਤੇ ਵਚਨ 'ਚ ਕੀ ਲਿਖਿਆ ਕਹਿੰਦਾ ਜੇ ਤੇਰੇ ਕੋਲ ਦੋ ਝੱਗੇ ਆ ਇੱਕ ਉਹਨੂੰ ਦੇ ਦੇ ਜੇ ਤੇਰੇ ਕੋਲ ਦੋ ਕੁੜਤੇ ਆ ਦੋ ਸ਼ਰਟਸ ਆ ਇੱਕ ਉਹਨੂੰ ਦੇ ਦੇ ਜਿਹਦੇ ਕੋਲ ਹੈ ਨਹੀਂ ਗਾ ਸੋ ਕਹਿੰਦਾ ਜੇ ਤੁਸੀਂ ਨੰਗੇ ਨੂੰ ਵੇਖੋ ਤਾਂ ਉਸਨੂੰ ਕੱਜੋ ਅਤੇ ਆਪਣੇ ਸਾਥੀਆਂ ਤੋਂ ਆਪਣਾ ਮੂੰਹ ਨਾ ਲੁਕਾਓ ਸੋ ਕਈ ਵਾਰੀ ਤੁਹਾਡੇ ਨਾਲ ਜਿਹੜੇ ਰਹਿੰਦੇ ਆ ਉਹਨਾਂ ਨੂੰ ਤੁਹਾਡੀ ਜ਼ਰੂਰਤ ਹੋ ਸਕਦੀ ਆ ਔਰ ਤੁਹਾਡੇ ਕੋਲ ਇਨਫ ਹੋ ਸਕਦਾ ਆ ਉਹਨਾਂ ਦੀ ਹੈਲਪ ਕਰਨ ਨੂੰ ਫਿਰ ਤੁਸੀਂ ਉਹਨਾਂ ਤੋਂ ਪਾਸਾ ਵੱਟਦੇ ਆ ਤੁਹਾਡੇ ਭੈਣ ਭਰਾਵਾਂ ਨੂੰ ਤੁਹਾਡੀ ਜ਼ਰੂਰਤ ਹੋ ਸਕਦੀ ਆ ਫਿਰ ਤੁਸੀਂ ਉਹਨਾਂ ਤੋਂ ਪਾਸਾ ਵੱਟਦੇ ਆ ਤਾਂ ਫਿਰ ਕੀ ਆ ਸਾਨੂੰ ਇੱਦਾਂ ਨਹੀਂ ਕਰਨਾ ਚਾਹੀਦਾ ਸੋ ਵਚਨ ਦੇ ਅਨੁਸਾਰ ਕਹਿੰਦਾ ਆਪਣੇ ਸਾਥੀਆਂ ਤੋਂ ਆਪਣਾ ਮੂੰਹ ਨਾ ਲੁਕਾਓ ਜਿੱਦਾਂ ਜਿੰਨਾ ਸਾਤੋਂ ਹੋ ਸਕੇ ਓਨਾ ਸਾਨੂੰ ਜਿਹੜਾ ਆ ਉਹ ਦੂਏ ਦੀ ਮਦਦ ਜਿਹੜੀ ਆ ਉਹ ਜ਼ਰੂਰ ਕਰਨੀ ਚਾਹੀਦੀ ਆ ਜਦੋਂ ਅਸੀਂ ਇੱਦਾਂ ਕਰਾਂਗੇ ਫਿਰ ਕੀ ਹੋਣਾ ਆ 8 ਨੰਬਰ ਪੰਕਤੀ 'ਚ ਲਿਖਿਆ ਕਹਿੰਦਾ ਫਿਰ ਤੇਰਾ ਚਾਨਣ ਫਜ਼ਰ ਵਾਂਗ ਫੁੱਟ ਨਿਕਲੂਗਾ ਕਹਿੰਦਾ ਫਿਰ ਤੂੰ ਫਜ਼ਰ ਦੇ ਵਾਂਗ ਜਿਹੜਾ ਆ ਉਹ ਤੂੰ ਫੁੱਟ ਨਿਕਲੂਗਾ ਜਿੱਦਾਂ ਸਵੇਰੇ ਸਵੇਰੇ ਕਿਰਨਾਂ ਫੁੱਟਦੀਆਂ ਨਾ ਕਹਿੰਦਾ ਇੱਦਾਂ ਤੇਰਾ ਚਾਨਣ ਜਿਹੜਾ ਆ ਨਾ ਉਹ ਫੁੱਟ ਨਿਕਲੂਗਾ ਅਤੇ ਤੇਰੀ ਤੰਦਰੁਸਤੀ ਛੇਤੀ ਉਗੜ ਪਵੇਗੀ ਜਦੋਂ ਤੂੰ ਇੱਦਾਂ ਨੇਕੀ ਦੇ ਨਾਲ ਚੱਲੂਗਾ ਵਚਨ ਦੱਸਦਾ ਵੀ ਗਰੀਬਾਂ ਦੀ ਸੋਧ ਲਊਂਗਾ ਭਿੰਨ ਭੇਤ ਨਹੀਂ ਕਰੂੰਗਾ ਬੁਰਿਆਈ ਨੂੰ ਛੱਡ ਦੂੰਗਾ ਔਰ ਸਿਧਿਆਈ ਦੇ ਨਾਲ ਪਰਮੇਸ਼ੁਰ ਦੇ ਅੱਗੇ ਚੱਲੂੰਗਾ ਬਦੀਆਂ ਦੇ ਬੰਧਨਾਂ ਨੂੰ ਤੋੜੂੰਗਾ ਜੂਲੇ ਨੂੰ ਭੰਨ ਸੁੱਟੂੰਗਾ ਕਹਿੰਦਾ ਫਿਰ ਤੇਰੀ ਤੰਦਰੁਸਤੀ ਛੇਤੀ ਉਗੜ ਪਊਗੀ ਫਿਰ ਜਿਹੜੀਆਂ ਤੇਰੀਆਂ ਚੀਜ਼ਾਂ ਰੁਕੀਆਂ ਨਾ ਫਿਰ ਉਹ ਛੇਤੀ ਹੋ ਜਾਣੀਆਂ ਫਿਰ ਤੇਰੀ ਸਿਹਤ ਜਿਹੜੀ ਖਰਾਬ ਆ ਨਾ ਉਹ ਫਿਰ ਛੇਤੀ ਠੀਕ ਹੋ ਜਾਣੀਆਂ ਕਹਿੰਦਾ ਤੇਰਾ ਧਰਮ ਤੇਰੇ ਅੱਗੇ ਅੱਗੇ ਚੱਲੇਗਾ ਹੁਣ ਕੀ ਕਹਿੰਦਾ ਤੇਰਾ ਧਰਮ ਤੇਰੇ ਅੱਗੇ ਅੱਗੇ ਚੱਲੇਗਾ ਧਰਮ ਕੀ ਆ ਚੰਗਿਆਈ ਦੇ ਕੰਮ ਜਿਹੜੀਆਂ ਚੰਗਿਆਈਆਂ ਅਸੀਂ ਕੀਤੀਆਂ ਆ ਨਾ ਕਹਿੰਦਾ ਫਿਰ ਉਹ ਤੇਰੇ ਮੋਹਰੇ ਮੋਹਰੇ ਚੱਲਣਗੀਆਂ ਯਹੋਵਾ ਦਾ ਪ੍ਰਤਾਪ ਤੇਰੇ ਪਿੱਛੇ ਰਾਖਾ ਹੋਵੇਗਾ ਜਦੋਂ ਅਸੀਂ ਇਸ ਤਰੀਕੇ ਦੇ ਨਾਲ ਚੱਲਾਂਗੇ ਇੱਦਾਂ ਦਾ ਵਰਤ ਰੱਖਾਂਗੇ ਸੱਚਾਈ ਨਾਲ ਚੱਲਾਂਗੇ ਫਿਰ ਕਹਿੰਦਾ ਕੀ ਕਹਿੰਦਾ ਯਹੋਵਾ ਦਾ ਪ੍ਰਤਾਪ ਵਾਓ ਇਟਸ ਅਮੇਜ਼ਿੰਗ ਕਿ ਪਰਮੇਸ਼ਵਰ ਦਾ ਪ੍ਰਤਾਪ ਜਿਹੜਾ ਆ ਨਾ ਕਹਿੰਦਾ ਉਹ ਫਿਰ ਤੇਰੇ ਪਿੱਛੇ ਤੇਰਾ ਰਾਖਾ ਹੋਊਗਾ ਸੋ ਆਪਾਂ ਆਲਵੇਜ ਕਹਿੰਦੇ ਰਹਿੰਦੇ ਪ੍ਰਭੂ ਹੁਣ ਸਾਨੂੰ ਤੇਰੀ ਮਦਦ ਦੀ ਲੋੜ ਆ ਪ੍ਰਭੂ ਹੁਣ ਸਾਨੂੰ ਤੇਰੀ ਪ੍ਰੋਟੈਕਸ਼ਨ ਦੀ ਲੋੜ ਆ ਫਿਰ ਸਾਨੂੰ ਕਹਿਣਾ ਨਹੀਂ ਪੈਣਾ ਕਰਕੇ ਫਿਰ ਸਾਨੂੰ ਪਤਾ ਆ ਸਾਡੀ ਜਿਹੜੇ ਨੇਕੀ ਦੇ ਕੰਮ ਅਸੀਂ ਕਰਦੇ ਹਾਂ ਜਿਹੜੇ ਵਚਨ ਦੇ ਅਨੁਸਾਰ ਅਸੀਂ ਕੰਮ ਕਰਦੇ ਉਹਨਾਂ ਕੰਮਾਂ ਨੇ ਹੀ ਸਾਨੂੰ ਬਚਾਈ ਜਾਣਾ ਕਈ ਵਾਰੀ ਆਪਾਂ ਆਪਣੀ ਲਾਈਫ ਦੇ ਵਿੱਚ ਸੁਣਦੇ ਜਾਂ ਕਹਿੰਦੇ ਹਾਂ ਕਈ ਵਾਰੀ ਕਿਸੇ ਮਨੁੱਖ ਦਾ ਐਕਸੀਡੈਂਟ ਹੋਣ ਲੱਗਦਾ ਆ ਚੀਜ਼ ਭੱਜ ਜਾਂਦੀ ਪਰ ਬੰਦਾ ਐਨ ਠੀਕ ਰਹਿ ਜਾਂਦਾ ਆਪਾਂ ਕੀ ਕਹਿੰਦੇ ਕਹਿੰਦਾ ਤੇਰਾ ਦਇਆ ਲਿੱਤਾ ਦਿਆ ਜਿਹੜਾ ਆ ਦਿੱਤਾ ਲਿਆ ਜਿਹੜਾ ਉਹ ਤੇਰੇ ਸਾਹਮਣੇ ਆ ਗਿਆ ਹੋਣਾ ਉਹਨੇ ਹੀ ਤੈਨੂੰ ਬਚਾ ਲਿਆ ਕੀ ਮਤਲਬ ਹੋਇਆ ਵਚਨ 'ਚ ਲਿਖਿਆ ਕਹਿੰਦਾ ਤੇਰਾ ਧਰਮ ਤੇਰੇ ਅੱਗੇ ਅੱਗੇ ਚੱਲੂਗਾ ਭਾਵ ਤੇਰੇ ਚੰਗੇ ਕੰਮ ਜਿਹੜੇ ਆ ਨਾ ਉਹ ਤੇਰੇ ਅੱਗੇ ਅੱਗੇ ਚੱਲਣਗੇ ਉਹ ਤੈਨੂੰ ਬੁਰਾਈਆਂ ਤੋਂ ਬਚਾਉਣਗੇ ਤਾਂ ਤੇਰੇ ਪਿੱਛੋਂ ਕੌਣ ਤੈਨੂੰ ਸੰਭਾਲੂਗਾ ਕਹਿੰਦਾ ਯਹੋਵਾ ਦਾ ਪ੍ਰਤਾਪ ਜਿਹੜਾ ਆ ਉਹ ਤੇਰਾ ਰਾਖਾ ਹੋਊਗਾ ਕਹਿੰਦਾ
तद तू पुकारेगा ते यहोवा उत्तर देवेगा। जदों तू ए सारे काम करेगा तिंदा फिर तू पुकारेगा तिंदा फिर यहोवा तेनू उत्तर देगा। असीं ए सारे काम तो करते ही नहीं, पुकारना पहले ही शुरू कर दें, हले एक भी नेकी का काम नहीं किया होंगे, पहले कहने प्रभु जी मेरी प्रार्थना सुनो, मेरी प्रार्थना के कान लाओ, यहोवा मैं पुकारदा हाँ, मेरे वाल तू छेती आ, चीका नारे सारा कुछ करी जाने, आखे ओदे लगते नहीं। पर वचन की दसदा कहिंदा जदों तू इदां काम करेगा फिर तेरी तंदुरुस्ती भी होगी, कहिंदा तेरा चानण भी तू चमकेगा, तेरा बोलबाला भी होगा, यहोवा तेरा राखा भी होगा, तेरे काम भी तेरे अगे अगे भलियाइया चलनगे। फिर की कहिंदा फिर तू पुकारेगा तो यहोवा तेनू उत्तर देवेगा। कहिंदा तद तू दुहाई देवेगा तो वह आखेगा मैं हैगा। कहिंदा जदों तू कहेगा ना हे प्रभु तू कित्थे आ, कहिंदा वह कहूगा मैं हैगा है। सो उदों ही प्रभु थानू क्विकली आंसर दऊगे जदों असी सही तरीके दे नाल चलांगे। कहिंदा जे तू अपने विचकारों झूला दूर करें नाले उंगल दी सैनत अते दुरबचन नू। सो की कहिंदा अपने विचकारों झूले नू जिहड़ियां चीज़ां दीआं गुलामियां दे विच आ जदों असी उन्हां नू दूर करूंगे उंगल दी सैनत। कई वारी आपां मूंह नाल नहीं कहिंदे, उंगल दे नाल ही करके इशारा पुठे काम करा लैंदे आ। ਫਿਰ ਕੀ ਕਹਿੰਦਾ, ਕਹਿੰਦਾ ਜਦੋਂ ਉਂਗਲ ਦੀ ਸਹਿਣਤ ਅਤੇ ਦੁਰਬਚਨ ਨੂੰ ਜਿਹੜਾ ਮੂੰਹ ਤੋਂ ਅਸੀਂ ਗਾਲੀ ਗਲੋਚ ਜਾਂ ਗੰਦੀਆਂ ਚੀਜ਼ਾਂ ਜਾਂ ਵਲ ਛਲ ਕਰਦੇ ਨਾ, ਕਹਿੰਦਾ ਜਦੋਂ ਦੁਰਬਚਨ ਨੂੰ ਵੀ ਦੂਰ ਕਰੇਗਾ ਫਿਰ ਕੀ ਹੋਊਗਾ। ਫਿਰ ਹੋਰ ਵੀ ਕਹਿੰਦਾ, ਕਹਿੰਦਾ ਜੇ ਤੂੰ ਭੁੱਖੇ ਲਈ ਆਪਣੀ ਜਾਨ ਡੋਲੇ, ਅਸੀਂ ਉਹ 'ਚ ਡਰੰਮੀ 'ਚ ਆਟਾ ਸੇਵ ਕਰ ਲੈਂਦੇ, ਪਰਮੇਸ਼ੁਰ ਨੂੰ ਕਹਿੰਦੇ ਅਸੀਂ ਤੇਰੇ ਲਈ ਭੁੱਖੇ ਹਾਂ। ਤੁਸੀਂ ਪਰਮੇਸ਼ੁਰ ਦੇ ਭੁੱਖੇ ਕਿੱਦਾਂ ਰਹਿ ਸਕਦੇ ਆ? ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਹਿੱਸੇ ਦੀ ਰੋਟੀ ਪ੍ਰਭੂ ਜੀ ਖਾ ਰਹੇ ਆ? ਨਹੀਂ, ਤੁਹਾਡੇ ਹਿੱਸੇ ਦੀ ਤਾਂ ਡਰੰਮੀ 'ਚ ਪਈ ਆ ਜਾਂ ਤੁਹਾਡੀ ਫਰਿੱਜ 'ਚ ਪਈ ਆ। ਉਹ ਕੀ ਕਹਿੰਦਾ, ਜੇ ਤੂੰ ਭੁੱਖੇ ਲਈ ਆਪਣੀ ਜਾਨ ਡੋਲੇ, ਭਾਵ ਜਦੋਂ ਤੁਸੀਂ ਭੁੱਖੇ ਆ ਤੁਸੀਂ ਕਹੋ ਪ੍ਰਭੂ ਕੋਈ ਗੱਲ ਨਹੀਂ, ਇਸ ਟਾਈਮ ਅੱਜ ਰਾਤ ਦੀ ਰੋਟੀ ਮੈਂ ਨਹੀਂ ਖਾਂਦਾ, ਜੋ ਵਿਚਾਰਾ ਰੋਜ਼ ਹੀ ਭੁੱਖਾ ਹੁੰਦਾ ਅੱਜ ਰਾਤ ਦੀ ਰੋਟੀ ਮੈਂ ਉਹਨੂੰ ਦਿਓ ਨਾ। ਕਹਿੰਦਾ ਜਦੋਂ ਤੂੰ ਭੁੱਖੇ ਲਈ ਆਪਣੀ ਜਾਨ ਨੂੰ ਡੋਲੇ ਅਤੇ ਮਸਕੀਨ ਦੀ ਜਾਨ ਨੂੰ ਰਜਾਵੇਂ ਜਿਹਦੇ ਕੋਲ ਨਹੀਂ ਆ ਉਹਦੀ ਤੂੰ ਹੈਲਪ ਕਰੇ, ਕਹਿੰਦਾ ਤਾਂ ਤੇਰਾ ਚਾਨਣ ਹਨੇਰੇ ਵਿੱਚ ਚੜ੍ਹੇਗਾ। ਕਹਿੰਦਾ ਤਾਂ ਫਿਰ ਇਹ ਜਿਹੜੇ ਹਨੇਰੇ ਦੀ ਦੁਨੀਆ ਨਾ, ਕਹਿੰਦਾ ਇਹਦੇ ਵਿੱਚ ਤੇਰਾ ਚਾਨਣ ਚੜੂਗਾ, ਫਿਰ ਤੂੰ ਚਮਕੂਗਾ। ਹਾਂ ਸੱਚਮੁੱਚ ਤੂੰ ਪਰਮੇਸ਼ੁਰ ਦਾ ਬੰਦਾ, ਸੱਚਮੁੱਚ ਤੇਰੇ ਤੇ ਰਾਹਾਂ 'ਚ ਪਰਮੇਸ਼ੁਰ ਤੇਰੀ ਰਾਖੀ ਕਰਦਾ ਆ। ਫਿਰ ਲੋਕੀ ਕਹਿਣਗੇ ਇਹ ਤਾਂ ਜੋ ਰੱਬ ਨੂੰ ਕਹਿੰਦਾ ਉਹੀ ਰੱਬ ਇਹਦੇ ਲਈ ਕਰ ਦਿੰਦਾ ਆ, ਇਹਨੂੰ ਤਾਂ ਕਹਿਣਾ ਵੀ ਨਹੀਂ ਪੈਂਦਾ, ਇਹਦੇ ਲਈ ਤਾਂ ਸਾਰਾ ਕੁਛ ਆਪੇ ਹੀ ਹੋਈ ਜਾਂਦਾ। ਕੀ ਆ, ਹਨੇਰੇ 'ਚ ਰਹਿਣ ਵਾਲੇ ਲੋਕ ਵੀ ਜਿਹੜੇ ਆ ਨਾ ਉਹ ਤੁਹਾਡੇ ਚਾਨਣ ਨੂੰ ਦੇਖਣਗੇ, ਕਿਉਂਕਿ ਤੁਹਾਡੇ ਉੱਤੇ ਪਰਮੇਸ਼ੁਰ ਦਾ ਚਾਨਣ ਜਿਹੜਾ ਆ ਉਹ ਉੱਗੜ ਪਊਗਾ। ਕਹਿੰਦਾ ਅਤੇ ਤੇਰਾ ਘੁੱਪ ਹਨੇਰ ਦੁਪਹਿਰ ਵਾਂਗ ਹੋਵੇਗਾ। ਸੋ ਤੁਹਾਡੀ ਲਾਈਫ ਦੇ ਵਿੱਚ ਜਿਹੜੇ ਵੀ ਪੋਰਸ਼ਨਸ ਦੇ ਵਿੱਚ ਹਨੇਰਾ ਆ, ਜਿੱਥੇ ਜਿੱਥੇ ਵੀ ਹਨੇਰਾ ਆ, ਕਹਿੰਦਾ ਉਹ ਦੁਪਹਿਰ ਦੇ ਵਾਂਗ ਹੋ ਜੂਗਾ, ਭਾਵ ਐਨ ਸਾਰੇ ਪਾਸੇ ਚਾਨਣ ਹੀ ਚਾਨਣ ਹੋਊਗਾ। ਕਹਿੰਦਾ ਯਹੋਵਾ ਤੇਰੀ ਅਗਵਾਈ ਸਦਾ ਕਰਦਾ ਰਹੇਗਾ, ਫਿਰ ਪਰਮੇਸ਼ੁਰ ਸਦਾ ਹੀ ਤੁਹਾਡੀ ਅਗਵਾਈ ਕਰਦਾ ਰਹੂਗਾ। ਝੁਲਸਿਆਂ ਥਾਵਾਂ ਵਿੱਚ ਤੇਰੀ ਜਾਨ ਨੂੰ ਤ੍ਰਿਪਤ ਕਰੇਗਾ ਅਤੇ ਤੇਰੀਆਂ ਹੱਡੀਆਂ ਮਜ਼ਬੂਤ ਕਰੇਗਾ। ਤੂੰ ਸਿੰਜੇ ਹੋਏ ਬਾਗ ਜਿਹਾ ਹੋਵੇਂਗਾ ਅਤੇ ਉਸ ਸੁੰਭ ਜਿਹਾ ਜਿਹਦਾ ਪਾਣੀ ਮੁੱਕਦਾ ਹੀ ਨਹੀਂ। ਕੀ ਕਹਿੰਦਾ, ਯਹੋਵਾ ਤੇਰੀ ਅਗਵਾਈ ਕਰੂਗਾ। ਕਹਿੰਦਾ ਝੁਲਸਿਆਂ ਥਾਵਾਂ ਵਿੱਚ ਤੇਰੀ ਜਾਨ ਨੂੰ ਤ੍ਰਿਪਤ ਕਰੇਗਾ, ਜਿੱਥੇ ਲੋਕੀ ਕਹਿਣਗੇ ਇੱਥੇ ਤਾਂ ਪਾਣੀ ਹੈ ਹੀ ਨਹੀਂ, ਇੱਥੇ ਤਾਂ ਕਾਲ ਪੈ ਗਿਆ, ਤੇਰੀ ਜਾਨ ਉੱਥੇ ਵੀ ਤ੍ਰਿਪਤ ਹੋਊਗੀ। ਕਿਉਂ? ਕਿਉਂਕਿ ਤੂੰ ਪਰਮੇਸ਼ੁਰ ਦੇ ਹੁਕਮ ਨੂੰ ਮੰਨਿਆ, ਇਸ ਲਈ ਕਿ ਤੂੰ ਭੁੱਖੇ ਦੇ ਲਈ ਆਪ ਭੁੱਖ ਝੱਲ ਲਈ, ਆਪਣੇ ਹਿੱਸੇ ਦੀ ਰੋਟੀ ਦੂਜੇ ਨੂੰ ਦੇ ਦਿੱਤੀ ਆ। ਤੂੰ ਨੰਗੇ ਨੂੰ ਦੇਖਿਆ, ਤੇਰੇ ਕੋਲ ਦੋ ਝੱਗੇ ਸੀ, ਤੂੰ ਕਿਹਾ ਕੋਈ ਨਹੀਂ ਮੈਂ ਇੱਕੋ ਹੀ ਧੋ ਕੇ ਦੁਬਾਰਾ ਪਾ ਲੂੰਗਾ, ਇਹ ਦੂਜਾ ਮੈਂ ਇਹਨੂੰ ਦੇ ਦਿੰਦਾ ਆ। ਕੀ ਆ, ਇਸ ਕਰਕੇ ਪਰਮੇਸ਼ੁਰ ਉੱਥੇ ਤੈਨੂੰ ਦਊਗਾ ਜਿੱਥੇ ਤੇਰੇ ਲਈ ਨਹੀਂ ਹੋਊਗਾ, ਉੱਥੇ ਵੀ ਪ੍ਰਭੂ ਤੈਨੂੰ ਦਊਗਾ ਜਿੱਥੇ ਲੋਕੀ ਕਹਿਣਗੇ ਇੱਥੇ ਹੈ ਹੀ ਕੁਛ ਨਹੀਂ। ਸੋ ਵਚਨ 'ਚ ਲਿਖਿਆ, ਕਹਿੰਦਾ ਉਹ ਭੁੱਖੇ ਮਰਨਗੇ ਪਰ ਪਰਮੇਸ਼ੁਰ ਨੂੰ ਮੰਨਣ ਵਾਲੇ ਰੱਜ ਕੇ ਖਾਣਗੇ। ਕੀ ਕਹਿੰਦਾ ਆ, ਕਹਿੰਦਾ ਤੇਰੀਆਂ ਹੱਡੀਆਂ ਮਜ਼ਬੂਤ ਕਰੇਗਾ। ਸੋ ਮੈਨੀ ਟਾਈਮਸ ਅਸੀਂ ਕਹਿੰਦੇ ਮੇਰੀਆਂ ਤਾਂ ਬੋਨਸ ਜਿਹੜੀਆਂ ਆ ਇਹ ਮੇਰੀਆਂ ਹੱਡੀਆਂ ਖੁਰਦੀਆਂ ਜਾਂਦੀਆਂ ਆ, ਮੇਰੇ ਕੋਲੋਂ ਤੁਰ ਫਿਰ ਨਹੀਂ ਹੁੰਦਾ, ਕਿਸੇ ਨੂੰ ਲੈਕੋਰੀਆ ਦੀ ਪ੍ਰੋਬਲਮ ਆ, ਕਿਸੇ ਨੂੰ ਕੈਲਸ਼ੀਅਮ ਦੀ ਪ੍ਰੋਬਲਮ ਆ, ਕਿਸੇ ਨੂੰ ਕੋਈ ਪ੍ਰੋਬਲਮ ਆ, ਪਰ ਜੇ ਅਸੀਂ ਪਰਮੇਸ਼ੁਰ ਦੇ ਹੁਕਮ ਨੂੰ ਮੰਨੀਏ ਫਿਰ ਅਸੀਂ ਐਨ ਰਿਸ਼ਟ ਪੁਸ਼ਟ ਆ, ਕਿਉਂਕਿ ਆਪਾਂ ਪਿੱਛੇ ਵਚਨ 'ਚ ਪੜ੍ਹਿਆ ਆ ਕਿ ਕਹਿੰਦਾ ਕਹਿੰਦਾ ਤੇਰੀ ਤੰਦਰੁਸਤੀ ਛੇਤੀ ਉੱਗੜ ਪਊਗੀ। ਫਿਰ ਛੇਤੀ ਨਾਲ ਹੀ ਉਹਨੇ ਤੰਦਰੁਸਤ ਕਰ ਦੇਣਾ, ਸਾਡੀਆਂ ਹੱਡੀਆਂ ਵੀ ਮਜ਼ਬੂਤ ਹੋਊਗੀਆਂ। ਕਹਿੰਦਾ ਤੂੰ ਸਿੰਜੇ ਹੋਏ ਬਾਗ ਜਿਹਾ ਹੋਵੇਗਾ, ਸਿੰਜਿਆ ਹੋਇਆ ਬਾਗ ਜਿਹਨੂੰ ਪਾਣੀ ਲੱਗਿਆ ਹੋਵੇ ਉਹਦੇ ਪੱਤੇ ਮੁਰਝਾਏ ਨਹੀਂ ਹੁੰਦੇ,
ਐਨ ਖਿੜਿਆ ਹੋਇਆ ਹੁੰਦਾ, ਫਿਰ ਜਿਹਨੂੰ ਪਾਣੀ ਲੱਗਦਾ ਰਿਹਾ ਹੋਵੇ ਫਿਰ ਉਹ ਫਲ ਵੀ ਵੱਡੇ ਵੱਡੇ ਹੀ ਲੈ ਕੇ ਆਉਂਦਾ ਆ। ਸੋ ਉਸ ਬਾਗ ਜਿਹਾ ਹੋਏਗਾ, ਕਹਿੰਦਾ ਇਹ ਤੇਰੀ ਜਿਹੜੀ ਬਰਕਤ ਆ ਨਾ ਉਹ ਦੂਰੋਂ ਹੀ ਨਜ਼ਰ ਆਊਗੀ, ਫਿਰ ਤੈਨੂੰ ਧਾਰਮਿਕਤਾ ਦੇ ਫਲ ਲੱਗੇ ਹੋਣਗੇ, ਤੈਨੂੰ ਆਤਮਾ ਦੇ ਫਲ ਲੱਗੇ ਹੋਣਗੇ। ਸੋ ਕੀ ਕਹਿੰਦਾ ਆ, ਅਤੇ ਉਹ ਸੁੰਭ ਜਿਹਾ ਜਿਹਦਾ ਪਾਣੀ ਮੁੱਕਦਾ ਹੀ ਨਹੀਂ, ਕਹਿੰਦਾ ਤੂੰ ਉਸ ਸਰੋਤ ਜਿਹਾ ਹੋਏਗਾ ਜਿਹਦੇ ਵਿੱਚੋਂ ਪਾਣੀ ਖਤਮ ਹੀ ਨਹੀਂ ਹੁੰਦਾ, ਭਾਵ ਜੀਵਨ ਦਾ ਜਲ ਖਤਮ ਹੀ ਨਹੀਂ ਹੁੰਦਾ, ਜਿਹਦੇ ਅੰਦਰ ਕੋਈ ਤ੍ਰਿਸ਼ਨਾ ਨਹੀਂ ਰਹਿੰਦੀ, ਜਿਹੜਾ ਆਲਵੇਜ਼ ਸੰਤੁਸ਼ਟ ਰਹਿੰਦਾ, ਕਿਸੇ ਤਰ੍ਹਾਂ ਦੀ ਕੋਈ ਖੁਸ਼ਕੀ ਨਹੀਂ, ਪਰ ਤ੍ਰਿਪਤ ਐਨ ਰੱਜਿਆ ਹੋਇਆ ਭਰਪੂਰ ਜਿਹੜਾ ਆ ਉਹ ਹੋਊਗਾ। ਸੋ ਅਗਰ ਅਸੀਂ ਵਰਤ ਰੱਖਣੇ ਆ ਤਾਂ ਆਪਾਂ ਇੱਦਾਂ ਹੀ ਵਰਤ ਰੱਖਣੇ ਆ ਜਿੱਦਾਂ ਵਚਨ ਦੱਸਦਾ ਹੈ। ਬੇਸ਼ੱਕ ਤੁਸੀਂ ਭੁੱਖੇ ਰਹਿਣ ਵਾਲੇ ਵਰਤ ਰੱਖ ਰਹੇ ਆ, ਜੀ ਸਦਕੇ ਰੱਖੋ, ਕਿਉਂਕਿ ਸਾਨੂੰ ਰੱਖਣੇ ਵੀ ਚਾਹੀਦੇ ਆ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ, ਪਰ ਫਿਰ ਆਪਣੇ ਹਿੱਸੇ ਦਾ ਜਿਹੜਾ ਆ ਉਹ ਕਿਸੇ ਨੂੰ ਜ਼ਰੂਰ ਦਿਓ। ਔਰ ਵਰਤ ਜਦੋਂ ਆਪਾਂ ਭੁੱਖੇ ਰਹਿਣ ਵਾਲੇ ਵਰਤ ਰੱਖ ਰਹੇ ਨਾ, ਇਹਦੇ ਵਿੱਚ ਦੂਜੇ ਵਰਤ ਵੀ ਨਾਲ ਹੀ ਚਾਲੂ ਕਰੋ ਕਿ ਮੈਂ ਝੂਠ ਨਹੀਂ ਬੋਲਣਾ ਜਾਂ ਕੁਛ। ਇਸ ਲਈ ਆਪਾਂ ਇਹਨਾਂ ਚੀਜ਼ਾਂ ਨੂੰ ਜਿਹੜਾ ਆ ਸਹੀ ਉਪਯੋਗ ਕਰਨਾ, ਔਰ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਖਾਸ ਵਰਤ ਰੱਖਣ ਦੀ ਜ਼ਰੂਰਤ ਆ ਉਹ ਰੱਖਣੇ ਸ਼ੁਰੂ ਕਰਨੇ ਆ। ਸੋ ਪਰਮੇਸ਼ੁਰ ਤੁਹਾਡੇ ਉੱਤੇ ਬਹੁਤ ਬਰਕਤ ਪਾਉਣ, ਔਰ ਇਸ ਵਚਨ ਦੇ ਦੁਆਰਾ ਤੁਹਾਨੂੰ ਆਤਮਿਕ ਵਰਦਾਨਾਂ ਦੇ ਨਾਲ ਭਰਨ, ਔਰ ਪਰਮੇਸ਼ੁਰ ਤੁਹਾਨੂੰ ਵਿਜ਼ਡਮ ਦੇਣ। ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਮੰਗਦੇ ਹਾਂ, ਆਮੇਨ। ਸਤਸੰਗ ਦਾ ਸਮਾਂ ਹਰ ਐਤਵਾਰ ਅਤੇ ਹਰ ਵੀਰਵਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ। ਪ੍ਰਾਰਥਨਾ ਕਰਵਾਉਣ ਅਤੇ ਹੋਰ ਜਾਣਕਾਰੀ ਲਈ ਤੁਸੀਂ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 0182-516-770। ਹੋਰ ਵੀਡੀਓਜ਼ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਾਸਟਰ ਦਿਓਲ ਖੋਜੇਵਾਲਾ। ਹਰ ਸਮੇਂ ਪਰਮੇਸ਼ਵਰ ਦੇ ਵਚਨ ਦਾ ਆਨੰਦ ਲੈਣ ਦੇ ਲਈ ਫੋਲੋ ਕਰੋ ਸਾਡਾ Facebook ਪੇਜ ਪਾਸਟਰ ਦਿਓਲ ਖੋਜੇਵਾਲਾ ਜੀਸਸ ਹੀਲਿੰਗ ਮਿਨਿਸਟਰੀ।